ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਮਹਾਰਾਜ ਤੋਂ ਅਸੀਸਾਂ ਲਈਏ ਤਾਂ ਮਹਾਰਾਜ ਆਪ ਹੀ ਆਪਣੀ ਵਿਚਾਰ ਬਖਸ਼ਣ। ਸਾਰੇ ਅੱਖਾਂ ਬੰਦ ਕਰਕੇ ਆਪਣੀ ਮਨ ਬਿਰਤੀ ਇਕਾਗਰ ਕਰਨ ਦੀ ਕੋਸ਼ਿਸ਼ ਕਰਨੀ ਹੈ ਆਪਾਂ। ਦਹ ਦਿਸ ਖੋਜਤ ਮੈਂ ਫਿਰਿਓ, ਦਹ ਦਿਸ ਖੋਜਤ, ਦਹ ਦਿਸ ਖੋਜਤ ਮੈਂ ਫਿਰਿਓ, ਦਹ ਦਿਸ ਜਤ ਦੇਖੋ ਤਤ ਸੋਏ, ਜਤ ਦੇਖੋ ਤਤ ਸੋਏ, ਮਨ ਬਸ ਆਵੈ ਨਾਨਕਾ, ਮਨ ਬਸ ਆਵੈ, ਮਨ ਬਸ ਆਵੈ ਨਾਨਕਾ, ਮਨ ਬਸ ਆਵੈ, ਜੇ ਪੂਰਨ ਕਿਰਪਾ ਹੋਏ, ਜੇ ਪੂਰਨ ਕਿਰਪਾ ਹੋਏ, ਦਹ ਦਿਸ ਖੋਜਤ ਮੈਂ ਫਿਰਿਓ, ਦਹ ਦਿਸ ਖੋਜਤ, ਜਤ ਦੇਖੋ ਤਤ ਸੋਏ, ਜਤ ਦੇਖੋ ਤਤ ਸੋਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਤ ਦੇਖੋ ਤਤ ਸੋਏ, ਜਤ ਦੇਖੋ ਤਤ ਸੋਏ, ਜਤ ਦੇਖੋ ਤਤ ਸੋਏ, ਜਤ ਦੇ
ਅਸੀਂ ਇਸੇ ਹੀ ਸਲੋਕ ਨੂੰ ਆਧਾਰ ਬਣ ਕੇ ਬਣਾ ਕੇ ਕੋਸ਼ਿਸ਼ ਕਰਨੀ ਹੈ ਕਿ ਇਹਦੇ 'ਤੇ ਅੱਗੇ ਵਿਚਾਰ ਕਰ ਸਕੀਏ। ਉਹਨੂੰ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਮੈਂ ਜਿੱਧਰ ਦੇਖਦਾ ਮੈਨੂੰ ਤੂੰ ਹੀ ਦਿਖਦਾ, ਮੈਂ ਜਿੱਧਰ ਮੂੰਹ ਕਰਾਂ ਮੈਨੂੰ ਉਹ ਪਰਮੇਸ਼ਰ, ਉਹ ਅਕਾਲ ਪੁਰਖ, ਉਹ ਜੋਤ ਨਜ਼ਰ ਆ ਰਹੀ ਹੈ। ਸੋ ਇੱਕ ਸਵਾਲ ਖੜ੍ਹਾ ਹੁੰਦਾ ਕਿ ਗੁਰਬਾਣੀ ਇਹ ਕਹਿ ਰਹੀ ਹੈ ਕਿ ਜਿਸ ਜਿੱਧਰ ਪਾਸੇ ਅਸੀਂ ਦੇਖੀਏ ਸਾਨੂੰ ਅਕਾਲ ਪੁਰਖ ਦੀ ਜੋਤ, ਅਕਾਲ ਪੁਰਖ ਹੀ ਨਜ਼ਰ ਆ ਰਿਹਾ। ਤਾਂ ਸਾਡੇ 'ਤੇ ਇੱਕ ਪ੍ਰੈਕਟੀਕਲ ਕੁਐਸਚਨ ਆਉਂਦਾ ਕਿ ਇਜ਼ ਦਿਸ ਪੋਸੀਬਲ, ਕਿ ਇਹ ਪੋਸੀਬਿਲਟੀ ਹੈਗੀ ਹੈ, ਮਤਲਬ ਪ੍ਰੈਕਟੀਕਲ ਵੀ ਹੈਗਾ ਇਹ। ਆਪਾਂ ਸਵਾਲ ਨੂੰ ਇੱਥੇ ਪਾਕ ਕਰ ਲੈਣਾ, ਆਪਾਂ ਕਹਿੰਦੇ ਗੱਡੀ ਪਾਕ ਕਰ ਲਈ, ਤਾਂ ਇਹ ਸਵਾਲ ਤੁਸੀਂ ਪਾਕ ਕਰ ਲਓ, ਇਹਨੂੰ ਸੋਚੋ, ਇੱਥੇ ਰੱਖਣਾ ਔਰ ਇਹਦੇ ਅਰਾਊਂਡ ਫਿਰ ਆਪਾਂ ਵਿਚਾਰ ਕਰਨੀ, ਠੀਕ ਹੈ। ਇਹ ਜਿਹੜਾ ਸਲੋਕ ਹੈਗਾ ਇਹਦੇ ਅੱਗੇ ਪੌੜੀ ਦੇ ਵਿੱਚ ਦੱਸ ਦਿੱਤਾ ਵੀ ਕਿਹੜੀ ਚੀਜ਼ ਹੈਲਪ ਕਰੇਗੀ, ਕਿਉਂਕਿ ਅੱਗੇ ਕੀ ਕਹਿ ਰਹੇ ਨੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਅਸੀਂ ਜਿੰਨੇ ਮਰਜ਼ੀ ਐਫਰਟਸ ਕਰ ਲਈਏ ਪਰ ਪੂਰੀ ਕਿਰਪਾ ਹੋਏਗੀ ਤਾਂ ਫਿਰ ਹੀ ਮਨ ਬਸ ਆਏਗਾ। ਜਦੋਂ ਮਨ ਬਸ ਆਏਗਾ ਤਾਂ ਫਿਰ ਹੀ ਸਾਨੂੰ ਲੱਗੇਗਾ ਕਿ ਇਹ ਸਭ ਅਕਾਲ ਪੁਰਖ ਹੀ ਹੈ, ਉਸ ਤੋਂ ਇਲਾਵਾ ਕੁਛ ਹੋਰ ਹੈ ਹੀ ਨਹੀਂ। ਪਰ ਨਾਲ ਪੌੜੀ ਦੇ ਵਿੱਚ ਜੁਗਤ ਦੇ ਦਿੱਤੀ ਕਿ ਇੱਕ ਕਿਰਪਾ ਲੈਣ ਦਾ ਢੰਗ ਵੀ ਹੁੰਦਾ ਹੈ ਨਾ। ਸੋ ਤੁਸੀਂ ਪੇਰੈਂਟਸ ਵੀ ਬੈਠੇ ਹੋ ਇੱਥੇ, ਬੱਚੇ ਵੀ ਬੈਠੇ ਹੋ ਨਾ, ਹੁਣ ਬੱਚਿਆਂ ਨੇ ਕੋਈ ਮੰਮਾ ਪਾਪਾ ਕੋਲੋਂ ਚੀਜ਼ ਲੈਣੀ ਹੋਏ ਤਾਂ ਮਰਜ਼ੀ ਤਾਂ ਮੰਮਾ ਪਾਪਾ ਦੀ ਹੋਈ ਹੈ, ਲੈ ਕੇ ਦੇਣਗੇ ਕਿ ਨਹੀਂ ਲੈ ਕੇ ਦੇਣਗੇ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਫਾਰਿਸ਼ਾਂ ਪਵਾ ਲਵੋ, ਰਾਈਟ, ਅਲਟੀਮੇਟਲੀ ਤਾਂ ਉਹਨਾਂ ਦਾ ਡਿਸੀਜ਼ਨ ਹੈ ਨਾ। ਹੁਣ ਕਈ ਬੜਾ ਸਿਰ ਮਾਰ ਰਹੇ ਹਨ ਜਿਹਨਾਂ ਨੂੰ ਪਤਾ ਵੀ ਕੁਛ ਚੱਲ ਰਿਹਾ ਹੈ ਨਾ, ਬਟ ਐਟ ਦ ਸੇਮ ਟਾਈਮ ਕਈ ਬੱਚਿਆਂ ਨੂੰ ਢੰਗ ਹੁੰਦਾ ਹੁੰਦਾ ਨਾ, ਪੇਰੈਂਟਸ ਨੂੰ ਪਤਾ ਹੋਣਾ ਹੈ। ਕਈ ਬੱਚਿਆਂ ਨੂੰ ਇੱਦਾਂ ਦਾ ਢੰਗ ਹੁੰਦਾ ਕਿ ਪੇਰੈਂਟਸ ਨਹੀਂ ਲੈ ਕੇ ਦੇਣਾ ਚਾਹੁੰਦੇ ਪਰ ਉਹਨਾਂ ਕੋਲ ਨਾ ਨਹੀਂ ਕਰ ਹੁੰਦੇ, ਮਨਾ ਨਹੀਂ ਕਰ ਹੁੰਦਾ, ਕੁਛ ਨਾ ਕੁਛ ਬੱਚਾ ਇੱਦਾਂ ਦਾ ਕੁਛ ਕਹਿ ਦਿੰਦਾ ਜਾਂ ਕੁਛ ਕਰ ਜਾਂਦਾ ਕਿ ਉਹ ਬੱਚੇ ਬੜੇ ਮਤਲਬ ਬਲੈਸਡ ਹੈ, ਉਹ ਬੱਚਿਆਂ ਨੂੰ ਮੌਜਾਂ ਹੀ ਮੌਜਾਂ, ਉਹਨਾਂ ਨੂੰ ਢੰਗ ਪਤਾ। ਬਸ ਅਸੀਂ ਉੱਦਾਂ ਦੇ ਬੱਚੇ ਬਣਨਾ, ਉਹ ਢੰਗ ਸਿੱਖਣਾ, ਠੀਕ ਹੈ। ਉਹ ਢੰਗ ਸਿੱਖਣ ਦੇ ਦੌਰਾਨ ਅਸੀਂ ਕੁਛ ਇੱਦਾਂ ਦੀਆਂ ਵਿਚਾਰਾਂ ਕਰਨੀਆਂ ਨੇ ਕਿ ਇੱਕ ਤਾਂ ਅਸੀਂ ਆ ਪੌੜੀ ਨੂੰ ਮੁੱਖ ਰੱਖਣਾ, ਨਾਲ ਅਸੀਂ ਦੇਖਣਾ ਕਿ ਗੁਰੂ ਨਾਨਕ ਸਾਹਿਬ ਦੇ ਬੱਚੇ ਕਿੱਦਾਂ ਬਣੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਮੰਗਿਆ ਹੀ ਸਾਰਾ ਕੁਛ ਮਿਲ ਗਿਆ। ਇਹ ਸਾਡਾ ਅੱਜ ਦਾ ਜਿਹੜਾ ਫੋਕਸ ਹੋਏਗਾ ਤਾਂ ਉਹਦੇ ਵਿੱਚ ਜਿੱਥੇ ਜਿੱਥੇ ਗੁਰੂ ਮਹਾਰਾਜ ਲੈ ਜਾਣਗੇ ਉਹਨਾਂ ਦੀ ਮਰਜ਼ੀ ਹੈ, ਠੀਕ ਹੈ ਜੀ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਹੀਂ ਦੇਖ ਪਾ ਰਹੀ ਤਾਂ ਸ਼ਾਇਦ ਉਹਦਾ ਇੰਟਰੈਕਸ਼ਨ ਨਾ ਹੋਏ, ਪਰ ਜੇ ਕਿਸੇ ਦਾ ਕੋਈ ਸਵਾਲ ਹੈ ਵਿੱਚ ਤਾਂ ਤੁਸੀਂ ਹੱਥ ਖੜਾ ਕਰਕੇ ਜਾਂ ਲਿਖ ਕੇ ਜਾਂ ਕੁਛ ਤਾਂ ਇਸ ਤਰ੍ਹਾਂ ਤੁਸੀਂ ਦੇ ਸਕਦੇ ਹੋ, ਠੀਕ ਹੈ ਜੀ। ਤਾਂ ਪੌੜੀ ਦੇ ਵਿੱਚ ਕਹਿੰਦੇ ਆ, ਦਸਵੀਂ ਦਸ ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਬਹੁਤ ਸੌਖੇ ਅਰਥ ਨੇ, ਆਪਾਂ ਜ਼ਿਆਦਾ ਡਿਟੇਲਸ ਦੇ ਵਿੱਚ ਨਹੀਂ ਜਾਣਾ, ਸਿਰਫ ਇੱਕ ਬੇਸ ਬਣਾਉਣਾ ਹੈ। ਦਸਵੀਂ ਦਸ ਦੁਆਰ ਬਸ ਕੀਨੇ, ਕੀ ਮਤਲਬ ਹੋਇਆ ਇਹਦਾ, ਦਸ ਇੰਦਰੀਆਂ ਨੇ ਆਪਣੀਆਂ, ਸਾਰਿਆਂ ਨੂੰ ਪਤਾ, ਠੀਕ ਹੈ। ਦਸ ਇੰਦਰੀਆਂ ਨੇ, ਦਸ ਇੰਦਰੀਆਂ ਦੇ ਜਿਹੜੀ ਸਾਨੂੰ ਵਰਤੋਂ ਮਿਲੀ ਹੈਗੀ ਹੈ, ਵੀ ਨੀਡ ਇਟ, ਉਹਦੇ ਬਿਨਾਂ ਇਨਸਾਨ ਜੀ ਨਹੀਂ ਸਕਦਾ, ਸਾਰੇ ਐਗਰੀ ਕਰਦੇ। ਪਰ ਜਦੋਂ ਉਹਦਾ ਮਿਸਯੂਜ਼ ਅਸੀਂ ਕਰਨ ਲੱਗ ਜਾਂਦੇ ਹਾਂ ਫਿਰ ਕੀ ਹੁੰਦਾ, ਫਿਰ ਪ੍ਰੋਬਲਮ ਹੋ ਜਾਂਦੀ ਹੈ, ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਵੀ। ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਗੁੱਸਾ ਖਤਮ ਕਰ ਸਕਦੇ ਹਾਂ ਆਪਣੀ ਲਾਈਫ 'ਚ?
ਕਿਸੇ ਨੇ ਕੀਤਾ ਹੋਏ ਤਾਂ ਪਲੀਜ਼ ਦੱਸੋ ਕਿਵੇਂ ਕੀਤਾ। ਬਿਲਕੁਲ ਖਤਮ। ਅੱਛਾ, ਹੋਰ ਕੋਈ ਵਿਕਾਰ ਲੈ ਲਓ, ਕਾਮ ਲੈ ਲਓ, ਫਿਰ ਕੀ ਕਰਾਂਗੇ ਇਹਨਾਂ ਦੇ ਆਲੇ ਦੁਆਲੇ? ਇੰਦਰੀਆਂ ਦੀ ਗੱਲ ਹੋ ਰਹੀ ਹੈ, ਇੰਦਰੀਆਂ ਦੇ ਕਰਕੇ ਸਾਨੂੰ ਕਾਮ, ਕ੍ਰੋਧ, ਲੋਭ ਹੁੰਦਾ, ਅਹੰਕਾਰ ਆਉਂਦਾ, ਬਹੁਤ ਹੋਰ ਕੁਛ ਵੀ ਉਹਦੇ 'ਚੋਂ ਜਿਹੜੀਆਂ ਬ੍ਰਾਂਚਿਸ ਨਿਕਲਦੀਆਂ ਨੇ, ਫਿਰ ਕਰੀਏ ਕੀ ਆਪਾਂ? ਇੱਥੇ ਗੁਰੂ ਮਹਾਰਾਜ ਕਹਿ ਰਹੇ ਹਾਂ ਦਸਾਂ ਹੀ ਇੰਦਰੀਆਂ ਨੂੰ ਤੁਸੀਂ ਕਾਬੂ ਕਰਨਾ। ਆਂਸਰ ਆ ਗਿਆ ਵਿੱਚ ਕਿ ਉਹਨੂੰ, ਕੱਲ੍ਹ ਵੀ ਅਸੀਂ ਗੱਲ ਕੀਤੀ ਸੀ, ਅਸੀਂ ਬੱਚਿਆਂ ਨਾਲ ਬੈਠੇ ਸੀ ਕਿ ਇੱਕ ਘੋੜੇ ਦੀ ਸਵਾਰੀ ਕਰਨ ਦਾ ਬੜਾ ਮਜ਼ਾ ਆਉਂਦਾ, ਇਟਸ ਵੈਰੀ ਜੋਏਫੁਲ ਘੋੜੇ ਦੇ ਉੱਤੇ। ਜੇ ਘੋੜਾ ਕਹੇ ਮੈਂ ਤੁਹਾਡੇ 'ਤੇ ਸਵਾਰੀ ਕਰਨੀ ਹੈ, ਫਿਰ ਕੀ ਹੋਏਗਾ? ਪ੍ਰੋਬਲਮ ਹੋ ਜਾਏਗੀ ਨਾ? ਫਿਰ ਅਸੀਂ ਕਹਿਣਗੇ ਨਹੀਂ, ਅਸੀਂ ਮੈਂ ਤਾਂ ਭੱਜਣ ਲੱਗਾ ਇੱਥੋਂ। ਪਰ ਅਸੀਂ ਕਰਾ ਰਹੇ ਹਾਂ, ਅਸੀਂ ਘੋੜੇ ਨੂੰ ਆਪਣੇ ਉੱਤੇ ਚੜ੍ਹਾਇਆ ਹੋਇਆ ਔਰ ਘੋੜੇ ਨੂੰ ਕਹਿ ਰਹੇ ਹਾਂ ਤੂੰ ਮੇਰੀ ਸਵਾਰੀ ਕਰ। ਜਿਹੜੇ ਸਾਨੂੰ ਆ ਇੰਦਰੀਆਂ ਦਿੱਤੀਆਂ ਸੀ, ਜਿਹੜੇ ਸਾਨੂੰ ਆ ਕ੍ਰੋਧ ਦਿੱਤਾ ਹੈ ਜਾਂ ਕਾਮ ਦਿੱਤਾ ਹੈ ਜਾਂ ਜੋ ਵੀ ਸਾਨੂੰ ਅਟੈਚਮੈਂਟਸ ਦਿੱਤੀਆਂ ਨੇ, ਇਹਨਾਂ ਦਾ ਕੋਈ ਪਰਪਸ ਸੀ, ਉਹਨਾਂ ਦਾ ਪਰਪਸ ਉੱਥੇ ਤੱਕ ਅਸੀਂ ਯੂਜ਼ ਕਰਨਾ ਅਤੇ ਠੀਕ ਹੈ। ਜਦੋਂ ਅਸੀਂ ਉਸ ਚੀਜ਼ ਦਾ ਉਹਦੇ ਵਿੱਚ ਫਸ ਗਏ ਤਾਂ ਇਹਦਾ ਮਤਲਬ ਅਸੀਂ ਉਹ ਜਿਹੜੇ ਵਿਕਾਰ ਦੇ ਘੋੜੇ ਨੂੰ ਆਪਣੇ ਉੱਤੇ ਬਿਠਾ ਲਿਆ, ਤਾਂ ਦਿਸ ਇਜ਼ ਦ ਟਾਈਮ ਟੂ ਪੁਸ਼ ਦ ਹੋਰਸ ਬੈਕ। ਹੁਣ ਅਸੀਂ ਘੋੜੇ ਨੂੰ ਲੱਤ ਮਾਰ ਕੇ ਪਰੇ ਸੁੱਟ ਦੇਣਾ, ਅਸੀਂ ਕਹਿਣਾ ਮੈਂ ਤੇਰੇ ਉੱਤੇ ਬਹਿਣਾ, ਅਸੀਂ ਸਟਰੋਂਗ ਹੋਣਾ। ਜਿਹੜਾ ਸਟਰੋਂਗ ਘੋੜ ਸਵਾਰ ਹੋਏਗਾ ਉਹਦੇ ਉੱਤੇ ਘੋੜਾ ਨਹੀਂ ਕਦੀ ਬੈਠੇਗਾ, ਉਹ ਘੋੜੇ ਤੋਂ ਡਿੱਗੇਗਾ ਵੀ ਨਹੀਂ। ਤਾਂ ਅਸੀਂ ਪਹਿਲਾਂ ਆਪਣੇ ਆਪ ਦੀ ਬਿਰਤੀ ਇੱਦਾਂ ਦਾ ਬਣਾ ਲਈਏ ਕਿ ਮੈਂ ਇੱਕ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਕਰਕੇ ਇੱਕ ਸਟਰੋਂਗ ਘੋੜ ਸਵਾਰ ਹਾਂ। ਠੀਕ ਹੈ, ਸਾਰੇ ਮੇਰੇ ਨਾਲ ਸਮਝ ਲੱਗ ਗਿਆ ਨਾ ਘੋੜਾ ਕੀ ਹੈ ਅਤੇ ਇੱਥੇ ਘੋੜ ਸਵਾਰ ਕੌਣ ਹੈ? ਸਿਰਫ ਇੱਕ ਮੈਂ ਐਗਜ਼ਾਮਪਲ ਯੂਜ਼ ਕੀਤੀ ਹੈ, ਪਰ ਇਹਨੂੰ ਹਮੇਸ਼ਾ ਯਾਦ ਰੱਖਣਾ ਹੈ। ਜਦੋਂ ਹੀ ਮੇਰੇ ਉੱਤੇ ਕ੍ਰੋਧ ਹਾਵੀ ਹੋਣ ਲੱਗਾ ਤਾਂ ਫਿਰ ਕੀ ਕਰਨਾ ਦੱਸੋ? ਇਹ ਮੈਂ ਲੈਕਚਰ ਨਹੀਂ ਦੇਣਾ ਕੋਈ ਤੁਹਾਨੂੰ, ਮੈਨੂੰ ਤਾਂ ਆਉਂਦਾ ਹੀ ਕੁਛ ਨਹੀਂ, ਤੁਸੀਂ ਬਿਠਾ ਦਿੰਦੇ ਹੋ ਇੱਥੇ, ਮੈਂ ਤਾਂ ਤੁਹਾਡੇ ਕੋਲ ਸਿੱਖਣ ਆਈ ਹਾਂ ਕੁਛ। ਦੱਸੋ ਕੀ ਕਰਾਂਗੇ ਫਿਰ? ਇੰਟਰੈਕਟ ਕਰਨਾ ਆਪਾਂ। ਇਹ ਜਦੋਂ ਗੋਸ਼ਟੀ ਹੁੰਦੀ ਸੀ ਨਾ ਗੁਰੂ ਸਾਹਿਬ ਦੀ ਧਰਮਸ਼ਾਲਾ ਦੇ ਵਿੱਚ, ਅਤੇ ਵਿਚਾਰ ਗੋਸ਼ਟੀ ਉਹਨੂੰ ਕਹਿੰਦੇ ਆ, ਆਪਾਂ ਭਾਸ਼ਣ ਨਹੀਂ ਦੇਣਾ ਹੈ ਇੱਥੇ, ਆਪਾਂ ਸਾਰੇ ਗੁਰੂ ਮਹਾਰਾਜ ਤੋਂ ਸਿੱਖਣ ਆਇਆ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੀ ਸੇਧ ਤੋਂ ਪਤਾ ਨਹੀਂ ਕਿਹੜੀ ਰੂਹ ਨੇ ਕਿਹੜੀ ਗੱਲ ਕਹਿ ਦੇਣੀ ਜਿਹੜੀ ਕਿਹਦੇ ਦਿਲ ਨੂੰ ਲੱਗ ਜਾਣੀ ਹੈ, ਬਸ ਇੱਕ ਦੇ ਦਿਲ ਨੂੰ ਲੱਗ ਗਈ, ਜੋਬ ਡਨ। ਇੰਨਾ ਕੁ ਪਰਪਸ ਹੈ। ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਚੱਲ ਕੇ ਆਏ ਹੋ ਤਾਂ ਪਹਿਲਾਂ ਹੀ ਪਰਵਾਣੇ ਗਏ ਹੋ, ਗੁਰੂ ਰੂਪ ਹੋ ਆਪ। ਹਾਂਜੀ, ਤਾਂ ਦੱਸੋ ਕੀ ਕਰਾਂਗੇ ਜਦੋਂ ਸਾਨੂੰ ਲੱਗਿਆ ਕਿ ਇਹ ਕ੍ਰੋਧ ਜਿਹੜਾ ਥੋੜ੍ਹਾ ਜਿਹਾ ਮੇਰੇ 'ਤੇ ਹਾਵੀ ਹੋ ਰਿਹਾ, ਮੈਨੂੰ ਥੋੜ੍ਹਾ ਜਿਹਾ ਤੰਗ ਕਰ ਰਿਹਾ, ਕੁਛ ਕਰ ਸਕਦੇ ਹੋ ਜਾਂ ਕੀ ਕਰਦੇ ਹੋ ਆਲਰੇਡੀ? ਕਰਮ ਤਾਂ ਬਣ ਰਿਹਾ, ਉਹ 'ਚ ਤਾਂ ਕੋਈ ਡਾਊਟ ਹੀ ਨਹੀਂ, ਪਰ ਆਪਾਂ ਕਰਮ ਨੂੰ ਓਕੇ, ਤੁਸੀਂ ਇੱਕ ਹੋਰ ਇੱਥੇ ਪੁਆਇੰਟ ਬੜਾ ਪਿਆਰਾ ਛੇੜ ਦਿੱਤਾ, ਕਰਮ ਬਣ ਗਿਆ ਕਿ ਬਣ ਰਿਹਾ? ਇੱਕ ਥੋਟ ਆ ਗਿਆ ਨਾ, ਕਿਸੇ ਨਾਲ ਗੁੱਸਾ ਆ ਗਿਆ ਜਾਂ ਕੋਈ ਵੀ ਇਸ ਤਰ੍ਹਾਂ ਦਾ ਗੁੱਸੇ ਦੀ ਅਸੀਂ ਐਗਜ਼ਾਮਪਲ ਲੈ ਰਹੇ ਹਾਂ, ਉਹ ਹਾਲੇ ਤਿਆਰੀ ਹੋ ਰਹੀ ਹੈ, ਠੀਕ ਹੈ, ਤਾਂ ਉਹਨੂੰ ਅਸੀਂ ਐਕਸ਼ਨ 'ਚ ਲਿਆਉਣ ਤੋਂ ਪਹਿਲਾਂ ਜੇ ਅਸੀਂ ਉਹਦੇ 'ਤੇ ਸਵਾਰ ਹੋ ਗਏ ਤਾਂ ਬਚ ਗਏ। ਐਗਰੀ? ਬਚ ਗਏ। ਹਾਂ, ਉਹ ਮੈਂ ਟ੍ਰਾਂਜੀਸ਼ਨ ਦੀ ਤੁਹਾਨੂੰ ਗੱਲ ਪੁੱਛ ਰਹੀ ਹਾਂ ਕਿ ਕਿਵੇਂ ਹੋ ਪਾਏਗਾ, ਇਹ ਸਵਾਲ ਹੈ, ਕਿਉਂਕਿ ਆਪਾਂ ਕੁਛ ਪ੍ਰੈਕਟੀਕਲ ਲਾਈਫ 'ਚ ਆਪਾਂ ਲੈ ਕੇ ਜਾਣਾ ਕਿ ਅੱਜ ਤੋਂ ਬਾਅਦ ਮੇਰੇ ਜੀਵਨ 'ਚ ਇੱਕ ਨਿੱਕਾ ਜਿਹਾ ਚੇਂਜ ਆਇਆ ਅਤੇ ਉਹ ਚੇਂਜ ਬਹੁਤ ਸੋਹਣਾ ਹੈ। ਜਦੋਂ ਅਸੀਂ ਇੱਥੋਂ ਜਾਣਾ ਹੈ ਗੁਰੂ ਮਹਾਰਾਜ ਦੀ ਗੋਦ ਵਿੱਚੋਂ ਤਾਂ ਇਹ ਮੈਂ ਲੈ ਕੇ ਜਾਣਾ ਕਿ ਮੇਰੇ 'ਚ ਅੱਜ ਮੈਨੂੰ ਆਪਣਾ ਆਪ ਸੋਹਣਾ ਲੱਗ ਰਿਹਾ। ਕਿਉਂ ਕਿਉਂ ਸੋਹਣਾ ਲੱਗ ਰਿਹਾ?
ਕਿਉਂਕਿ ਮੈਨੂੰ ਗੁਰੂ ਦੀ ਯਾਦ ਹੈ, ਮੈਂ ਹੁਣ ਜੋ ਸੋਚ ਸੋਚਣੀ ਹੈ, ਜੋ ਮੈਂ ਕੰਮ ਕਰਨੇ ਨੇ, ਉਹ ਗੁਰੂ ਵਰਗੇ ਕਰਨੇ ਨੇ, ਠੀਕ ਹੈ। ਤਾਂ ਜਦੋਂ ਆਹੀ ਜਿਹੜੀ ਤੁਸੀਂ ਗੱਲ ਕਹਿ ਦਿੱਤੀ ਨਾ, ਉਹ ਥੋਟ ਅਤੇ ਐਕਸ਼ਨ ਹੋਣ ਦੇ ਵਿੱਚ ਜਿਹੜਾ ਟ੍ਰਾਂਜੀਸ਼ਨ ਹੈਗਾ, ਉਹਨੂੰ ਸੰਭਾਲਣਾ ਆਪਾਂ। ਕਿਸੇ ਲਈ ਉਹ ਕੋਈ ਚੀਜ਼ ਕੰਮ ਕਰੇਗੀ, ਕਿਸੇ ਲਈ ਕਿਸੇ ਨੇ ਠੰਡਾ ਪਾਣੀ ਪੀ ਲੈਣਾ, ਕਿਸੇ ਠੰਡੇ ਪਾਣੀ ਨਾਲ ਇਸ਼ਨਾਨ ਕਰੋ, ਵਟ ਐਵਰ ਵਰਕਸ ਫੋਰ ਯੂ, ਜੋ ਵੀ ਤੁਹਾਡੇ ਲਈ ਕੰਮ ਕਰਦਾ। ਪਰ ਸਭ ਤੋਂ ਪਹਿਲਾਂ ਸਭ ਤੋਂ ਜਿਹੜੀ ਆਪਣੇ ਆਪ ਨੂੰ ਸੋਚ ਲਈਏ, ਮੈਂ ਕੌਣ ਹਾਂ, ਮੈਨੂੰ ਗੁੱਸਾ ਕਿਹਦੇ 'ਤੇ ਆ ਰਿਹਾ, ਗੁੱਸਾ ਕਿਸ ਕਾਰਨ ਆ ਰਿਹਾ, ਠੀਕ ਹੈ। ਉਹ ਜਦੋਂ ਸੋਚ ਲਈਏ ਮੈਂ ਕੌਣ ਹਾਂ, ਮੇਰਾ ਪਰਪਸ ਕੀ ਹੈ, ਮੇਰਾ ਪਿਤਾ ਕੌਣ ਹੈ, ਮੇਰਾ ਕਿਹਦੇ ਨਾਲ ਕਨੈਕਸ਼ਨ ਹੈਗਾ, ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੀ ਕਰਨਾ ਸੀ, ਤਾਂ ਥੋੜ੍ਹੀ ਠੰਡ ਪੈ ਜਾਏਗੀ, ਕਿਉਂਕਿ ਅਸੀਂ ਗੁਰੂ ਵਰਗੇ ਬੰਨਾ ਨਾ, ਦੈਟਸ ਅ ਪਰਪਸ। ਥੋੜ੍ਹੀ ਠੰਡ ਪੈ ਜਾਏਗੀ, ਉਹ ਕਰਦੇ 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 ਜਦੋਂ ਅਸੀਂ ਪ੍ਰੈਕਟਿਸ ਰੋਜ਼ ਕਰਾਂਗੇ, ਰੋਜ਼ ਕਰਾਂਗੇ, ਰੋਜ਼ ਕਰਾਂਗੇ, ਤਾਂ ਗੁਰੂ ਕਿਰਪਾ ਕਰੇ, ਅਲਟੀਮੇਟਲੀ ਤਾਂ ਕਿਰਪਾ ਹੀ ਤਾਂ ਹੀ ਹੈ ਸਾਰਾ ਕੁਛ ਡਿਪੈਂਡ। ਪਰ ਅਸੀਂ ਉਹ ਵਾਲੇ ਬੱਚੇ ਬੰਨਾ, ਯਾਦ ਹੈ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਉਹ ਵਾਲੇ ਬੱਚੇ ਬੰਨਾ ਨਾ ਜਿਹਨੂੰ ਸਾਰਾ ਕੁਛ ਮਿਲ ਜਾਂਦਾ। ਆਪਾਂ ਕੋਸ਼ਿਸ਼ ਤਾਂ ਹੀ ਕਰਨੀ ਹੈ ਨਾ, ਬਾਕੀ ਉਹਦੀ ਮਰਜ਼ੀ ਹੈ, ਕੋਈ ਦਾਵਾ ਨਹੀਂ ਹੈਗਾ। ਤਾਂ ਦਸਾਂ ਹੀ ਇੰਦਰੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਹੈ, ਮੇਰੀਆਂ ਅੱਖਾਂ ਉਹੀ ਦੇਖਣ, ਇਹਨੇ ਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਇੱਥੇ ਵੀ ਉਹੀ ਗੱਲ ਆ ਗਈ, ਜਤ ਦੇਖੋ ਤਤ ਸੋਏ, ਹਰ ਬਿਨ ਅਵਰ ਨਾ ਦੇਖੋ ਕੋਈ। ਸਰ ਘਰ ਦੇ ਚਾਰ ਜੀ ਨੇ ਉੱਥੇ ਨਹੀਂ ਦੇਖਦੇ ਪਏ, ਹੈ ਨਾ ਇਸ ਤਰ੍ਹਾਂ। ਹੁਣ ਉੱਥੇ ਇੰਟਰਫੇਥ ਸੈਮੀਨਾਰ ਚੱਲ ਰਿਹਾ ਸੀ, ਮਤਲਬ ਸਾਰੇ ਵੱਖਰੇ ਵੱਖਰੇ, ਸ਼ਾਇਦ ਟੀ ਵੀ 'ਤੇ ਵੀ ਆਉਂਦਾ ਹੋਏ, ਮੈਨੂੰ ਪਤਾ ਨਹੀਂ, ਸਾਰੇ ਵੱਖਰੇ ਵੱਖਰੇ ਧਰਮਾਂ ਦੇ ਚੀਫ ਇਮਾਮ ਆਇਆ ਹੋਇਆ, ਜਿਹੜਾ ਕ੍ਰਿਸਚਨਸ ਦਾ ਹੈੱਡ ਹੈ, ਉਹ ਉੱਥੇ ਬੈਠੇ ਸੀ, ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਬੈਠੇ ਸੀਗੇ। ਗੱਲ ਕੀ ਕਰ ਰਹੇ ਨੇ ਉਹ, ਕਿ ਅਸੀਂ ਇੱਕ ਹਾਂ, ਇਹੀ ਗੱਲ ਕਰਨ ਆਏ ਨਾ। ਕਹਿੰਦੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਸੀਗੇ, ਉਹਨਾਂ ਨੇ ਗੱਲ ਹੀ ਇੰਟਰਫੇਸ ਤੋਂ ਸ਼ੁਰੂ ਕੀਤੀ ਸੀ, ਭਾਈ ਮਰਦਾਨਾ ਜੀ ਸੀਗਾ, ਤਾਂ ਕੋਈ ਦੂਜਾ ਕੋਈ ਹੈ ਹੀ ਨਹੀਂ। ਗੱਲ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਇੱਕ ਦੂਜੇ ਦੇ ਨਾਲ, ਅਸੀਂ ਇੱਕ ਹਾਂ, ਇੱਕ ਦੂਜੇ ਨਾਲ ਰਲ ਕੇ ਅਸੀਂ ਕੰਮ ਕਰਨਾ, ਭਾਵੇਂ ਸਾਡੇ ਰਾਹ ਡਿਫਰੈਂਟ ਹੋਣਗੇ, ਤਾਂ ਅਸੀਂ ਇੱਕ 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 ਦੀ ਗੱਲ ਚੱਲ ਰਹੀ ਹੈ। ਤਾਂ ਮੇਰੇ ਮਨ 'ਚ ਉੱਥੇ ਬੈਠੇ ਬਹੁਤ ਖੂਬਸੂਰਤ ਵਿਚਾਰ ਚੱਲ ਰਹੀ ਹੈ, ਪਰ ਮੇਰੇ ਮਨ 'ਚ ਉੱਥੇ ਬੈਠੇ ਇਹ ਵਿਚਾਰ ਆ ਰਿਹਾ ਸੀ ਕਿ ਘਰ ਤੋਂ ਕਿਵੇਂ ਸ਼ੁਰੂ ਹੋਏਗੀ ਇਹ ਗੱਲ, ਕਿ ਕਿਸੇ ਨੇ ਨੀਲੀ ਦਸਤਾਰ ਬੰਨ੍ਹੀ ਹੈ, ਕਿਸੇ ਨੇ ਪੀਲੀ ਬੰਨ੍ਹੀ ਹੈ, ਕਿਸੇ ਨੇ ਗੋਲ ਬੰਨ੍ਹੀ ਹੈ, ਕਿਸੇ ਨੇ ਵੀ ਬੰਨ੍ਹੀ ਹੈ, ਕਿਸੇ ਨੇ ਟਕਸਾਲੀ ਬੰਨ੍ਹੀ ਹੈ, ਕਿਸੇ ਨੇ ਮਿਸ਼ਨਰੀ ਬੰਨ੍ਹੀ ਹੈ, ਕਿਸੇ ਨੇ ਨਾਨਕ ਸਰ ਵਾਲੀ ਬੰਨ੍ਹੀ ਹੈ। ਇੱਥੇ ਇੱਕ ਹੈ, ਇੱਥੇ ਇੱਕ ਕਰ ਪਾ ਰਹੇ ਹਾਂ ਅਸੀਂ, ਇਹ ਤੁਹਾਡੇ ਹੱਥ 'ਚ ਗੱਡੀ ਹੈ, ਹੁਣ ਸਟੇਅਰਿੰਗ, ਸਟੇਅਰਿੰਗ ਇਜ਼ ਇਨ ਯੋਰ ਹੈਂਡਸ, ਤੁਹਾਡੇ ਹੱਥ 'ਚ ਹੈ ਗੱਡੀ। ਡੋਂਟ ਲੁੱਕ ਐਟ ਅਦਰਸ, ਦੂਜਿਆਂ ਵੱਲ ਨਾ ਦੇਖੋ, ਤੁਹਾਡੇ ਹੱਥ 'ਚ ਕਿੱਦਾਂ ਗੱਡੀ ਹੈ, ਵੀ ਮੈਂ ਗੱਡੀ ਕਿੱਧਰ ਮੋੜਨੀ ਹੁਣ ਪੰਥ ਦੀ, ਤੁਹਾਡੇ 'ਚ ਹੈ, ਤੁਹਾਡੇ 'ਚ ਹੈ, ਤੁਹਾਡੇ 'ਚ ਹੈ, ਸਾਡੇ ਸਾਰਿਆਂ ਦੇ ਵਿੱਚ ਆਪਣਾ ਆਪਣਾ ਰੋਲ ਜਿਹੜਾ ਅਸੀਂ ਨਿਭਾ ਰਹੇ ਹਾਂ, ਕਿੱਧਰ ਨੂੰ ਜਾਣਾ ਹੁਣ ਅਸੀਂ, ਕਿਹੜੀ ਡਾਇਰੈਕਸ਼ਨ ਦੇ ਵਿੱਚ ਮੁੜਨਾ। ਦਿਸ ਇਜ਼ ਦ ਟਾਈਮ ਕਿ ਆਪਾਂ ਜੇ ਅਸੀਂ ਇੱਕ ਕਾਲ ਪੁਰਖ ਦੀ ਗੱਲ ਕਰ ਰਹੇ ਹਾਂ, ਜਦ ਦੇਖੋ ਤਤ ਸੋਏ ਦੀ ਗੱਲ ਕਰ ਰਹੇ ਹਾਂ, ਤਾਂ ਇੱਥੋਂ ਮੈਂ ਸ਼ੁਰੂ ਕਰਨਾ, ਇਹ ਮੇਰਾ ਘਰ ਹੈ। ਮੈਂ ਉਹ ਕੋਈ ਘਰ ਦੀ ਗੱਲ ਨਹੀਂ ਕਰ ਰਹੀ ਜਿੱਥੇ ਤੁਹਾਡੇ ਪੇਰੈਂਟਸ ਨੇ, ਜਾਂ ਕਿ ਇਹ ਕਹਿੰਦਾ ਸੁਖੀ ਵਸੈ ਮੋਰੋ ਪਰਿਵਾਰ ਆ, ਸੇਵਕ ਸਿੱਖ ਸਬੈ ਕਰਤਾਰਾ, ਇਹ ਪਰਿਵਾਰ। ਜਦੋਂ ਅਸੀਂ ਦੇਖਣਾ ਸ਼ੁਰੂ ਕਰ ਦੇਵਾਂਗੇ ਨਾ ਕਿ ਮੈਨੂੰ ਇਸ ਤੋਂ ਇਲਾਵਾ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ। ਸਭ ਤੋਂ ਜ਼ਿਆਦਾ ਪ੍ਰੋਬਲਮ, ਮਾਫ ਕਰਨਾ, ਸਿੱਖ ਨੂੰ ਸਿੱਖ ਨਾਲ ਹੋ ਰਹੀ ਹੈ ਇਸ ਵੇਲੇ। ਮੈਂ ਗਲਤ ਵੀ ਹੋ ਸਕਦੀ ਹਾਂ, ਪਰ ਕਿਤੇ ਕਿਤੇ ਈਰਖਾ ਵੀ ਹੈ, ਕਿਤੇ ਕਿਤੇ ਉਹ ਲੈਗ ਪੁਲਿੰਗ ਵੀ ਹੈ। ਮੈਂ ਜ਼ਿਆਦਾ ਉਹਨੂੰ ਐਗਜੈਜਰੇਟ ਨਹੀਂ ਕਰਨਾ, ਤੁਹਾਨੂੰ ਸਾਰਾ ਕੁਛ ਪਤਾ ਹੀ ਹੈ ਉਹਨੂੰ। ਹੁਣ ਆਪਾਂ ਵੈਨਿਸ਼ ਖਤਮ, ਜਦ ਗੁਰੂ ਸਾਹਿਬ ਨੇ ਕਹਿਤਾ ਜਤ ਦੇਖੋ ਤਤ ਸੋਏ, ਤਾਂ ਉੱਥੇ ਸਿੱਖ ਦਾ ਸਿੱਖ ਨੂੰ ਬਾਹਰ ਕਿਉਂ ਕੱਢ ਦਿੱਤਾ ਸੀ? ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ। ਜਦੋਂ ਅਸੀਂ ਆਪਸ 'ਚ ਇੱਕਜੁੱਟ ਹੋ ਕੇ
ਉਹ ਜਿਹੜਾ ਫਿਲੋਸਫੀ ਲੈ ਕੇ ਅੱਗੇ ਤੁਰਾਂਗੇ, ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ, ਸਾਡੇ 'ਚ ਇੰਨਾ ਪਿਆਰ ਦੇਖਣਗੇ ਤਾਂ ਸਾਰੇ ਇੱਕ ਹੀ ਹੋ ਜਾਣਗੇ, ਰਾਈਟ? ਤਾਂ ਐਵੇਂ ਹੀ ਸੀ ਨਾ ਗੁਰੂ ਨਾਨਕ ਸਾਹਿਬ ਦੇ ਘਰੋਂ। ਹੁਣ ਅਸੀਂ ਘਰ ਗੱਲ ਕਰਨੀ ਹੈ, ਰਿਸ਼ਤਿਆਂ ਦੀ ਗੱਲ ਕਰਨੀ ਅੱਜ, ਅਸੀਂ ਗੁਰੂ ਨਾਨਕ ਸਾਹਿਬ ਦੇ ਰਿਸ਼ਤਿਆਂ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਥੋੜ੍ਹਾ ਜਿਹਾ ਸਮਝ ਸਕੀਏ। ਇੱਥੋਂ ਹੀ ਆਪਾਂ ਚੱਲਦੇ ਹਾਂ, ਫਿਰ ਉਸ ਤੋਂ ਬਾਅਦ ਇਹਦਾ ਅੱਗੇ ਆਪਾਂ ਸਾਰ ਲਵਾਂਗੇ। ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਸਾਨੂੰ ਸਮਝ ਪਈ ਹੈ, ਕਿਵੇਂ ਦੇਖਿਆ ਰਿਸ਼ਤਿਆਂ ਨੂੰ, ਕਿੱਦਾਂ ਦਾ ਉਹਨਾਂ ਦਾ ਰਿਸ਼ਤਾ ਸੀ। ਪਹਿਲਾਂ ਚਲੋ ਪਹਿਲਾਂ ਆਪਾਂ ਕੁਛ ਥੋੜ੍ਹਾ ਜਿਹਾ ਤੁਹਾਨੂੰ ਅਟੈਂਟਿਵ ਵੀ ਰੱਖਣਾ, ਪਹਿਲਾਂ ਮੈਨੂੰ ਕੁਛ ਰਿਸ਼ਤਿਆਂ ਦੇ ਨਾਮ ਦੱਸੋ, ਕੋਈ ਵੀ ਤੁਹਾਡੇ ਦਿਮਾਗ 'ਚ ਆਉਂਦਾ। ਹਾਂਜੀ, ਮੈਂ ਤਾਂ ਕਾਲੂ ਜੀ। ਹਾਂਜੀ, ਬੇਬੇ ਨਾਨਕੀ ਜੀ, ਮਾਤਾ ਤ੍ਰਿਪਤਾ ਜੀ, ਇੱਧਰ ਵੀ, ਇੱਧਰ ਬੋਲਣ ਨਹੀਂ ਆਉਂਦਾ ਕਿ ਆਵਾਜ਼ ਨਹੀਂ ਪਹੁੰਚਦੀ ਮੇਰੇ ਤੱਕ, ਉੱਚੀ ਬੋਲੋ। ਹਾਂਜੀ, ਭਾਈ ਮਰਦਾਨਾ ਜੀ, ਠੀਕ ਹੈ, ਤੁਸੀਂ ਕੀ ਕਿਹਾ? ਅੱਛਾ ਹੀ ਕਿਹਾ, ਭਾਈ ਲਾਲੋ ਜੀ, ਅੱਛਾ ਠੀਕ ਹੈ, ਹੋਰ ਠੀਕ ਹੈ। ਤਾਂ ਇੱਕ ਸੀਗਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਕਿ ਇਮੀਡੀਏਟ ਕਹਿ ਲਓ, ਮਾਤਾ ਜੀ ਨੇ, ਪਿਤਾ ਜੀ ਨੇ, ਭੈਣ ਜੀ ਨੇ, ਤਾਂ ਮਾਤਾ ਸੁਲੱਖਣੀ ਜੀ ਨੇ, ਅੱਗੋਂ ਬੱਚੇ ਨੇ। ਇੱਕ ਹੈਗਾ ਜਿਹੜਾ ਤੁਸੀਂ ਸਾਰੇ ਪਰਿਵਾਰ ਦਾ ਨਾਮ ਲੈ ਲਿਆ, ਉਹਦੇ 'ਚ ਅਸੀਂ ਵੀ ਆ ਗਏ, ਆ ਗਏ ਨਾ, ਆਪਣਾ ਵੀ ਨਾਮ ਵੀ ਲੈ ਲਓ, ਗੁਰੂ ਦੇ ਸਿੱਖ ਅਸੀਂ ਸਾਰੇ, ਠੀਕ ਹੈ। ਹਾਂ, ਤਾਂ ਥੋੜ੍ਹਾ ਜਿਹਾ ਬੜੀ ਬਰੀਫਲੀ ਅਸੀਂ ਗੱਲ ਕਰਨੀ ਹੈ ਕਿ ਉਹਨਾਂ ਦਾ ਰਿਸ਼ਤਾ ਕਿੱਦਾਂ ਦਾ ਸੀਗਾ। ਮੈਂ ਤਾਂ ਕਾਲੂ ਜੀ ਦੇ ਨਾਲ, ਹਾਂ, ਤੁਸੀਂ ਮਾੜਾ ਜਿਹਾ ਸੋਚ ਕੇ ਇੱਕ ਲਾਈਨ ਜਾਂ ਜੋ ਵੀ ਤੁਹਾਡੀ, ਇਹ ਥੋੜ੍ਹਾ ਓਨੈਸਟ ਆਂਸਰ ਹੋਣਾ ਚਾਹੀਦਾ, ਇੱਕ ਲਿਖਿਆ ਪੜ੍ਹਿਆ ਨਹੀਂ ਜਿਹੜਾ ਕਿ ਸਾਰਿਆਂ ਨੂੰ ਪਸੰਦ ਆਏ, ਉਹ ਵਾਲਾ ਆਂਸਰ ਨਹੀਂ ਅਸੀਂ ਭਾਲ ਰਹੇ, ਕੁਛ ਇੱਦਾਂ ਦਾ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਇੱਦਾਂ ਦਾ ਰਿਲੇਸ਼ਨ ਸੀਗਾ ਸੱਚੇ ਪਾਤਸ਼ਾਹ ਦਾ ਉਹਨਾਂ ਦੇ ਪਿਤਾ ਜੀ ਦੇ ਨਾਲ। ਕੋਈ ਇੱਕ ਜਣਾ ਤੁਹਾਨੂੰ ਲੱਗਦਾ ਕਿ ਹਾਂ ਇਹ ਮੇਰੀ ਅੰਡਰਸਟੈਂਡਿੰਗ ਹੈ? ਹਾਂਜੀ, ਪਤਾ ਨਾ ਸਾਰਿਆਂ ਨੂੰ, ਪਿਤਾ ਜੀ ਬਾਰੇ ਵੀ ਪਤਾ ਹੈ। ਗੁਰੂ ਮਹਾਰਾਜ, ਉਹ ਡਰ ਲੱਗਦਾ ਦੱਸਣ, ਸੋਚਣਾ ਪੈਂਦਾ ਨਾ, ਦੱਸੋ ਇੱਕ ਨੋਰਮਲ। ਹਾਂ, ਅੱਛਾ, ਥੋੜ੍ਹੇ ਜਿਹੇ ਪ੍ਰੋਬਲਮਸ ਨਹੀਂ ਸੀ ਵਿੱਚ, ਹੈ ਸੀ ਕਿ ਨਹੀਂ? ਹੈ ਸੀ, ਕੋਈ ਗੱਲ ਨਹੀਂ, ਡਰਨ ਦੀ ਲੋੜ ਨਹੀਂ ਹੈ। ਮੈਨੂੰ ਕੁੱਟ ਪਏਗੀ ਜੇ ਪਏਗੀ ਕੈਮਰੇ, ਤਾਂ ਮੈਂ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ। ਹਾਂ, ਥੋੜ੍ਹੀ ਜਿਹੀ ਪ੍ਰੋਬਲਮ ਸੀ। ਹਾਂ, ਹੋਰ ਕੁਛ, ਹੋਰ ਕੋਈ ਗੱਲ? ਅੱਛਾ, ਓਕੇ, ਠੀਕ ਹੈ, ਦੁਨਿਆਵੀ ਪਿਓ ਵਾਂਗੂ ਰਿਸ਼ਤਾ ਸੀ। ਹਾਂਜੀ ਭਾਅ ਜੀ, ਸਭ ਨੂੰ ਮੈਨੂੰ ਸੁਣਦਾ ਨਹੀਂ, ਇਹ ਮਾਈਕ ਦੇ ਸਕਦੇ ਉਹਨਾਂ ਨੂੰ? ਹਾਂਜੀ ਹਾਂਜੀ, ਹਾਂ, ਉਹਨਾਂ 'ਚ ਆ ਰਿਹਾ ਮਾਈਕ, ਆ ਰਿਹਾ, ਕਿਉਂਕਿ ਸਾਰੇ ਫਿਰ ਸੁਣ ਸਕਦੇ ਆ ਤੁਹਾਡਾ ਆਂਸਰ ਨਾ। ਤਾਂ ਉਹਨਾਂ 'ਚ ਸਾਰੇ ਸੋਚੋ ਜਿਹਨਾਂ 'ਚ ਮਾਈਕ ਪਹੁੰਚ ਰਿਹਾ ਹੈ। ਸਿਰ ਇੱਕ ਨਾਲ ਇਹ ਵੀ ਸੋਚਣੀ ਹੈ ਗੱਲ, ਨਾਲ ਨਾਲ ਅਗਲਾ ਮੇਰਾ ਸਵਾਲ ਹੈਗਾ ਕਿ ਤੁਸੀਂ ਆਪਣੇ ਬੱਚੇ ਨੂੰ ਚਾਹੋਗੇ ਕਿ ਤੁਹਾਡਾ ਰਿਸ਼ਤਾ ਅਤੇ ਤੁਹਾਡੇ ਬੱਚੇ ਦਾ ਰਿਸ਼ਤਾ ਉੱਦਾਂ ਦਾ ਹੋਏ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ, ਅਤੇ ਮੈਂ ਤਾਂ ਕਾਲੂ ਜੀ ਦਾ ਸੀ? ਇਹ ਸਵਾਲ ਹੈ, ਹਾਲੇ ਜਵਾਬ ਨਹੀਂ ਦੇਣਾ, ਇਹਦਾ ਸਿਰਫ ਇਹਦੇ ਬਾਰੇ ਸੋਚਣਾ ਹੈ, ਠੀਕ ਹੈ? ਇਹ ਆਈ ਥਿੰਕ ਪੇਰੈਂਟਸ ਤਾਂ ਜ਼ਿਆਦਾ ਇਹ ਚੀਜ਼ ਐਪਲੀਕੇਬਲ ਹੈਗੀ ਹੈ, ਸੋ ਥੋੜ੍ਹਾ ਜਿਹਾ ਇਹਦੇ ਬਾਰੇ ਸੋਚਣਾ। ਓਕੇ, ਹੋਰ ਵੀ ਜੇ ਕੁਛ ਮਾਇੰਡ 'ਚ, ਤੁਸੀਂ ਭੈਣ ਜੀ ਕੁਛ ਕਹਿਣਾ ਸੀ? ਹਾਂਜੀ ਠੀਕ ਹੈ, ਅੱਛਾ ਠੀਕ ਹੈ, ਉਹ ਕਹਿ ਰਿਹਾ ਕਿ ਪਿਤਾ ਜੀ ਦੀ ਇੱਕ ਨੋਰਮਲ ਐਕਸਪੈਕਟੇਸ਼ਨ ਸੀ ਜਿਹੜੀ ਹਰ ਇੱਕ ਪਿਤਾ ਦੀ ਹੁੰਦੀ ਹੈ ਲਾਈਫ ਦੇ ਵਿੱਚ ਕਿ ਮੇਰਾ ਬੱਚਾ ਐਵੇਂ ਐਵੇਂ ਕਰੇ, ਅਤੇ ਜਦੋਂ ਉਹ ਨਹੀਂ ਪੂਰੀ ਹੁੰਦੀ ਸੀ ਤਾਂ
ਫਿਰ ਗੜਬੜ ਹੋ ਜਾਂਦੀ ਸੀ। ਇੱਦਾਂ ਹੀ ਹੈ ਨਾ, ਤੁਸੀਂ ਤਾਂ ਨਹੀਂ ਇੱਦਾਂ ਕਿਹਾ, ਮੈਂ ਕਹਿ ਤਾ। ਹਾਂ ਤਾਂ ਇੱਦਾਂ ਇੱਦਾਂ ਹੋ ਜਾਂਦਾ ਸੀ। ਹਾਂ ਬਿਲਕੁਲ ਸਹੀ, ਇੱਦਾਂ ਹੈ ਨਾ। ਹਾਂ ਤਾਂ ਦੇਖਿਓ ਭੈਣ ਜੀ ਨੂੰ ਫਿਰ ਉਹਨਾਂ ਦਾ ਵਿਚਾਰ ਲੈ ਕੇ ਅਸੀਂ ਅੱਗੇ ਚੱਲਦੇ ਹਾਂ। ਉਹ ਪਿੱਛੇ ਭੈਣ ਜੀ ਨੇ ਉਹਨਾਂ ਨੂੰ ਦੇਖਿਆ। ਹਾਂਜੀ ਹਾਂਜੀ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਦੂਸਰਾ ਦਿਸਦਾ ਹੀ ਨਹੀਂ ਸੀ, ਉਹਨਾਂ ਨੂੰ ਦਿਸਦਾ ਹੀ ਇੱਕੋ ਸੀ। ਇਹ ਸਾਡੇ ਸੰਸਾਰੀ ਲੋਕਾਂ ਨੂੰ ਦੂਸਰਾ ਦਿਸਦਾ ਅਤੇ ਮਤਭੇਦ ਆਉਂਦੇ ਨੇ। ਉਹਨਾਂ ਨੇ ਜਦੋਂ ਦੇਖਿਆ ਹੀ ਇੱਕ ਤਾਂ ਮਤਭੇਦ ਸਾਰਾ ਖਤਮ ਹੋ ਗਿਆ ਕਿ ਉਹਦੀ ਸਿਰਫ ਲੀਲਾ ਚੱਲ ਰਹੀ ਹੈ, ਹੋਰ ਕੁਛ ਵੀ ਨਹੀਂ ਹੋ ਰਿਹਾ। ਠੀਕ ਹੈ, ਤਾਂ ਸੋ ਜੇ ਅਸੀਂ ਇਹਨੂੰ ਰੈਪ ਕਰਨਾ ਹੋਏ ਕਿ ਉਹਨਾਂ ਦਾ ਰਿਸ਼ਤਾ ਪਿਤਾ ਜੀ ਨਾਲ ਕਿਵੇਂ ਸੀ, ਜਾਂ ਪਿਤਾ ਜੀ ਦਾ ਰਿਸ਼ਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਕਿਵੇਂ ਦਾ ਸੀ, ਹਾਂ ਉਹੀ ਕਹਿ ਰਹੀਆਂ ਨੇ ਕਿ ਉਹ ਸਿਰਫ ਤੇ ਸਿਰਫ ਪਰਮਾਤਮਾ ਹੀ ਦੇਖਦੇ ਸੀ ਹਰ ਇੱਕ। ਠੀਕ ਹੈ, ਮਤਲਬ ਆਪਣੇ ਪਿਤਾ ਜੀ ਨੂੰ ਪਰਮਾਤਮਾ ਹੀ ਦੇਖਦੇ ਸੀ। ਓਕੇ ਠੀਕ, ਤੇ ਇਹੀ ਸਾਡਾ ਰਿਸ਼ਤਾ ਵੀ ਤਾਂ ਸਭ ਨੇ ਇੱਕੋ ਜਿਹਾ ਹੋ ਸਕਦਾ ਜਦੋਂ ਅਸੀਂ ਹਰ ਇੱਕ ਨੂੰ ਜਿਵੇਂ ਤੁਸੀਂ ਜਤ ਦੇਖਾਂ ਤਤ ਸੋਏ, ਤੇ ਜਦੋਂ ਅਸੀਂ ਇਸ ਦ੍ਰਿਸ਼ਟੀ ਨਾਲ ਦੇਖਾਂਗੇ ਸਭ ਨੂੰ, ਕਿਉਂਕਿ ਪਿੱਛੇ ਸਿਰਫ ਪਿੱਛੇ ਜਾਣਾ ਹੈ ਕਿ ਪਿੱਛੇ ਕੌਣ ਵਰਤ ਰਿਹਾ। ਠੀਕ ਹੈ, ਅੱਗੇ ਨਹੀਂ ਜਾਣਾ, ਪਿੱਛੇ ਜਾਣਾ ਕਿ ਪਿੱਛੇ ਹਰ ਇੱਕ ਦੇ ਅੰਦਰ ਪਿੱਛੇ ਕੌਣ ਵਰਤ ਰਿਹਾ। ਜਦੋਂ ਕਾਠ ਕੀ ਪੁਤਲੀ ਵਾਲੀ ਦ੍ਰਿਸ਼ਟੀ ਬਣੇਗੀ ਤੇ ਫਿਰ ਦੂਸਰਾ ਦਿਸੇਗਾ ਹੀ। ਠੀਕ ਹੈ ਜੀ, ਹਾਂ ਬੜੀ ਵੱਡੀ ਗੱਲ ਹੋ ਗਈ ਇਹਦੇ ਵਿੱਚ ਕਿ ਜਦੋਂ ਜਿਹੜੀ ਅਸੀਂ ਗੱਲ ਤੋਂ ਸ਼ੁਰੂ ਕੀਤੀ ਸੀ ਕਿ ਜਦੋਂ ਜਦੋਂ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਉਹ ਹੈਗੀ ਹੈ ਤਾਂ ਉਹਨਾਂ ਨੂੰ ਹੋਰ ਕੋਈ ਦੇਖ ਨਹੀਂ ਰਿਹਾ, ਤਾਂ ਦੂਸਰੇ ਪੱਖ ਵਿੱਚੋਂ ਭੈਣ ਜੀ ਨੇ ਜਵਾਬ ਦੇ ਦਿੱਤਾ ਵੀ ਭੈਣ ਜੀ ਦੀਆਂ ਪਿਤਾ ਜੀ ਦੀਆਂ ਐਕਸਪੈਕਟੇਸ਼ਨਸ ਆਪਣੇ ਪੁੱਤਰ ਤੋਂ ਦੁਨਿਆਵੀ ਤੌਰ 'ਤੇ ਸੀ। ਅਗਲਾ ਸਵਾਲ ਕਿ ਜੇ ਜਿਹੜੇ ਕਾਫੀ ਇਹਦਾ ਨੇ ਇੰਸੀਡੈਂਟਸ ਆਪਾਂ ਨੂੰ ਮਿਲਦੇ ਨੇ ਇਤਿਹਾਸ ਵਿੱਚ ਜਿੱਥੇ ਸਾਨੂੰ ਲੱਗਦਾ ਵੀ ਕਨਫਲਿਕਟ ਹੈ, ਠੀਕ ਹੈ, ਤਾਂ ਉਹ ਕਨਫਲਿਕਟ ਮਤਲਬ ਕਿ ਥੋੜ੍ਹੀ ਕੁਛ ਚੱਲ ਰਿਹਾ, ਕੋਈ ਫ੍ਰਿਕਸ਼ਨ ਹੈ ਇੱਦਾਂ ਕਹਿ ਲਓ, ਤਾਂ ਉੱਥੇ ਕਦੀ ਵੀ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਤੋਂ ਬਾਗੀ ਹੋਏ ਜਾਂ ਰੁੱਖਾ ਬੋਲੇ ਜਾਂ ਜਿੱਦਾਂ ਅਸੀਂ ਕਰਦੇ ਹਾਂ ਪੇਰੈਂਟਸ ਦੇ ਨਾਲ ਅੱਜ ਕੱਲ੍ਹ ਉੱਦਾਂ ਕੀਤਾ, ਇਹ ਸਵਾਲ ਹੈ। ਅਤੇ ਤੁਸੀਂ ਸਾਰਿਆਂ ਨੇ ਆਂਸਰ ਦੇ ਦਿੱਤਾ ਆਪਣੇ ਸਿਰ ਦੇ ਵਿੱਚ, ਠੀਕ ਹੈ, ਤਾਂ ਜੇ ਉਹ ਹੈਗਾ ਤਾਂ ਉਹਦੇ ਤੋਂ ਸਾਨੂੰ ਸਿੱਖਣ ਨੂੰ ਦੇ ਰਿਹਾ ਕੁਛ, ਸਾਨੂੰ ਇੱਕ ਬੜਾ ਵੱਡਾ ਪੇਰੈਂਟਿੰਗ ਲੈਸਨ ਮਿਲ ਰਿਹਾ ਇਹਦੇ 'ਚ ਦੋ ਪੱਖੀ। ਇੱਕ ਤਾਂ ਇਹ ਕਿ ਹੋ ਸਕਦਾ ਕਿ ਮੈਂ ਐਜ਼ ਏ ਪੇਰੈਂਟ ਚਾਹੁੰਦੇ ਹਾਂ ਕਿ ਮੇਰਾ ਬੱਚਾ ਡਾਕਟਰ ਬਣੇ, ਅਸੀਂ ਐਜ਼ ਏ ਪੇਰੈਂਟ ਚਾਹੁੰਦੇ ਹਾਂ ਕਿ ਮੇਰਾ ਬੱਚਾ ਲੋਇਰ ਇੰਜੀਨੀਅਰ ਬਣੇ ਜਾਂ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਪਰ ਤੁਹਾਡਾ ਬੱਚਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਆਰਟਿਸਟ ਹਾਂ, ਠੀਕ ਹੈ, ਜਾਂ ਤੁਹਾਡਾ ਬੱਚਾ ਕਹਿੰਦਾ ਕਿ ਨਹੀਂ ਮੈਂ ਤਾਂ ਸੋਸ਼ਲ ਵਰਕਰ ਹਾਂ ਜਾਂ ਮੈਂ ਕੁਛ ਹੋਰ ਕਰਨਾ ਲਾਈਫ 'ਚ, ਮੇਰਾ ਕੁਛ ਡਰੀਮ ਕੁਛ ਹੋਰ ਹੈ, ਤਾਂ ਕੀ ਸਾਨੂੰ ਉਸ ਚੀਜ਼ ਲਈ ਥੋੜ੍ਹਾ ਅਲਾਓ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਠੀਕ ਹੈ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਵਿਜ਼ਨ ਕੁਛ ਹੋਰ ਸੀ, ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਮੈਂ ਇੱਥੇ ਟ੍ਰੇਡਸਮੈਨ ਬਣ ਕੇ ਆਇਆ, ਮੈਂ ਸਿਰਫ ਬਿਜ਼ਨਸ ਕਰਨ ਆਇਆ ਅਤੇ ਪੈਸੇ ਕਮਾਉਣ ਆਇਆ, ਠੀਕ ਹੈ, ਪਰ ਸਾਨੂੰ ਸਿਖਾਉਣ ਲਈ ਹੋ ਰਿਹਾ। ਪਹਿਲਾਂ ਆਪਾਂ ਇਹ ਸਮਝ ਲਈਏ ਵੀ ਪਿਤਾ ਕਾਲੂ ਜੀ ਕੁਛ ਗਲਤ ਨਹੀਂ ਕਰ ਰਹੇ, ਉਹ ਤਾਂ ਇੱਕ ਬੜਾ ਔਖਾ ਰੋਲ ਪਲੇ ਕਰਨ ਆਏ ਨੇ, ਬਹੁਤ ਔਖਾ ਉਹਨਾਂ ਨੂੰ ਗੁਰੂ ਮਹਾਰਾਜ ਨੇ ਰੋਲ ਦਿੱਤਾ ਸਭ ਅਕਾਲ ਪੁਰਖ ਦੀ ਖੇਡ ਦੇ ਵਿੱਚ, ਤਾਂ ਉਹ ਉਹਨਾਂ ਨੇ ਰੋਲ ਬਾਖੂਬੀ ਨਿਭਾਇਆ। ਕੋਈ ਆਮ ਇਨਸਾਨ ਹੋ ਸਕਦਾ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਤਾ ਜੀ ਕੋਈ ਆਮ ਹੋ ਸਕਦਾ? ਮਾਤਾ ਤ੍ਰਿਪਤਾ ਜੀ ਕੋਈ ਆਮ ਮਾਤਾ ਹੋ ਸਕਦੀ? ਪਹਿਲਾਂ ਆਪਣੇ ਮਨਾਂ 'ਚੋਂ ਕੱਢਦੀ, ਜੇ ਅਸੀਂ ਸਾਖੀਆਂ ਪੜ੍ਹਦੇ ਹਾਂ ਨਾ, ਉਹ 'ਚ ਬੜਾ ਲਿਖਿਆ ਹੁੰਦਾ ਹੈ ਪਿਤਾ ਜੀ ਨੇ ਇੱਦਾਂ ਕੀਤਾ ਇੱਦਾਂ ਕੀਤਾ, ਉਹਨਾਂ ਨੂੰ ਮਾੜਾ ਦਿਖਾਇਆ ਜਾਂਦਾ, ਪਹਿਲਾਂ ਉਹ ਦਿਮਾਗ 'ਚੋਂ ਕੱਢਦੀ ਆਪਾਂ ਸਾਰਾ ਕੁਛ, ਉਹ ਤਾਂ ਇੱਕ ਰੋਲ ਪਲੇ ਕਰਨ ਆਏ ਨੇ। ਔਰ ਜੇ ਨਾ ਕੀਤਾ ਹੁੰਦਾ ਤਾਂ ਸਾਡੇ ਲਈ ਆ ਲੈਸਨਸ ਨਹੀਂ ਹੋਣੇ ਸੀ। ਭਾਈ ਮਰਦਾਨਾ ਜੀ ਨੇ ਸਾਰੀ ਖੇਡ ਖੇਡੀ,
ਆਪਾਂ ਉਹਨਾਂ ਦੀ ਗੱਲ ਕਰਾਂਗੇ ਹੁਣੇ। ਸੋ ਕਮਿੰਗ ਬੈਕ, ਉਹਦੇ 'ਚ ਸਾਨੂੰ ਲੈਸਨ ਮਿਲ ਰਹੇ ਨੇ, ਥੋੜ੍ਹਾ ਤੁਸੀਂ ਆਪ ਵੀ ਡਰਾਅ ਕਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਮੈਂ ਜੇ ਹਰ ਇੱਕ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮਾਂ ਬਹੁਤ ਲੱਗੇਗਾ। ਪਿਤਾ ਜੀ ਦੇ ਨਾਲ ਉਹਨਾਂ ਦਾ ਵਿਹਾਰ ਔਰ ਪਿਤਾ ਜੀ ਦਾ ਰੋਲ ਔਰ ਆਲਸੋ ਫੋਰ ਪੇਰੈਂਟਸ ਕਿ ਥੋੜ੍ਹਾ ਜਿਹਾ ਅਸੀਂ ਉਸ ਇੱਕ ਨੈਰੋ ਲਾਈਨ ਦੇ ਵਿੱਚੋਂ ਥੋੜ੍ਹਾ ਜਿਹਾ ਬਾਹਰ ਹੋ ਕੇ ਸੋਚੀਏ, ਠੀਕ ਹੈ। ਮਾਤਾ ਤ੍ਰਿਪਤਾ ਜੀ ਦੇ ਨਾਲ ਸੇਮ ਕਹਿੰਦੇ, ਮਾਤਾ ਤ੍ਰਿਪਤਾ ਜੀ ਨੇ ਉਹ ਜਿੱਦਾਂ ਮਾਂ ਦਾ ਦਿਲ ਹੁੰਦਾ ਇੱਥੋਂ ਤੱਕ ਕਹਿਤਾ ਸੀ ਕਿ ਨਾਨਕ ਤੂੰ ਕੁਛ ਵੀ ਨਾ ਕਰ, ਤੂੰ ਬਸ ਘਰ ਰਿਹਾ ਕਰ, ਰੋਟੀ ਖਾ ਲਿਆ ਕਰ, ਐਵੇਂ ਲਿਖਿਆ ਭਾਈ ਵੀਰ ਸਿੰਘ ਜੀ ਨੇ, ਨਾਨਕ ਤੂੰ ਕੁਛ ਵੀ ਨਾ ਕਰ, ਤੂੰ ਬਸ ਮੇਰੇ ਅੱਖਾਂ ਤੋਂ ਦੂਰ ਨਾ ਜਾਇਆ ਕਰ, ਜਿੱਦਾਂ ਮਾਵਾਂ ਚਾਹੁੰਦੀਆਂ ਹੁੰਦੀਆਂ ਨੇ। ਤਾਂ ਕੀ ਨਾਨਕ ਜੀ ਕੰਮ ਨਹੀਂ ਕਰਨਾ ਚਾਹੁੰਦੇ ਸੀ? ਹੁਣ ਤਾਂ ਅਸੀਂ ਸਾਡੇ 'ਚੋਂ ਬਹੁਤ ਜਣੇ ਐਵੇਂ ਦੇ ਨੇ ਜਿਹੜੇ ਕਹਿ ਦਿੰਦੇ ਨੇ, ਲੈ ਉਹ ਕਿਹੜਾ ਕੰਮ ਕਰਨਾ ਚਾਹੁੰਦੇ ਸੀ, ਮੈਂ ਵੀ ਗੁਰਦੁਆਰੇ ਰਹਿਣਾ, ਬਸ ਇੱਥੇ ਗੁਰੂ ਗੁਰੂ ਜਪਾਂਗੇ, ਲੰਗਰ ਖਾ ਲਾਂਗੇ, ਸੌ ਲਾਂਗੇ। ਦੱਸੋ, ਮੈਂ ਥੋੜ੍ਹੇ ਕੰਟਰੋਵਰਸੀ ਤੁਹਾਨੂੰ ਸਵਾਲ ਪੁੱਛ ਰਹੀ ਹਾਂ, ਪਰ ਮੇਰਾ ਮਕਸਦ ਹੀ ਹੈ, ਥੋੜ੍ਹੀ ਜਿਹੀ ਲਾਵਾਂਗੇ, ਥੋੜ੍ਹੀ ਜਿਹੀ ਟੀਕਾ ਟੁਕਾ ਲਾਵਾਂਗੇ ਤਾਂ ਫਿਰ ਤਾਂ ਹੀ ਗੱਲ ਬਣੇਗੀ। ਇਹ ਸਵਾਲ ਸਿਰਫ ਤੁਹਾਡੇ ਲਈ ਨਹੀਂ, ਮੇਰੇ ਲਈ ਵੀ ਉਨਾ ਹੀ, ਆਪਾਂ ਵਿਚਾਰ ਕਰ ਰਹੇ ਹਾਂ। ਦੱਸੋ, ਦੇਖੋ ਨਾ, ਸਾਡੇ ਸਾਹਮਣੇ ਇਤਿਹਾਸ 'ਚ ਐਵੇਂ ਕਹਿ ਰਿਹਾ, ਐਵੇਂ ਸਾਨੂੰ ਦੱਸਿਆ ਜਾ ਰਿਹਾ, ਜਿੱਦਾਂ ਪੇਸ਼ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਉੱਥੇ ਜਾਂਦੇ ਸੀ, ਮੱਝੀਆਂ ਚਾਰਨ ਸੌਂ ਜਾਂਦੇ ਸੀ, ਠੀਕ ਹੈ। ਤਾਂ ਅਸੀਂ ਹੁਣ ਅੱਜ ਦੇ ਬੱਚੇ ਕਹਿ ਰਹੇ ਹਾਂ ਕਿ ਮੈਂ ਤਾਂ ਗੁਰਦੁਆਰੇ ਜਾਣਾ, ਉੱਥੇ ਖਾਣਾ ਪੀਣਾ, ਮੇਰਾ ਕੰਮ ਹੈ ਸਿਰਫ, ਮਤਲਬ ਉਹ ਤਿੰਨ ਪ੍ਰਿੰਸੀਪਲਸ ਦੀ ਆਪਾਂ ਗੱਲ ਕੀਤੀ ਸੀ ਨਾ, ਕਿਹੜੇ ਕਿਹੜੇ, ਹਾਂ ਆਪਾਂ ਕਹਿੰਦੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਤਿੰਨ ਕਿਉਂ ਸੀ ਫਿਰ? ਇਕੱਲਾ ਨਾਮ ਜਪੋ ਕਹਿ ਦੇਣਾ ਸੀ, ਕਹਿ ਸਕਦੇ ਸੀ ਨਾ, ਹਾਂ। ਜਦੋਂ ਹੀ ਉਹਦਾ ਬੈਲੈਂਸ ਥੋੜ੍ਹਾ ਜਿਹਾ ਖਰਾਬ ਹੋਣ ਲੱਗਾ ਤਾਂ ਮਤਲਬ ਸਾਡਾ ਬੈਲੈਂਸ ਵੀ ਖਰਾਬ ਹੋ ਜਾਏਗਾ। ਓਕੇ, ਹੁਣ ਇੱਥੇ ਕੋਈ ਅਗਲਾ ਸਵਾਲ ਇਹ ਵੀ ਆ ਜਾਂਦਾ ਕਿ ਕੋਈ ਐਵੇਂ ਕਹੇਗਾ ਕਿ ਉਹ ਤਾਂ ਨਾਮ ਰਸੀਆ, ਉਹਨੂੰ ਤਾਂ ਸੁੱਧ ਕੀ ਨਾ ਸੁੱਧ ਰਹੀ, ਉਹ ਵੀ ਹੈ ਨਾਲ। ਸੋ ਥੋੜ੍ਹਾ ਜਿਹਾ ਸੋਚੀ ਚੱਲੋ ਨਾਲ ਦੀ ਨਾਲ, ਇੱਦਾਂ ਵੀ ਹੋ ਸਕਦਾ, ਇੱਦਾਂ ਵੀ ਹੋ ਸਕਦਾ। ਹੁਣ ਉਸ ਸਿਚੁਏਸ਼ਨ 'ਚ ਕੀ ਕਰੋਗੇ? ਜਿਹਦੀ ਇੱਥੇ ਅਵਸਥਾ ਪਹੁੰਚ ਗਈ ਨਾ, ਉੱਥੇ ਅਸੀਂ ਕੁਸਚਨ ਕਰ ਹੀ ਨਹੀਂ ਪਾਵਾਂਗੇ ਕਿਸੇ ਨੂੰ, ਉੱਥੇ ਸਾਡਾ ਸਵਾਲ ਨਹੀਂ ਆਏਗਾ। ਪਰ ਜੇ ਸਾਡੀ ਉੱਥੇ ਅਵਸਥਾ ਹੈ, ਅਸੀਂ ਪਹੁੰਚ ਗਏ ਹਾਂ, ਤਾਂ ਫਿਰ ਮੈਨੂੰ ਲੱਗਦਾ ਸਾਨੂੰ ਭੁੱਖ ਵੀ ਨਹੀਂ ਲੱਗਣੀ ਬਾਹਲੀ, ਨਾ ਬਾਹਲੀ ਪਿਆਸ ਲੱਗਣੀ ਹੈ, ਫਿਰ ਉਹ ਸਿਸਟਮ ਨਹੀਂ ਹੋਣਾ, ਲਿਆਓ ਲੰਗਰ 'ਚ ਕੀ ਬਣਿਆ ਅੱਜ, ਜਾਂ ਮੈਨੂੰ ਉਹ ਜਿਹੜੀਆਂ ਤ੍ਰਿਸ਼ਨਾਵਾਂ ਅਤੇ ਉਹ ਸਾਰਾ ਕੁਛ, ਬੜਾ ਈਜ਼ੀ ਹੈਗਾ ਉਸ ਚੀਜ਼ ਨੂੰ ਜੱਜ ਕਰਨਾ। ਤਾਂ ਅਸੀਂ ਆਪਣੇ ਆਪ ਨੂੰ ਹਮੇਸ਼ਾ ਇਹ ਪ੍ਰੇਰਣਾ ਦੇ ਕੇ ਚੱਲੀਏ ਕਿ ਅਸੀਂ ਕਿਰਤੀ ਹੋਣਾ ਇਹੋ ਜਿਹੇ ਜਿਹੜੀ ਵੀ ਕਿਰਤ ਕਰ ਰਹੇ ਨੇ ਉਹਦੇ 'ਚ ਪੂਰੀ ਦ੍ਰਿੜਤਾ ਲਾ ਦੇਣ, ਪੂਰੀ ਦ੍ਰਿੜਤਾ, ਪੂਰਾ ਪੈਸ਼ਨ ਹੋਏ, ਪੂਰੀ ਡੈਡੀਕੇਸ਼ਨ ਹੋਏ, ਔਰ ਆਪਣੀ ਕਿਰਤ ਨੂੰ ਸ਼ੌਂਕ ਬਣਾ ਦੇਣਾ, ਭਾਵੇਂ ਔਖੀ ਹੋਏ। ਜਿਹੜੇ ਬੱਚੇ ਪੜ੍ਹ ਰਹੇ ਹਾਂ ਉਹਨਾਂ ਲਈ ਪੜ੍ਹਾਈ ਕਿਰਤ ਹੈ, ਠੀਕ ਹੈ। ਤੁਸੀਂ ਅੱਜ ਪੜ੍ਹੋਗੇ, ਤੁਸੀਂ ਕਿਤੇ ਪਹੁੰਚੋਗੇ ਤਾਂ ਕੌਮ ਦੀ ਅਗਵਾਈ ਕੱਲ੍ਹ ਨੂੰ ਕਰੋਗੇ। ਜਿਹੜੇ ਸਾਡੇ ਜਥੇਦਾਰ ਹੁਣ ਫਿਊਚਰ ਦੇ ਵਿੱਚ ਆਉਣ ਲੱਗਿਆਂ, ਉਹ ਇੰਨੇ ਇੰਟਲੈਕਚੁਅਲ ਹੋਣ, ਹੁਣ ਵੀ ਅੱਛੇ ਨੇ ਪਰ ਮੈਂ ਫਿਊਚਰ ਦੀ ਗੱਲ ਕਰ ਰਹੀ ਹਾਂ, ਇੰਨੇ ਇੰਟਲੈਕਚੁਅਲ ਹੋਣ ਕਿ ਉਹਨਾਂ ਨੂੰ ਕਿਤੇ ਕਿਹੜੇ ਮਰਜ਼ੀ ਦੇਸ਼ 'ਚ ਬੁਲਾ ਲਿਆ ਜਾਏ, ਉਹਨਾਂ ਨੂੰ ਭਾਸ਼ਾ ਆਉਂਦੀ ਹੋਏ ਉੱਥੇ ਦੀ, ਠੀਕ ਹੈ। ਉਹਨਾਂ ਕੋਲ ਇੱਕ ਵਾਦ ਵਿਵਾਦ ਕਰਨ ਦਾ ਜਿੱਥੇ ਲੋੜ ਪਏ, ਜਿੱਥੇ ਵਿਚਾਰ ਕਰਨ ਦੀ ਲੋੜ ਪਏ, ਉਹਨਾਂ ਕੋਲ ਉਹ ਸਾਰਾ ਇੰਟਲੈਕਟ ਹੋਏ। ਉਹ ਤਾਂ ਹੈ, ਹੁਣ ਵੀ ਹੈ, ਇੱਦਾਂ ਨਹੀਂ ਵੀ ਗਿਆਨ ਨਹੀਂ ਹੈਗਾ, ਪਰ ਉਹਨੂੰ ਪ੍ਰਜੈਂਟ ਕਿੱਦਾਂ ਕਰਨਾ ਜੇ ਅਸੀਂ ਦੱਸ ਹੀ ਨਹੀਂ ਪਾਵਾਂਗੇ? ਹੁਣ ਇੱਥੇ ਕੋਈ ਇਸ ਤਰ੍ਹਾਂ ਦਾ ਬੈਠਾ ਆਡੀਅੰਸ ਜਿਹਨੂੰ ਪੰਜਾਬੀ ਨਾ ਸਮਝ ਲੱਗਦੀ ਹੋਏ, ਇੱਦਾਂ ਨਹੀਂ ਹੈ। ਮੈਂ ਲਾਸਟ ਵੀਕ ਟੋਰੋਂਟੋ ਸੀ ਤਾਂ ਉੱਥੇ ਆਡੀਅੰਸ ਦੇ ਵਿੱਚ ਇੱਕ ਭੈਣ ਸੀ, ਤਾਂ ਉਹਨੂੰ 3 ਕੁ ਮਹੀਨੇ ਹੋਏ ਨੇ ਸਿੱਖੀ ਚਾਏ, ਉਹ ਪੋਲਿਸ਼ ਹੈ, ਉਹਨੂੰ ਪੰਜਾਬੀ ਉਹਨੇ ਯੂਟਿਊਬ ਤੋਂ ਬਹੁਤ ਛੇਤੀ ਲਿਖਣੀ ਅਤੇ ਗੁਰਮੁਖੀ ਪੜ੍ਹਨੀ ਸਿੱਖ ਲਈ। ਉਹ ਆਪਣਾ ਨਿਤਨੇਮ ਵੀ ਕਰਦੀ ਹੈ, ਦੇਖੋ ਜਿਹਦੇ ਮਨ 'ਚ ਪਿਆਰ ਹੋਏ
ਪਰ ਉਹ ਬੋਲ ਨਹੀਂ ਸਕਦੀ ਅਤੇ ਸਮਝ ਵੀ ਨਹੀਂ ਸਕਦੀ। ਤਾਂ ਅਸੀਂ ਜਦੋਂ ਉੱਥੇ ਲੈਕਚਰ ਦੀ ਜਿਹੜਾ ਵਿਚਾਰ ਕਰ ਰਹੇ ਸੀ ਤਾਂ ਸਾਰੇ ਕਹਿੰਦੇ ਵੀ ਪੰਜਾਬੀ 'ਚ ਕਰੋ, ਉੱਥੇ ਜਨਰੇਸ਼ਨ ਜਿਹੜੀ ਹੈ। ਤਾਂ ਮੈਂ ਵੈਸੇ ਹੀ ਪੁੱਛ ਲਿਆ, ਮੈਂ ਕਿਹਾ ਕਿਸੇ ਨੂੰ ਮੁਸ਼ਕਲ ਤਾਂ ਨਹੀਂ, ਤਾਂ ਉਹਨੇ ਇੱਕ ਨੇ ਹੱਥ ਖੜ੍ਹਾ ਕਰ ਦਿੱਤਾ। ਤਾਂ ਮੈਨੂੰ ਬਾਅਦ 'ਚ ਪਰਸਨਲੀ ਵੀ ਆ ਕੇ ਮਿਲੀ, ਕਹਿੰਦੀ ਮੈਨੂੰ ਮਤਲਬ ਕੱਲ੍ਹ ਦਾ ਉਹ ਕਿੰਨਾ ਕੁਛ ਬੋਲ ਰਹੇ ਨੇ, ਮੇਰਾ ਅੰਦਰੋਂ ਤਰਸ ਰਿਹਾ ਕਿ ਮੈਨੂੰ ਸਮਝ ਲੱਗੇ। ਕਿਉਂ ਨਹੀਂ ਸਮਝ ਲੱਗ ਰਹੀ ਉਹਨੂੰ, ਪੰਜਾਬੀ ਸਮਝ ਨਹੀਂ ਆਉਂਦੀ, ਠੀਕ ਹੈ ਨਾ। ਇਸ ਕਰਕੇ ਜਦੋਂ ਅਸੀਂ ਪ੍ਰਜੈਂਟ ਕਰਨਾ, ਭਾਵੇਂ 'ਚ ਇੰਨਾ ਗਿਆਨ ਹੋਏ, ਜਦੋਂ ਭਾਸ਼ਾ ਦਾ ਗੈਪ ਆ ਗਿਆ ਫਿਰ ਠੀਕ ਹੈ। ਉਹ ਪਿਆਰ, ਉਹਦੇ ਪਿਆਰ 'ਚ ਉਹਦੇ ਅੱਖਾਂ 'ਚੋਂ ਹੰਝੂ ਵੀ ਵਹਿ ਰਹੇ ਨੇ ਜਦੋਂ ਕੋਈ ਬਾਣੀ ਦੀ ਲਾਈਨ ਸੁਣ ਰਹੀ ਹੈ ਜਾਂ ਉਹਨੂੰ ਕਿਤੇ ਕੁਝ ਸਮਝ ਆ ਰਿਹਾ, ਇੰਨੀ ਚੀਜ਼ ਹੀ ਉਹਦੇ ਨਾਲ ਕੰਮ ਕਰੀ ਜਾ ਰਹੀ ਹੈ। ਤਾਂ ਦੇਖੋ ਜੇ ਕਿਤੇ ਅਗਲੀ ਗੱਲ ਹੋ ਜਾਵੇ। ਇਸ ਕਰਕੇ ਅਸੀਂ ਉਹ ਫਿਊਚਰ ਲੀਡਰਸ ਬਣਨਾ ਜਿਹਨਾਂ ਕੋਲ ਲੈਂਗੁਏਜ ਸਕਿੱਲਸ ਵੀ ਹੈਗਾ। ਉਹਦੇ ਲਈ ਸਾਨੂੰ ਕਿਰਤ ਦੇ ਧਾਰਨੀ ਹੋਣਾ ਪਏਗਾ। ਵੀ ਆਰ ਨੋਟ ਲੇਜ਼ੀ ਪੀਪਲ, ਅਸੀਂ ਆਲਸੀ ਨਹੀਂ ਹੈਗੇ, ਨਾ ਅਸੀਂ ਅੰਮ੍ਰਿਤ ਵੇਲੇ 'ਚ ਆਲਸੀ ਹਾਂ, ਨਾ ਅਸੀਂ ਕਿਰਤ ਵਿੱਚ ਆਲਸੀ ਹਾਂ। ਸਾਡੇ ਕੋਲ ਬਾਣੀ ਵੀ ਹੈ, ਅੰਮ੍ਰਿਤ ਵੇਲੇ ਸਾਡੇ ਕੋਲ ਬਾਣੀ ਹੈ ਨਾ। ਜੇ ਉੱਥੇ ਆਲਸੀ ਹੋ ਗਏ ਤਾਂ ਬਾਣੀ ਹੋਏਗੀ ਨਹੀਂ ਹੋਏਗੀ। ਸਾਨੂੰ ਅੰਮ੍ਰਿਤ ਵੇਲਾ ਦਿੱਤਾ, ਬਾਣੀ ਦੇ ਦਿੱਤੀ, ਹਾਰਡ ਵਰਕ ਦਿੱਤਾ। ਅੰਮ੍ਰਿਤ ਵੇਲੇ ਉੱਠਣਾ ਸਭ ਤੋਂ ਵੱਡੀ ਘਾਲਣਾ ਹੈ। ਕਹਿੰਦੇ ਦਾ ਬਿਗੈਸਟ ਬੈਟਲ ਆਫ ਦਿਸ ਵਰਲਡ ਇਜ਼ ਬੈਟਲ ਆਫ ਡੂਬੇ। ਤੁਸੀਂ ਪਤਾ ਨਹੀਂ ਇੱਥੇ ਕੀ ਕਹਿੰਦੇ ਹੋ, ਪੰਜਾਬੀ 'ਚ ਤੁਹਾਨੂੰ ਦੱਸ ਦਿੰਦੀ ਹਾਂ। ਕਹਿੰਦੇ ਸਭ ਤੋਂ ਵੱਡੀ ਜੰਗ ਅੱਜ ਦੀ ਦੁਨੀਆ ਵਿੱਚ ਹੈਗੀ ਹੈ ਰਜਾਈ ਦੀ ਜੰਗ। ਰਜਾਈ ਕਹਿੰਦੇ ਨਾ, ਕੰਬਲ ਕਹਿ ਲਓ, ਕੰਬਲ ਦੀ ਜੰਗ ਜਾਂ ਰਜਾਈ ਦੀ ਜੰਗ, ਉਹ ਨਹੀਂ ਛੱਡੀ ਜਾਂਦੀ ਸਵੇਰੇ, ਉੱਠ ਨਹੀਂ ਹੁੰਦਾ। ਤਾਂ ਉਦੋਂ ਕਹਿੰਦੇ ਕਲਯੁੱਗ ਨੇ ਪੂਰਾ ਘੇਰਾ ਪਾਇਆ ਹੁੰਦਾ। ਜਿਹੜਾ ਉਹ ਜੰਗ ਜਿੱਤ ਗਿਆ ਫਿਰ ਮਨ ਜਿੱਤੇ ਜਗ ਜੀਤ ਵਾਲੀ ਗੱਲ ਵੀ ਆਈ ਹੈ। ਕੋਈ ਐਫਰਟ ਤਾਂ ਕਰਨੇ ਪੈਣਗੇ ਨਾ, ਠੀਕ ਹੈ। ਉਹ ਜੰਗ ਚੱਲ ਰਹੀ ਹੈ ਲਗਾਤਾਰ। ਇਸ ਕਰਕੇ ਬਹੁਤ ਜ਼ਰੂਰੀ ਹੈ, ਨਾ ਅਸੀਂ ਉੱਥੇ ਆਲਸੀ ਹੋਣਾ ਬਾਣੀ, ਅਤੇ ਨਾ ਹੀ ਅਸੀਂ ਆਲਸੀ ਹੋਣਾ ਜਦੋਂ ਅਸੀਂ ਕਿਰਤੀ ਹੈਗੇ ਹਾਂ, ਜਦੋਂ ਅਸੀਂ ਦੁਨੀਆ 'ਚ ਵਿਚਰ ਰਹੇ ਹਾਂ। ਕਿਉਂਕਿ ਅਸੀਂ ਚੋਲਾ ਕਿਹਦਾ ਪਾਇਆ, ਕਿਹਦਾ ਚੋਲਾ ਪਾਇਆ, ਹਾਂ ਗੁਰੂ ਨਾਨਕ ਦਾ ਚੋਲਾ ਪਾਇਆ ਅਸੀਂ। ਉਹ ਕਲੀਆਂ ਵਾਲਾ, ਟਕਸਾਲੀ ਜਾਂ ਜੱਥੇ ਵਾਲਾ ਜਾਂ ਨਾਨਕਸਰੀ ਨਹੀਂ ਪਾਇਆ, ਹਾਂ ਅਸੀਂ ਤਾਂ ਗੁਰੂ ਦਾ ਚੋਲਾ ਪਾਇਆ। ਗੁਰੂ ਦਾ ਹੀ ਚੋਲਾ ਪਾ ਕੇ ਰਹਿਣਾ ਆਪਾਂ। ਗੁਰੂ ਦਾ ਚੋਲਾ ਪਾਵਾਂਗੇ ਤਾਂ ਗੁਰੂ ਵਰਗੇ ਕੰਮ ਕਰਾਂਗੇ। ਜਿਹੜੇ ਦੇਸ਼ ਦੀ ਜਿਹੜੀ ਯੂਨੀਫਾਰਮ ਪਾਉਂਗੇ ਉਹਦੀਆਂ ਪੋਲਿਸੀਜ਼ ਫੋਲੋ ਕਰਾਂਗੇ ਨਾ ਆਪਾਂ, ਕਰਾਂਗੇ ਨਾ। ਇੱਥੇ ਦੀ ਪੁਲਿਸ ਹੈ, ਉਹਨਾਂ ਨੇ ਇੱਥੇ ਦਾ ਪਾਇਆ, ਜੋ ਵੀ ਉਹਨਾਂ ਦਾ ਲਿਬਾਸ ਹੈ, ਤਾਂ ਉਹਨਾਂ ਦੇ ਰੂਲਸ ਨੇ, ਉਹਨਾਂ ਨੇ ਉਹੀ ਫੋਲੋ ਕਰਨੇ ਨੇ। ਸਾਡਾ ਡਿਫਰੈਂਸ ਇਹ ਹੈ ਕਿ ਚੋਲਾ ਲੱਥ ਦਾ ਨਹੀਂ, ਉਹ ਪੁਲਿਸ ਹੀ ਹੈ ਤਾਂ ਜਾ ਕੇ ਲਾ ਦੇਣਗੇ ਚੋਲਾ, ਤਾਂ ਜੋ ਮਰਜ਼ੀ ਕਰੀ ਜਾਓ। ਸਾਡਾ ਚੋਲਾ ਨਹੀਂ ਲੱਥਦਾ, ਸਾਡਾ ਚੋਲਾ ਨਾਲ ਇਕੱਲਾ ਬਾਹਰ ਦਾ ਨਹੀਂ ਹੈਗਾ, ਇਹ ਅੰਦਰ ਦੀ ਖੇਡ ਹੈ, ਠੀਕ ਹੈ। ਅੱਛਾ, ਥੋੜ੍ਹਾ ਜਿਹਾ ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਸੀ, ਥੋੜ੍ਹੀ ਜਿਹੀ ਆਪਾਂ ਅੱਗੇ ਚੱਲੀਏ। ਹੁਣ ਹੋਰ ਆਪਾਂ ਬੇਬੇ ਨਾਨਕ ਜੀ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ, ਫਿਰ ਆਪਾਂ ਪਹੁੰਚਣਾ ਹੌਲੀ ਹੌਲੀ ਭਾਈ ਮਰਦਾਨਾ ਜੀ 'ਤੇ। ਬੇਬੇ ਨਾਨਕੀ ਜੀ ਬਾਰੇ ਆਪਾਂ ਕੀ ਜਾਣਦੇ ਹਾਂ, ਸਿਰਫ ਇੱਕ ਦੋ ਪੁਆਇੰਟਸ ਲੈਣੇ ਆ ਮੈਂ, ਸੋਚੋ ਕੁਛ। ਬੇਬੇ ਨਾਨਕੀ ਜੀ ਬਾਰੇ ਆਪਾਂ ਕੀ ਜਾਣਦੇ ਹਾਂ, ਜਾਂ ਅਸੀਂ ਉਹਨਾਂ ਨੂੰ ਕਿਵੇਂ ਦੇਖਦੇ ਹਾਂ। ਸਾਡਾ ਅੱਜ ਦਾ ਵਿਸ਼ਾ ਕੀ ਹੈ, ਕਿਸੇ ਨੇ ਪੜ੍ਹਿਆ ਹੋਏ, ਅੱਜ ਮੇਰੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਕਿੱਥੇ। ਤਾਂ ਆਪਾਂ ਆਪਣੀ ਜ਼ਿੰਦਗੀ 'ਚ ਗੁਰੂ ਨਾਨਕ ਨੂੰ ਲੱਭਣਾ ਕਿੱਥੇ ਆ, ਹੈ ਤਾਂ ਇੱਥੇ ਹੀ, ਬਸ ਲੱਭਣਾ ਹੀ ਹੈ। ਕਈਆਂ ਤੁਹਾਨੂੰ 'ਚੋਂ ਬਹੁਤਿਆਂ ਨੂੰ ਤਾਂ ਲੱਭੇ ਹੀ ਨੇ, ਅਸੀਂ ਤੁਹਾਡੇ ਕੋਲ ਲੱਭਣ ਆਏ ਹਾਂ। ਪਰ ਆਪਾਂ ਵਿਚਾਰ ਐਵੇਂ ਕਰਨੀ ਹੈ ਕਿ ਸਾਂਝ ਪਾ ਕੇ ਸਾਨੂੰ ਇੱਕ ਸਾਂਝੀਵਾਲਤਾ ਦਾ ਉਪਦੇਸ਼ ਮਿਲੇ। ਹਾਂਜੀ ਦੱਸੋ ਬੇਬੇ ਨਾਨਕੀ ਜੀ ਬਾਰੇ ਕੁਛ, ਕੌਣ ਦੱਸੇਗਾ? ਜਿੰਨਾ ਤੁਸੀਂ ਸਮਾਂ ਸਾਇਲੈਂਸ ਦਿਓਗੇ ਉਨਾ ਟਾਈਮ ਜ਼ਿਆਦਾ ਲੱਗੇਗਾ। ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਮਹਾਰਾਜ ਨੂੰ ਪਹਿਚਾਣਿਆ ਸੀ, ਠੀਕ ਹੈ। ਹੋਰ ਕੁਛ?
ਅੱਛਾ ਠੀਕ ਹੈ। ਹਾਂ ਕਹਿੰਦੇ ਸਿਰਫ ਸੰਸਾਰਿਕ ਰਿਸ਼ਤਾ ਨਹੀਂ ਸੀ, ਇੱਕ ਆਤਮਿਕ ਰਿਸ਼ਤਾ ਸੀ, ਕਿਉਂਕਿ ਹਾਂ ਕਿਉਂਕਿ ਪਛਾਣਿਆ ਸੀ। ਹਾਂ ਹੋਰ ਕੁਛ ਕਿਸੇ ਦਾ ਪੁਆਇੰਟ ਜੀ ਇੱਧਰ? ਇੰਡੀਆ 'ਚ ਮੈਨੂੰ ਲੱਗਦਾ ਸਿੰਘ ਜ਼ਿਆਦਾ ਸ਼ਰਮਾਉਂਦੇ ਹਨ। ਚਲੋ ਹਾਂਜੀ ਕੋਈ ਪੁਆਇੰਟ? ਓਕੇ ਗੁਰੂ ਨਾਨਕ ਦੇਵ ਜੀ ਤੋਂ ਬੇਬੇ ਨਾਨਕੀ ਜੀ ਨੇ ਕੀ ਮੰਗਿਆ ਲਾਈਫ 'ਚ? ਕੁਛ ਮੰਗਿਆ? ਹਾਂ ਕਿ ਨਾ ਕਿ ਪਤਾ ਨਹੀਂ? ਹਾਂਜੀ ਨਹੀਂ ਮੰਗਿਆ। ਅੱਛਾ ਠੀਕ ਹੈ, ਸਾਰੇ ਐਗਰੀ ਕਰਦੇ? ਓਕੇ ਬੇਬੇ ਨਾਨਕੀ ਜੀ ਦੇ ਕਿੰਨੇ ਬੱਚੇ ਸੀ? ਓਕੇ ਇੱਧਰ ਕਹਿ ਰਹੇ ਹਾਂ ਕੋਈ ਨਹੀਂ, ਤੁਸੀਂ ਐਗਰੀ ਕਰਦੇ ਹੋ ਡਿਸਐਗਰੀ ਕਰਦੇ? ਹਾਂਜੀ ਐਗਰੀ ਕਰਦੇ। ਅੱਛਾ ਉਹਨਾਂ ਦੇ ਕੋਈ ਨਹੀਂ ਸੀ। ਤਾਂ ਆਪਾਂ ਜਦੋਂ ਇੱਥੇ ਆਉਂਦੇ ਹਾਂ ਮੱਥਾ ਟੇਕਣ, ਆਪਣੇ ਬੱਚਿਆਂ ਨੂੰ ਹੋਏ ਆਪਾਂ ਕੀ ਕਰਦੇ ਹਾਂ? ਜਾਂ ਜਿਨ੍ਹਾਂ ਦੇ ਬੱਚੇ ਗੱਲ ਨਹੀਂ ਮੰਨ ਰਹੇ ਜਾਂ ਹੋਰ ਵੀ ਬੜਾ ਕੁਛ, ਸਭ ਤੋਂ ਚਲੋ ਆਪਾਂ ਉਹੀ ਸੇਮ ਹੀ ਇਗਜ਼ੈਂਪਲ ਲੈਂਦੇ ਹਾਂ। ਜੇ ਆਪਣੇ ਘਰ 'ਚ ਔਲਾਦ ਨਹੀਂ ਹੈ ਤਾਂ ਆਪਣਾ ਹੁੰਦਾ ਨਾ ਕੁਛ ਕਿ ਆਪਾਂ ਗੁਰੂ ਕੋਲ ਜਾਂਦੇ ਹਾਂ, ਇੱਥੇ 5 ਰੁਪਏ ਰੱਖ ਦਿੰਦੇ ਹਾਂ ਜਾਂ ਦੇਗ ਹੋ ਜਾਂਦੀ ਹੈ, ਤਾਂ ਫਿਰ ਪਤਾ ਵੀ ਗਰੰਟੀ ਹੈ ਵੀ ਸਾਨੂੰ ਤਾਂ ਆਉਣਾ ਵੀ ਪੁੱਤਰ ਹੈ, ਕਿਉਂਕਿ ਧੀਆਂ ਸਾਨੂੰ ਪਰਵਾਨ ਨਹੀਂ ਹੈਗੀਆਂ, ਇਹ ਵੀ ਹੈਗਾ ਨਾ। ਤਾਂ ਅਸੀਂ ਫਿਰ ਉਹ ਸਿਸਟਮ ਬਣਾ ਲਿਆ ਵੀ ਠੀਕ ਹੈ, ਗੁਰੂ ਨੂੰ ਜੋ ਵੀ ਇੰਨੇ ਕੁ ਰੁਪਈਏ ਦਿਓ ਤਾਂ ਸਾਨੂੰ ਆ ਮਿਲ ਜਾਏਗਾ ਵਾਪਸ। ਠੀਕ ਹੈ, ਤਾਂ ਬੇਬੇ ਨਾਨਕੀ ਜੀ ਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਸੀ। ਇਹਦੇ 'ਚ ਮੈਂ ਕੁਛ ਗੱਲਾਂ ਤੁਹਾਨੂੰ ਸਟਲੀ ਕਹਿ ਦਿੱਤੀਆਂ, ਕੁਛ ਮੁੰਡਿਆਂ ਵਾਲੀਆਂ, ਕੁਛ ਕੁੜੀਆਂ ਵਾਲੀਆਂ, ਕੁਛ ਮੰਗਣ, ਉਹ ਤੁਸੀਂ ਆਪੇ ਸਮਝ ਆਇਓ ਹੁਣ ਸਾਰਾ, ਕਿਉਂਕਿ ਮੇਰਾ ਵਿਸ਼ਾ ਨਹੀਂ ਹੈਗਾ। ਠੀਕ ਹੈ, ਤਾਂ ਬੇਬੇ ਨਾਨਕੀ ਜੀ ਨੇ ਮੰਗ ਸਕਦੇ ਸੀ, ਬੜਿਆਂ ਨੇ ਕਿਹਾ ਵੀ ਸੀ, ਕਹਿੰਦੇ ਤੇਰਾ ਤਾਂ ਵੀਰ ਹੀ ਦਾਤਾ ਹੈ, ਤੂੰ ਮੰਗ ਲੈ ਪੁੱਤ। ਪਰ ਜਿਨ੍ਹਾਂ ਨੂੰ ਹੁਣੇ ਗੱਲ ਕਰਕੇ ਹਟਿਆ ਨਾ, ਜਿਨ੍ਹਾਂ ਦਾ ਅੰਦਰ ਹੀ ਰੱਜ ਗਿਆ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਇਨ ਓਕੇ ਇੱਥੇ ਇੱਕ ਬੜਾ ਪੁਆਇੰਟ ਹੈ, ਉਹਨਾਂ ਨੇ ਆਪਣੇ ਆਪ ਨੂੰ ਦੱਬਿਆ ਨਹੀਂ, ਉਹਨਾਂ ਨੇ ਆਪਣੇ ਕਿਸੇ ਮੰਗ ਨੂੰ ਦੱਬਿਆ ਨਹੀਂ, ਕਿ ਇਹ ਨਹੀਂ ਉਹ ਅੰਦਰ ਵੜ ਕੇ ਰੋ ਰਹੇ ਨੇ ਕਿ ਮੈਨੂੰ ਪੁੱਤ ਚਾਹੀਦਾ ਅਤੇ ਬਾਹਰ ਆ ਕੇ ਕਹਿ ਰਹੇ ਨੇ ਨਹੀਂ ਨਹੀਂ ਮੈਂ ਤਾਂ ਮੰਗਣਾ ਨਹੀਂ, ਐਵੇਂ ਦੇ ਨਹੀਂ ਬਣਨਾ ਸੀ। ਸਾਡੇ ਅੰਦਰੋਂ ਉਹ ਚੀਜ਼ ਹੀ ਮਤਲਬ ਇੱਕ ਇੱਕ ਤ੍ਰਿਪਤ ਹੋ ਗਿਆ ਸੀ, ਸੰਤੋਖ ਆ ਗਿਆ, ਕਿਉਂਕਿ ਜਿੰਨਾ ਚਿਕਰ ਸੰਤੋਖ ਨਹੀਂ ਆਏਗਾ ਅਸੀਂ ਰੱਜ ਨਹੀਂ ਸਕਦੇ, ਉਹ ਵੀ ਗੁਰੂ ਦੀ ਕਿਰਪਾ ਨਾਲ ਆਉਣਾ। ਪਰ ਇੱਕ ਵਿਸ਼ਵਾਸ ਹੋਏ ਕਿ ਜੋ ਕੁਛ ਮੇਰੀ ਲਾਈਫ 'ਚ ਆ ਰਿਹਾ ਉਹ ਬਹੁਤ ਵਧੀਆ ਆ ਰਿਹਾ। ਅੱਛਾ ਇੱਥੇ ਇੱਕ ਹੋਰ ਪੁਆਇੰਟ ਆ ਜਾਂਦਾ, ਕਹਿੰਦੇ ਵੀ ਤੁਸੀਂ ਆਪਣੀ ਲਾਈਫ ਦਾ ਚਾਰਜ ਲੈ ਲਓ, ਬੀ ਇੰਚਾਰਜ ਆਫ ਯੋਰ ਲਾਈਫ। ਆਪਾਂ ਕਹਿੰਦੇ ਨਾ ਤੁਹਾਡੀ ਕਲਾਸ 'ਚ ਇੱਕ ਇੰਚਾਰਜ ਹੁੰਦਾ ਜਾਂ ਟੀਚਰ ਦਾ ਟੀਚਰ ਦੀ ਚੱਲਦੀ ਹੈ, ਟੇਕ ਚਾਰਜ ਆਫ ਯੋਰ ਲਾਈਫ। ਜੇ ਤੁਸੀਂ ਨਹੀਂ ਲਓਗੇ ਤਾਂ ਕੀ ਹੋਏਗਾ, ਕੋਈ ਹੋਰ ਲੈ ਲਏਗਾ, ਕੋਈ ਹੋਰ ਤੁਹਾਡੀ ਲਾਈਫ ਦਾ ਚਾਰਜ ਲੈ ਲਓਗੇ। ਕਿਵੇਂ ਲਓਗੇ ਚਾਰਜ ਆਪਣੀ ਲਾਈਫ ਦਾ? ਇੱਕ ਛੋਟਾ ਜਿਹਾ ਤਰੀਕਾ ਕਿ ਜੋ ਕੁਛ ਲਾਈਫ 'ਚ ਹੈ, ਜਿਹੜੀ ਕੁਛ ਸਿਚੁਏਸ਼ਨ ਤੁਹਾਡੀ ਲਾਈਫ ਦੇ ਵਿੱਚ ਹੈ, ਉਹ ਤੁਸੀਂ ਸਿਚੁਏਸ਼ਨ ਨੂੰ ਜਿਹੜਾ ਕੁਛ ਪ੍ਰੀ ਡਿਟਰਮਿੰਡ ਹੈ ਉਹ ਚੇਂਜ ਨਹੀਂ ਕਰ ਸਕਦੇ। ਹੁਣ ਆਪਾਂ ਇੱਥੇ ਸਾਨੂੰ ਬੁਲਾਇਆ ਗਿਆ ਇਸ ਗੁਰਦੁਆਰਾ ਸਾਹਿਬ 'ਚ ਬੈਠਣਾ ਆਪਾਂ, ਤਾਂ ਆਪਾਂ ਇਸੇ ਗੁਰਦੁਆਰਾ ਸਾਹਿਬ 'ਚ ਆ ਗਏ, ਇੱਥੇ ਬੈਠ ਗਏ। ਠੀਕ ਹੈ, ਇੱਥੇ ਕੋਈ ਇੱਦਾਂ ਦੀ ਕੋਈ ਮੰਨ ਲਓ ਕੋਈ ਪਾਰਕਿੰਗ ਨਹੀਂ ਹੈ ਜਾਂ ਪੱਖੇ ਨਹੀਂ ਚੱਲ ਰਹੇ ਜਾਂ ਕੁਛ ਇੱਦਾਂ ਦੀ ਪ੍ਰੋਬਲਮ ਆ ਗਈ ਹੈ, ਤਾਂ ਉਹਦੇ 'ਚ ਸਾਡੇ ਕੋਲ ਚੋਇਸਿਸ ਨੇ। ਚੋਇਸਿਸ ਇਹ ਨੇ ਕਿ ਅਸੀਂ ਬਹੁਤ ਸਾਡਾ ਧਿਆਨ ਕੋਂਸਟੈਂਟਲੀ ਉੱਤੇ ਲੱਗਾ ਹੋਇਆ, ਬਹੁਤ ਗਰਮੀ ਲੱਗ ਰਹੀ ਹੈ, ਕਿਤੇ ਹੋਰ ਹੋ ਜਾਂਦਾ, ਆ ਸਿਚੁਏਸ਼ਨ ਨਹੀਂ ਠੀਕ, ਇਨਵਾਇਰਮੈਂਟ ਨਹੀਂ ਠੀਕ, ਇੱਥੇ ਨੋਇਜ਼ਸ ਬਹੁਤ ਨੇ, ਯੇ ਵੋ। ਦੂਸਰਾ ਕੀ ਹੈ ਕਿ ਮੇਰਾ ਪਰਪਸ ਹੈਗਾ ਇੱਥੇ ਆਉਣਾ, ਗੁਰੂ ਦੀ ਵਿਚਾਰ ਕਰਨੀ, ਜਿੰਨਾ ਸਮਾਂ ਮੇਰੇ ਕੋਲ ਹੈਗਾ ਆਈ ਐਮ ਮੇਕਿੰਗ ਦ ਮੋਸਟ ਆਫ ਇਟ, ਘਰ ਜਾ ਕੇ ਮੈਂ ਫਿਰ ਕੰਫਰਟ 'ਚ ਹੀ ਚਲੇ ਜਾਣਾ। ਸਰ ਇਸੇ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਕੁਛ ਇਵੈਂਟਸ ਨੇ, ਸਾਡੇ ਪੇਰੈਂਟਸ ਨੇ, ਸਾਡਾ ਆਲਾ ਦੁਆਲਾ ਜੋ ਵੀ ਸਿਚੁਏਸ਼ਨਸ ਨੇ ਉਹ ਸਾਡੇ, ਅਸੀਂ ਡਿਸਾਈਡ ਨਹੀਂ ਕਰਦੇ।
ਕੋਈ ਸਾਡੀ ਲਾਈਫ 'ਚ ਔਖਿਆਈ ਆ ਗਈ, ਉਹਦੇ 'ਚ ਅਸੀਂ ਐਕਸਪੀਰੀਅੰਸ ਕੀ ਕਰਨਾ? ਐਕਸਪੀਰੀਅੰਸ ਆਫ ਲਾਈਫ ਇਜ਼ 100% ਇਨ ਯੋਰ ਹੈਂਡਸ, ਤੁਹਾਡੇ ਹੱਥਾਂ ਦੇ ਵਿੱਚ 100% ਹੈ, ਤੁਸੀਂ ਦੁਖੀ ਹੋਣਾ ਕਿ ਸੁਖੀ ਹੋਣਾ, ਇਹਨੂੰ ਕਹਿੰਦੇ ਟੇਕ ਚਾਰਜ ਆਫ ਯੋਰ ਲਾਈਫ। ਕੋਈ ਲਾਈਫ ਇੱਦਾਂ ਦੀ ਨਹੀਂ ਹੈ ਜਿਹਦੇ 'ਚ ਦੁੱਖ ਨਹੀਂ ਆਏਗਾ, ਹੋਏਗਾ ਨਹੀਂ, ਇੱਦਾਂ ਪੋਸੀਬਲ ਨਹੀਂ ਹੈਗਾ, ਠੀਕ ਹੈ? ਤਾਂ ਇਹਦਾ ਮਤਲਬ ਕੀ ਕਰ ਸਕਦੇ ਹਾਂ ਆਪਾਂ? ਪਰ ਦੁਖੀ ਨਹੀਂ ਹੋਣਾ, ਉਹ ਸਾਡੇ ਹੱਥ ਦੇ ਵਿੱਚ ਹੈ। ਤਾਂ ਬੇਬੇ ਨਾਨਕੀ ਜੀ ਇੱਕ ਇਹੋ ਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਅੰਦਰੋਂ ਤ੍ਰਿਸ਼ਨਾ ਹੀ ਖਤਮ ਹੋ ਗਈ, ਪਰ ਇੱਕ ਚੀਜ਼ ਉਹਨਾਂ ਨੇ ਜ਼ਰੂਰ ਮੰਗੀ ਸੀ, ਮੰਗੀ ਉਹਨੂੰ ਮੰਗ ਵੀ ਨਹੀਂ ਕਹਿ ਸਕਦੇ ਜਾਂ ਦੇ ਦਿੱਤੀ ਕਹਿ ਲਓ, ਬਾਬੇ ਨੇ ਦੇ ਦਿੱਤੀ, ਉਹ ਕੀ ਸੀ ਉਹ ਵੀ ਪਤਾ ਹੋਣੀ ਤੁਹਾਨੂੰ, ਉਹ ਇੱਕ ਉਹਨਾਂ ਨੂੰ ਮਿਲੀ ਹੈ ਬਲੈਸਿੰਗ। ਹਾਂਜੀ, ਪਿੱਛੇ ਹੱਥ ਖੜਾ ਹੋਇਆ ਸੀ, ਹਾਂ ਸੁਣ ਲਿਆ ਸਾਰਿਆਂ ਨੇ, ਹਾਂ ਬੋਲੋ ਵੀਰ ਜੀ। ਫਿਰ ਜਦ ਵੀ ਤੁਹਾਡਾ ਦਰਸ਼ਨ ਮੈਂ ਚਾਹਾਂ, ਮੈਨੂੰ ਹਰ ਟਾਈਮ ਆਪਣਾ ਦਰਸ਼ਨ ਦਿਓ ਤੁਸੀਂ ਆ ਕੇ। ਹੁਣ ਇਮੈਜਿਨ ਕਰੋ ਇੱਕ ਸੈਕਿੰਡ ਲਈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਕਹਿਣ, ਕੁਛ ਹੋਰ ਚਾਹੀਦਾ ਹੋਏਗਾ ਲਾਈਫ 'ਚ, ਫਿਰ ਕਹਿ ਸਕਦੇ ਹਾਂ ਸਾਨੂੰ ਕਿ ਨਹੀਂ ਕਹਿ ਸਕਦੇ ਹਾਂ? ਸਾਨੂੰ ਬੇਬੇ ਨਾਨਕੀ ਜੀ ਵਾਲਾ ਵਾਂਗੂ ਬਣਨਾ ਪਏਗਾ, ਬੇਬੇ ਨਾਨਕੀ ਜੀ ਵਰਗੇ। ਆਪਾਂ ਕਹਿੰਦੇ ਹਾਂ ਬੇਬੇ ਨਾਨਕੀ ਜੀ ਪਹਿਲੇ ਸਿੱਖ ਨੇ, ਆਪਾਂ ਕਹਿੰਦੇ ਹਾਂ ਨਾ, ਆਮ ਤੁਹਾਨੂੰ ਟੈਕਸਟ ਬੁੱਕਸ ਦੇ ਵਿੱਚ ਇਹ ਚੀਜ਼ ਮਿਲਦੀ ਹੈ, ਹੂ ਇਜ਼ ਬੇਬੇ ਨਾਨਕੀ, ਸ਼੍ਰੀ ਵਾਜ਼ ਫਸਟ ਸਿੱਖ ਆਫ ਗੁਰੂ ਨਾਨਕ ਦੇਵ ਜੀ। ਪਰ ਉਹ ਸਿੱਖ ਕੋਈ ਐਵੇਂ ਨਹੀਂ ਬਣ ਗਿਆ, ਕਿੰਨੀ ਘਾਲ ਕਮਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਔਰ ਸਾਰੀ ਉਮਰ ਉਹਨਾਂ ਨੇ ਉਸ ਸੇਵਾ ਦੇ ਵਿੱਚ ਲਾ ਦਿੱਤੀ। ਸਿਰਫ ਉਹ ਨਹੀਂ, ਉਹਨਾਂ ਦੇ ਜਿਹੜੇ ਅੱਗੋਂ ਭਾਈ ਆ ਜੈ ਰਾਮ ਜੀ ਸੀਗੇ, ਉਹਨਾਂ ਨੇ ਵੀ ਕੀ ਕਿਹਾ ਉਹ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਥੋੜ੍ਹਾ ਇਹਨੂੰ ਮੈਂ ਬਰੀਫ ਕਰਾਂ ਹੁਣ। ਓਕੇ, ਭਾਈ ਮਰਦਾਨਾ ਜੀ ਦੀ ਆਪਾਂ ਗੱਲ ਕਰ ਲੈਂਦੇ ਹਾਂ। ਵੀਰ ਜੀ ਆਪਣੇ ਕੋਲ ਸਮਾਂ ਕਿੰਨਾ ਹੈਗਾ, ਫਿਰ ਮੈਂ ਉਸ ਹਿਸਾਬ ਨਾਲ ਹੀ ਚੱਲਾਂ। 5 ਵਜੇ ਤੱਕ? ਹਾਂਜੀ, ਨਹੀਂ ਖੁੱਲ੍ਹਾ ਤਾਂ ਇਹਨਾਂ ਨੇ ਮੈਨੂੰ ਕੋਟੀ ਨਾ ਪੈ ਜਾਵੇ ਬਾਅਦ 'ਚ। ਚਲੋ ਆਪਾਂ ਦੇਖਦੇ ਹਾਂ ਕਿਵੇਂ, ਆਪਾਂ ਕੋਸ਼ਿਸ਼ ਕਰਾਂਗੇ ਕਿ ਠੀਕ ਹੈ। ਹਾਂਜੀ, ਭਾਈ ਮਰਦਾਨਾ ਜੀ ਕੌਣ ਨੇ, ਅਸੀਂ ਭਾਈ ਮਰਦਾਨਾ ਜੀ ਬਾਰੇ ਕੀ ਜਾਣਦੇ ਹਾਂ? ਕਿਉਂਕਿ ਅਸੀਂ ਕੋਸ਼ਿਸ਼ ਇਹ ਕਰਨੀ ਕਿ ਹੁਣ ਭਾਈ ਮਰਦਾਨਾ ਜੀ ਦੀਆਂ ਅੱਖਾਂ ਦੇ ਵਿੱਚੋਂ ਅਸੀਂ ਗੁਰੂ ਨਾਨਕ ਦੇਵ ਜੀ ਨਾਲ ਉਹ ਪਿਆਰ ਪਾ ਸਕੀਏ, ਜਾਂ ਸਾਡੀ ਲਾਈਫ ਦੇ ਵਿੱਚ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਲੱਭ ਸਕੀਏ। ਸਾਡੀਆਂ ਨਜ਼ਰਾਂ ਦੇ ਵਿੱਚ ਭਾਈ ਮਰਦਾਨਾ ਜੀ ਕੌਣ ਨੇ, ਜਾਂ ਜੋ ਅਸੀਂ ਜਾਣਦੇ ਹਾਂ ਭਾਈ ਸਾਹਿਬ ਬਾਰੇ? ਠੀਕ, ਹਾਂ ਤੁਸੀਂ ਸਾਰਾ ਲੈਕਚਰ ਹੀ ਕਵਰ ਕਰ ਦਿੱਤਾ, ਠੀਕ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਜਦੋਂ ਮਿਲੇ ਵੀ ਨੇ ਨਾ ਭਾਈ ਮਰਦਾਨਾ ਜੀ ਨੂੰ, ਤਾਂ ਉਸ ਤੋਂ ਪਹਿਲਾਂ ਹੀ ਰਿਸ਼ਤਾ ਪਿੱਛੋਂ ਵੀ ਚੱਲਦਾ ਆ ਰਿਹਾ ਸੀ ਇਹਨਾਂ ਦੇ ਗ੍ਰੈਂਡ ਪੇਰੈਂਟਸ ਦਾ, ਇਕੱਠੇ ਹੀ ਤਲਵੰਡੀ ਮੂਵ ਹੋਏ ਸੀਗੇ। ਤਾਂ ਕਿੰਨੀ ਉਮਰ ਦਾ ਡਿਫਰੈਂਸ ਸੀਗਾ ਗੁਰੂ ਨਾਨਕ ਦੇਵ ਜੀ ਦਾ? ਹਾਂਜੀ ਹਾਂ, 10 ਸਾਲ ਦਾ ਫਰਕ ਸੀ, 10 ਸਾਲ। ਕੌਣ ਵੱਡਾ ਸੀ ਉਮਰ ਦੇ ਵਿੱਚ? ਭਾਈ ਮਰਦਾਨਾ ਜੀ। ਹੁਣ ਤੁਹਾਡੇ ਤੋਂ ਵੱਡਾ 10 ਸਾਲ ਦਾ ਬੰਦਾ ਕੋਈ ਆ ਕੇ ਤੈਨੂੰ ਇੱਦਾਂ ਕਹੇ ਤੂੰ ਇੱਦਾਂ ਕਹਿਣਾ ਤੂੰ ਇੱਦਾਂ ਕਹਿਣਾ, ਤੁਹਾਡਾ ਪਹਿਲਾ ਰਿਐਕਸ਼ਨ ਕੀ ਹੋਏਗਾ? ਸੋ ਮੇਰੇ ਤੋਂ ਕੋਈ 10 ਸਾਲ ਮਤਲਬ ਛੋਟਾ ਇੱਥੇ ਆ ਕੇ ਮੈਨੂੰ ਕਹੇ ਮੈਂ ਆਪਣੇ 'ਤੇ ਲੈ ਲੈਂਦੀ ਹਾਂ ਇੱਦਾਂ ਨਹੀਂ ਕਰਨਾ ਇੱਦਾਂ ਕਰਨਾ, ਤਾਂ ਮੇਰਾ ਪਹਿਲਾ ਰਿਐਕਸ਼ਨ ਕੀ ਹੋਏਗਾ? ਤੂੰ ਛੋਟਾ ਬਹਿ ਜਾ ਚੁੱਪ ਕਰਕੇ, ਹੋਏਗਾ ਨਾ? ਹੋ ਜਾਂਦਾ, ਹਿਊਮਨ ਨੇਚਰ ਹੈ। ਤਾਂ ਬਸ ਇੱਥੋਂ ਸਮਝ ਜਾਓ ਤੁਸੀਂ ਕਿ ਉਹਨਾਂ ਦਾ ਰਿਸ਼ਤਾ ਕਿਵੇਂ ਦਾ ਸੀ। ਉਹਨਾਂ ਨੇ ਮਤਲਬ ਉਹਨਾਂ ਦਾ ਐਵੇਂ ਦਾ ਰਿਸ਼ਤਾ ਸੀ ਕਿ ਤੂੰ ਮੇਰਾ ਯਾਰ ਵੀ ਹੈ ਤਾਂ ਤੂੰ ਮੈਨੂੰ ਕੁੱਟ ਵੀ ਲੈ ਅਤੇ ਮੈਂ ਵੀ ਤੈਨੂੰ ਕੁਛ ਕਹਿ ਲੈਣਾ। ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਲਾਈਫ ਦੇ ਵਿੱਚ ਇੱਕ ਉਹੀ ਆਇਆ, ਜਿੱਥੇ ਕਹਿੰਦੇ ਭਾਈ ਮਰਦਾਨਾ ਜੀ ਹੱਸ ਖੇਡ ਵੀ ਲੈਂਦੇ ਸੀ, ਮਸਤੀਆਂ ਵੀ ਕਰ ਲੈਂਦੇ ਸੀ, ਔਰ ਇੱਦਾਂ ਵੀ ਕਹਿ ਰਹਿੰਦੇ ਸੀ ਕਿ ਮੇਰੇ ਕੋਲ ਤੇਰੇ ਬਿਨਾਂ ਰਿਹਾ ਨਹੀਂ ਜਾਂਦਾ। ਤਾਂ ਕਿੱਦਾਂ ਦਾ ਪਿਆਰ
ਰਹਿ ਹੀ ਨਹੀਂ ਹੁੰਦਾ ਤੇਰੇ ਬਿਨਾਂ। ਆਪਾਂ ਅੱਗੇ ਚੱਲਦੇ ਹਾਂ। ਹਾਂ, ਇੱਥੇ ਕਹਿੰਦੇ ਜਦੋਂ ਪਹਿਲਾ ਇਨਕਾਊਂਟਰ ਹੋਇਆ ਸੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਕਿਤੇ, ਕਹਿੰਦੇ ਛਾਂ ਹੇਠ ਬੈਠੇ ਰਬਾਬ ਵਜਾ ਰਹੇ ਸੀ ਤਾਂ ਉਹਨਾਂ ਨੂੰ ਰਬਾਬ ਸੁਣੀ ਤਾਂ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਗਏ, ਕਹਿੰਦੇ ਤੇਰੇ ਕੋਲ ਬੜਾ ਸੋਹਣਾ ਸੁਰ ਹੈ, ਤੇਰੇ ਕੋਲ ਰਾਗ ਬੜਾ ਸੋਹਣਾ, ਤੂੰ ਇਹਦੇ ਵਿੱਚ ਸ਼ਬਦ ਪਾ ਕੇ ਗਾਏਗਾ? ਇਹ ਸਵਾਲ ਪੁੱਛਿਆ। ਠੀਕ ਹੈ, ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ ਕੁਛ ਕੋਟਸ ਜਿਹੜੀਆਂ ਮੈਂ ਲਿਖੀਆਂ ਨੇ। ਕਹਿੰਦੇ, ਦਾਨਿਆ ਜੇ ਹੁਣ ਤੂੰ ਮਰਦਾਨਾ ਹੋਵੇਂ, ਸ਼ਬਦ ਪਾਏ ਕੇ ਰਾਗ ਨੂੰ ਗਾਵੇਂ, ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਠੀਕ ਹੈ, ਸਿੰਪਲ ਜੀ ਬੋਲੀ ਆ। ਇਹਦਾ ਸੋਰਸ ਹੈਗਾ ਭਾਈ ਮਨੀ ਸਿੰਘ ਜੀ। ਜੇ ਤੁਹਾਨੂੰ ਕਿਤੇ ਸੋਰਸ ਲੱਭਣ ਦੀ ਲੋੜ ਪਏ ਵੀ ਇਹ ਕਿੱਥੋਂ ਆਇਆ, ਤਾਂ ਭਾਈ ਮਨੀ ਸਿੰਘ ਜੀ ਨੇ ਇਹਦੇ ਬਾਰੇ ਸਾਰਾ ਲਿਖਿਆ। ਤਾਂ ਅੱਗੋਂ ਭਾਈ ਮਰਦਾਨਾ ਜੀ ਨੇ ਕਿਹਾ, ਕਹਿੰਦੇ ਵੀ ਅਸੀਂ ਤਾਂ ਕਹਿੰਦੇ ਗਾਨੇ ਹਾਂ ਅਮੀਰ ਲੋਕਾਂ ਲਈ, ਅਸੀਂ ਜਾਣਾ ਗਾਣਾ, ਕੁਛ ਪੈਸਾ ਆਏਗਾ ਘਰ ਬੱਚਿਆਂ ਲਈ ਰੋਟੀ ਲੈ ਕੇ ਜਾਵਾਂਗੇ, ਫਿਰ ਹੀ ਰੋਜ਼ੇ ਰੱਖਾਂਗੇ, ਫਿਰ ਹੀ ਨਮਾਜ਼ ਪੜ੍ਹਾਂਗੇ ਜੇ ਢਿੱਡ ਵੀ ਠੀਕ ਹੋਏਗਾ, ਜੇ ਖਾਣਾ ਪੀਣਾ ਆ ਰਿਹਾ, ਨਹੀਂ ਤਾਂ ਕਹਿੰਦੇ ਭਗਤੀ ਵੀ ਨਹੀਂ ਹੁੰਦੀ। ਕਿਰਤ ਦੀ ਗੱਲ ਆ ਗਈ ਨਾ, ਫਿਰ ਕਹਿੰਦੇ ਭਗਤੀ ਵੀ ਨਹੀਂ ਹੋਏਗੀ ਜੇ ਅਸੀਂ ਕਿਰਤ ਨਹੀਂ ਕਰ ਰਹੇ। ਤਾਂ ਉੱਥੇ ਕਹਿੰਦੇ ਹਾਂ ਬਿਲਕੁਲ ਠੀਕ ਹੈ, ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਪਰ ਇੱਥੇ ਮੈਂ ਤੈਨੂੰ ਇੱਕ ਕਿਰਤ ਦੇ ਰਿਹਾ, ਕੀਰਤਨ ਤੂੰ ਕਰਨਾ, ਇਹ ਤੇਰੀ ਕਿਰਤ ਨਹੀਂ। ਕਿਉਂਕਿ ਕੱਲ੍ਹ ਵੀ ਉੱਥੇ ਗੱਲ ਹੋਈ ਸੀ ਕਿ ਸਾਡਾ ਕੀਰਤਨ ਸਾਡੀ ਕਿਰਤ ਨਾ ਬਣੇ। ਠੀਕ ਹੈ, ਸਾਡਾ ਕੀਰਤਨ ਕਿਰਤ ਨਾ ਬਣੇ, ਪਰ ਕਿਰਤ ਤੋਂ ਬਿਨਾਂ ਕੀਰਤਨ ਹੋ ਨਹੀਂ ਸਕਦਾ। ਬੜੀ ਪਿਆਰੀ ਗੱਲ ਲੱਗੀ ਸੀ ਮੈਨੂੰ, ਕਿਰਤ ਤੋਂ ਬਿਨਾਂ ਕੀਰਤਨ ਨਹੀਂ ਹੋ ਸਕਦਾ, ਕਿਉਂਕਿ ਸਾਡਾ ਧਿਆਨ ਇਹੀ ਹੋਣਾ ਕਿਸੇ ਨੇ ਕਿੰਨੇ ਡੋਲਰ ਰੱਖੇ ਨੇ ਫਿਰ, ਕਿਉਂਕਿ ਮਾਇਆ ਗੁਜ਼ਰਾਨ ਲੋੜ ਹੈ ਨਾ, ਕਿਉਂਕਿ ਕਿੱਥੋਂ ਦਸਵੰਧ ਦਊਂਗੇ, ਕਿੱਥੇ ਜਾ ਕੇ ਤੁਸੀਂ, ਹੁਣ ਲੰਗਰ ਦੀ ਗੱਲ ਚੱਲ ਰਹੀ ਸੀ, ਕਿਵੇਂ ਲੰਗਰ ਲਾਉਂਗੇ, ਕਿਵੇਂ ਉਹ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਗੇ? ਜਿਨ੍ਹਾਂ ਦਾ ਕੰਮ ਹੈ ਉਹ ਕਰਨਾ, ਉਹ ਕਰਨ, ਮੁਬਾਰਕ ਹੈ। ਸਿੱਖ ਨੂੰ ਕਿਰਤੀ ਬਣਾਇਆ ਤਾਂ ਸਿੱਖ ਨੇ ਕਿਰਤੀ ਬਣਨਾ, ਔਰ ਇੱਕ ਅੱਛਾ ਐਥੀਕਲ ਕਿਰਤੀ ਬਣਨਾ, ਜਿਹਦੇ 'ਚ ਹੇਰਾ ਫੇਰੀ ਨਹੀਂ, ਜਿਹਦੇ 'ਚ ਹੱਕ ਪਰਾਇਆ ਨਾਨਕਾ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਸਾਰੀਆਂ ਜਦੋਂ ਇਹੋ ਜਿਹੀਆਂ ਅਸੀਂ ਐਥੀਕਲ ਕਿਰਤ ਕਰਾਂਗੇ ਨਾ, ਤਾਂ ਜਿਹੜਾ ਇੰਡੀਆ ਦਾ ਰੌਲਾ ਪਿਆ ਹੋਇਆ ਇੱਥੇ, ਕਰਪਸ਼ਨ ਹੈ, ਇਹ ਹੈ, ਉਹ ਹੈ, ਜਦੋਂ ਅਸੀਂ ਲੀਡਰ ਬਣ ਗਏ ਸਭ ਉੱਡ ਜਾਏਗਾ। ਪਰ ਭਾਗੇ ਤਾਂ ਆਈਏ, ਆਪਾਂ ਕਹੀਏ ਮੈਂ ਕੁਛ ਬਣਨਾ, ਔਰ ਉਹ ਐਥਿਕਸ ਦਿਖਾਉਣੇ ਇਸ ਦੁਨੀਆ ਨੂੰ। ਠੀਕ ਹੈ, ਤਾਂ ਜਦੋਂ ਸੱਚੇ ਪਾਤਸ਼ਾਹ ਨੂੰ ਇੱਦਾਂ ਉਹਨਾਂ ਨੇ ਕਿਹਾ, ਉਹ ਕਹਿੰਦੇ ਮੇਰੇ ਬੱਚਿਆਂ ਦਾ ਕੀ ਹੋਊਗਾ? ਉਹ ਕਹਿੰਦੇ ਅੱਜ ਨਹੀਂ, ਕਿੰਨੀਆਂ ਪੁਸ਼ਤਾਂ ਆਉਣਗੀਆਂ ਨਾ, ਤਾਂ ਸਭ ਕੁਛ ਮਿਲੇਗਾ, ਇਕੱਲਾ ਇੱਥੇ ਦਾ ਨਹੀਂ, ਲੋਕ ਦਾ ਵੀ ਅਤੇ ਪਰਲੋਕ ਦਾ ਵੀ। ਕਿਉਂਕਿ ਰਾਗ ਦੇ ਵਿੱਚ, ਨਾਦ ਦੇ ਵਿੱਚ ਕੀ ਪਾਉਣਾ ਹੁਣ? ਸ਼ਬਦ। ਇੱਥੇ ਥੋੜ੍ਹਾ ਜਿਹਾ ਮੈਂ ਪੌਜ਼ ਦੇਣਾ। ਮਿਊਜ਼ਿਕ ਪਸੰਦ ਹੈ? ਮਿਊਜ਼ਿਕ, ਜਸਟ ਮਿਊਜ਼ਿਕ, ਰਾਈਟ? ਸਾਰਿਆਂ ਨੂੰ ਵਧੀਆ ਲੱਗਦਾ ਨਾ, ਕੋਈ ਆਪਾਂ ਮਿਊਜ਼ਿਕ ਸੁਣਦੇ ਹਾਂ, ਬੋਲੀਵੁੱਡ ਦੇ ਗਾਣੇ ਵੀ ਹੁੰਦੇ ਆ, ਆ ਪੌਪ ਵੀ ਹੁੰਦਾ, ਰੌਕ ਸਟਾਰਸ, ਵਟ ਐਵਰ। ਠੀਕ ਹੈ, ਔਰ ਬੜੀ ਅਸੀਂ ਇਸ ਚੀਜ਼ ਨੂੰ ਲਾਈਟ ਲੈ ਲਿਆ ਅੱਜ ਕੱਲ੍ਹ, ਜੋ ਮਰਜ਼ੀ ਸੁਣੀ ਚੱਲੋ, ਵੀ ਲਾਈਕ ਮਿਊਜ਼ਿਕ। ਠੀਕ ਹੈ, ਮਿਊਜ਼ਿਕ 'ਚ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਤਾਕਤ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈਗੀ। ਪਰ ਜੇ ਮਿਊਜ਼ਿਕ ਦੇ ਵਿੱਚ ਜਿਹੜੇ ਸ਼ਬਦ ਸਹੀ ਨਹੀਂ ਹੈਗੇ ਨਾ, ਤਾਂ ਜਿੰਨੀ ਤਾਕਤ ਮਿਊਜ਼ਿਕ ਦੀ ਹੈਗੀ ਹੈ, ਓਨਾ ਡੈਮੇਜ ਵੀ ਹੈ, ਕਿਉਂਕਿ ਮਿਊਜ਼ਿਕ 'ਚ ਤਾਕਤ ਹੈ। ਜਿਹਦੇ 'ਚ ਤੁਸੀਂ ਇਨਗਰੀਡੀਅੰਟ ਸਹੀ ਨਹੀਂ ਪਾਏ, ਤਾਂ ਜਿੰਨਾ ਤੁਹਾਨੂੰ ਫਾਇਦਾ ਹੋਣ ਵਾਲਾ ਸੀ ਨਾ, ਓਨੀ ਡੈਮੇਜ ਵੀ ਹੋਏਗੀ, ਇਹ ਗਰੰਟੀ ਹੈ। ਤਾਂ ਇਸ ਕਰਕੇ ਅਸੀਂ, ਲੈਟਸ ਬੀ ਕੇਅਰਫੁਲ, ਆਪਾਂ ਥੋੜ੍ਹੇ ਕਹਿੰਦੇ ਸਾਵਧਾਨ ਹੋ ਜਾਈਏ ਕਿ ਉਸ ਰਾਗ ਦੇ ਵਿੱਚ ਸ਼ਬਦ ਕਿਹੜਾ ਪਾਉਣਾ।
ਉਹਦੇ 'ਚ ਕੁਛ ਅਸੀਂ ਤੁਸੀਂ ਸਾਰੇ ਸਮਝ ਰਹੇ ਹੋ ਮੈਂ ਕੀ ਕਹਿ ਰਹੀ ਹਾਂ। ਤਾਂ ਥੋੜ੍ਹਾ ਆਪਾਂ ਸਾਵਧਾਨ ਹੋ ਜਾਈਏ ਹੁਣ ਤੋਂ ਹੀ ਕਿ ਮੇਰੇ ਕੰਨਾਂ ਦੇ ਵਿੱਚ ਕੀ ਪੈ ਰਿਹਾ, ਮੇਰੇ ਅੰਦਰ ਕੀ ਜਾ ਰਿਹਾ, ਮੇਰੇ ਘਰ ਰੋਟੀ ਬਣ ਰਹੀ ਹੈ ਤਾਂ ਸੀਰੀਅਲ ਤਾਂ ਨਹੀਂ ਲੱਗੇ ਹੋਏ, ਉਹ ਵੀ ਉਹੀ ਹੈ ਕੀ ਡਾਇਲੋਗ ਨੇ, ਕਿਹੜੇ ਅੱਖਰ ਨੇ, ਐਨਰਜੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀਆਂ ਵਾਈਬਸ ਨੇ ਘਰ ਦੇ ਵਿੱਚ, ਬੋਲ ਕਿੱਦਾਂ ਦੇ ਅਸੀਂ ਬੋਲ ਰਹੇ ਹਾਂ, ਟੀ ਵੀ 'ਚੋਂ ਬੋਲੇ ਜਾ ਰਹੇ ਨੇ ਜਾਂ ਰੇਡੀਓ ਜੋ ਵੀ ਤੁਹਾਡਾ ਫੋਨ ਹੈ ਕਿਸੇ ਤੋਂ ਆ ਰਹੇ ਨੇ, ਉਹਦੇ ਬਾਰੇ ਸਾਨੂੰ ਬਹੁਤ ਚੇਤਨ ਹੋਣਾ ਪਏਗਾ। ਤਾਂ ਉਹਨਾਂ ਨੇ ਜਦੋਂ ਇੱਦਾਂ ਕਿਹਾ ਨਾ ਤਾਂ ਅੱਗੋਂ ਨਾਲੇ ਭਾਈ ਮਰਦਾਨਾ ਜੀ ਕਹਿੰਦੇ ਵੀ ਕਹਿੰਦੇ ਤੂੰ ਤਾਂ ਉੱਚਾ ਏ, ਮੈਨੂੰ ਤਾਂ ਡੂਮ ਕਹਿੰਦੇ ਨੇ, ਇੱਦਾਂ ਹੀ ਕਹਿੰਦੇ ਸੀ ਨਾ ਵੀ ਨੀਵੀ ਜਾਤ ਹੈਗੀ ਹੈ, ਡੂਮ ਹੈ। ਤਾਂ ਕਹਿੰਦੇ ਸਾਡੀ ਰਾਸ ਨਹੀਂ ਹਾਣੀ, ਇੱਦਾਂ ਕਿਹਾ ਭਾਈ ਮਰਦਾਨਾ ਜੀ ਨੇ। ਤਾਂ ਅੱਗੋਂ ਉਹਨਾਂ ਨੇ ਕਿਹਾ ਕਹਿੰਦੇ ਫਗੈਟ ਇਟ, ਕਹਿੰਦੇ ਭੁੱਲ ਜਾ, ਤੂੰ ਮੇਰਾ ਭਾਈ ਹੈ, ਤੂੰ ਮੇਰਾ ਭਾਈ ਹੈ, ਭਾਈ ਤੋਂ ਵੱਡਾ ਕੀ ਹੋਣਾ ਨਾ। ਤਾਂ ਨਾਲ ਇੱਥੇ ਇਹ ਵੀ ਕਿਹਾ ਕਹਿੰਦੇ ਹੁਣ ਤੈਨੂੰ ਸੂਰਮਾ ਬਣਨਾ ਪਏਗਾ, ਸੂਰਮਾ ਪਤਾ ਨਾ ਸਮੇਂ ਦੇ ਬਰੇਵ ਹੁੰਦਾ ਜਿਹੜਾ, ਬਹੁਤ ਜਿਹੜਾ ਹੁਣ ਲੋਕਾਚਾਰੀ ਤੋਂ ਡਰਦਾ ਨਹੀਂ ਕਿ ਮੈਂ ਕਿਵੇਂ ਕੀ ਕਰਨਾ, ਲੋਕ ਕੀ ਕਹਿਣਗੇ, ਇਹ ਕਿਹਦੇ ਨਾਲ ਤੁਰ ਪਿਆ, ਕੀ ਕਰਨ ਲੱਗ ਗਿਆ, ਦੁਨੀਆ ਕਿਵੇਂ ਚੱਲੇਗੀ, ਕਹਿੰਦੇ ਹੁਣ ਤੂੰ ਸੂਰਮਾ ਬਣ ਜਾ। ਔਰ ਇਹਦਾ ਜਿਹੜਾ ਅਰਥ ਹੀ ਮਰਦਾਨਾ ਦਾ ਭਾਈ ਮਨੀ ਸਿੰਘ ਜੀ ਨੇ ਸੂਰਮਾ ਕੀਤਾ, ਠੀਕ ਹੈ। ਇੱਕ ਦੂਜਾ ਨਾ ਭਾਈ ਕਾਹਨ ਸਿੰਘ ਨਾਭਾ ਜੀ ਵਾਲਾ ਵੀ ਮਰਦਾਨਾ, ਵੀ ਜਿਹੜੀ ਉਹ ਸਟੋਰੀ ਆਉਂਦੀ ਹੈ ਵੀ 6 ਪੁੱਤ ਮਰ ਗਏ ਸੀ ਤਾਂ ਫਿਰ ਵਰ ਮਿਲਿਆ ਸੀ ਵੀ ਹੁਣੇ ਮਰਦਾਨਾ, ਇੱਕ ਉਹ ਵਰਜ਼ਨ ਹੈ। ਇੱਕ ਵਰਜ਼ਨ ਹੈ ਕਿ ਪਹਿਲਾਂ ਨਾਮ ਸੀ ਦਾਨਾ, ਦਾਨਾ ਕਿਹਾ ਜਾਂਦਾ ਸੀ, ਸਾਖੀਕਰਨ ਵੀ ਇਹ ਲਿਖਿਆ ਹੈ ਦਾਨਿਆ, ਦਾਨਾ ਜੀ। ਤਾਂ ਫਿਰ ਗੁਰੂ ਮਹਾਰਾਜ ਨੇ ਕਹਿ ਤਾ ਤੂੰ ਹੁਣ ਦਾਨਾ ਤੋਂ ਮਰਦਾਨਾ ਬਣ ਜਾਣਾ, ਮਰਦ, ਠੀਕ ਹੈ, ਮਰਦ ਦਾਨਾ, ਜਿਹੜਾ ਮਰਦਾਂ ਵਾਲੇ ਕੰਮ ਕਰੇ, ਜਿਹੜਾ ਸੂਰਮਾ ਹੋਏ, ਜਿਹੜਾ ਬਰੇਵ ਹੋਏ। ਤਾਂ ਨਾਲ ਉਹਨਾਂ ਨੇ ਅੱਗੇ ਗੱਲ ਕਹਿ ਦਿੱਤੀ, ਕਹਿੰਦੇ ਜਦੋਂ ਆਪਾਂ ਗੱਲ ਕੀਤੀ ਹੈ ਨਾ ਕਿ ਤੇਰਾ ਬਈ ਅੱਗੇ ਤੋਂ ਕਿੰਨੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹ ਵੀ ਲੋਕ ਅਤੇ ਪਰਲੋਕ ਅਕਾਲ ਪੁਰਖ ਸਹਾਈ ਹੋਏਗਾ, ਪਰ ਕਹਿੰਦੇ ਤਿੰਨ ਚੀਜ਼ਾਂ ਦਾ ਧਿਆਨ ਰੱਖੀ। ਤਾਂ ਮੈਨੂੰ ਲੱਗਦਾ ਵੀ ਉਹ ਸਾਡੇ 'ਤੇ ਵੀ ਐਪਲੀਕੇਬਲ ਉਹ ਤਿੰਨ ਚੀਜ਼ਾਂ। ਪਹਿਲੀ ਚੀਜ਼ ਕਹਿੰਦੇ ਕੇਸ ਨਾ ਕਟਾਈ, ਕੇਸ ਨਾ ਕਟਾਈ, ਡੋਂਟ ਕੱਟ ਯੋਰ ਹੇਅਰ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਆਏ ਗਏ ਸਾਧ ਲੋੜਵੰਦ ਦੀ ਸੇਵਾ ਕਰਨੀ ਹੈ, ਠੀਕ ਹੈ। ਉਹ ਸੇਵਾ ਕਿੱਦਾਂ ਹੋ ਸਕਦੀ ਹੈ, ਕਿਉਂਕਿ ਹੁਣ ਪਹਿਲੀ ਗੱਲ ਤਾਂ ਸਾਫ਼ ਹੀ ਹੈ, ਕੇਸ ਨਾ ਕਟਾਈ, ਇਹ 'ਚ ਐਕਸਪਲੇਨੇਸ਼ਨ ਦੀ ਲੋੜ ਨਹੀਂ। ਸੇਵਾ ਕਿੱਦਾਂ ਹੋ ਸਕਦੀ, ਆਏ ਗਏ ਸਾਧ ਦੀ, ਸੰਤ ਦੀ, ਕਿਵੇਂ ਕਰ ਸਕਦੇ ਹਾਂ ਆਪਾਂ ਸੇਵਾ, ਪ੍ਰਸ਼ਾਦਾ ਛਕਾ ਦਿੰਦੇ ਹਾਂ ਆਪਾਂ, ਆਮ ਕਈ ਵਾਰ ਖਵਾ ਖੋ ਕੇ ਮਾਰ ਵੀ ਦਿੰਦੇ ਹਾਂ, ਉਹ ਵੀ ਥੋੜ੍ਹਾ ਧਿਆਨ ਰੱਖਣਾ। ਅਗਲੇ ਦਾ ਬਹੁਤ ਪਿਆਰ ਹੈ, ਬਹੁਤ ਜ਼ਿਆਦਾ, ਪਰ ਇੱਕ ਸਿਸਟਮ ਨਾਲ ਆਪਾਂ ਚੱਲਣਾ। ਹੋ ਸਕਦਾ ਉਸ ਨੂੰ ਤੁਹਾਡੇ ਸਮੇਂ ਦੀ ਲੋੜ ਹੋਏ, ਹੋ ਸਕਦਾ ਨਾ ਕਿਸੇ ਨੂੰ ਵੀ ਪਿਆਰੇ ਨੂੰ ਤੁਹਾਡੇ ਸਮੇਂ ਦੀ ਲੋੜ ਹੋਏ, ਜਾਂ ਸਿਰਫ ਆਰਥਿਕ ਤੌਰ 'ਤੇ ਨਹੀਂ, ਕੁਛ ਸਾਈਕੋਲੋਜੀਕਲ ਤੌਰ 'ਤੇ ਵੀ ਹੈਲਪ ਹੋ ਸਕਦੀ ਹੈ ਕਿਸੇ ਦੀ ਵੀ, ਉਹ ਵੀ ਚੀਜ਼ ਨੂੰ ਆਪਾਂ ਥੋੜ੍ਹਾ ਆਪਣੇ ਆਪ ਨੂੰ ਬਰੋਡ ਕਰਨਾ ਕਿ ਸਿਰਫ ਫਾਈਨੈਂਸ਼ੀਅਲ ਜਾਂ ਖਾਣ ਪੀਣ ਤੱਕ ਆਪਾਂ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਣਾ, ਇਟਸ ਬਿਗਰ ਦੈਨ ਦੈਟ, ਇਹ ਜਿਹੜੀ ਸੇਵਾ ਹੈਗੀ ਹੈ। ਦੂਸਰੀ ਗੱਲ ਇਹ ਹੋ ਗਈ। ਤੀਸਰੀ ਗੱਲ ਕੀ ਹੈ, ਪਿੱਛਲ ਰਾਤ ਜਾਗ ਜਾਪ ਕਰੀ। ਤਿੰਨ ਗੱਲਾਂ ਕਿਹੜੀਆਂ ਹੋ ਗਈਆਂ, ਪਹਿਲੀ ਕੀ ਸੀ, ਹਾਂ ਦੂਜੀ, ਹਾਂ ਅਤੇ ਤੀਸਰੀ, ਹਾਂ ਕਿਤੇ ਸਿੰਪਲ ਵਰਡਸ ਕਿਹੜਾ ਕੋਨਸੈਪਟ ਆ ਗਿਆ, ਅੰਮ੍ਰਿਤ ਵੇਲਾ ਕੀ ਹੋ ਗਿਆ, ਬਾਣੀ, ਹਾਂ ਅੱਗੇ ਕੇਸ ਨਾ ਕਟਾਈ ਕੀ ਹੋ ਗਿਆ, ਬਣ, ਠੀਕ ਹੈ, ਅਤੇ ਤੀਜਾ ਕੀ ਹੋ ਗਿਆ, ਸੇਵਾ। ਸਿੰਪਲ ਜੀ ਗੱਲ ਹੈ ਨਾ, ਇਹ ਉਦੋਂ ਹੀ ਮਿਲ ਗਈ ਸੀ ਸਾਨੂੰ, ਮੈਂ ਕਿਹਾ ਨਾ ਇੱਕ ਸਭ ਖੇਡ ਹੈ ਸਾਨੂੰ ਸਿਖਾਉਣ ਲਈ। ਤਾਂ ਉੱਥੇ ਕਹਿੰਦੇ ਵੀ ਉਹਨਾਂ ਨੇ ਹੱਥ ਜੋੜ ਲਏ,
ਦੇਖੋ ਸਾਰਾ ਕੁਛ ਛੱਡ ਦਿੱਤਾ, ਪਹਿਲਾਂ ਹੀ ਕਨੈਕਸ਼ਨ ਤਾਂ ਪਹਿਲਾਂ ਹੀ ਹੈ ਨਾ ਇੰਨਾ ਸਟਰੋਂਗ, ਹੱਥ ਜੋੜ ਦਿੱਤੇ ਕਿ ਜਿੱਥੇ ਬਾਬਾ ਉੱਥੇ ਮੈਂ, ਠੀਕ ਹੈ, ਜਦ ਕਹਿ ਦਿੱਤਾ ਬਾਬੇ ਨੇ ਤਾਂ ਇਹ ਗੱਲਾਂ ਵੀ ਮੰਨ ਲਈਆਂ। ਸਾਨੂੰ ਕਿੰਨੇ ਲੈਕਚਰ ਕਰਨੇ ਪੈਂਦੇ ਆ ਅੱਜ ਦੀ ਡੇਟ ਦੇ ਵਿੱਚ, ਬਾਣੀ ਪੜਿਆ ਕਰੋ, ਬਾਣਾ ਰੱਖਿਆ ਕਰੋ, ਤਾਂ ਫਿਰ ਫਰਕ ਵੀ ਹੈ ਨਾ। ਹੁਣ ਬਾਬੇ ਨੇ ਇੱਕ ਵਾਰ ਗੱਲ ਕਹੀ ਤਾਂ ਮਤਲਬ ਉਹ ਕਿਵੇਂ ਕਿਵੇਂ ਅਸਰ ਕਰ ਗਈ ਕਿ ਕੁੱਲਾਂ ਕੁੱਲਾਂ ਤੱਕ, ਅੱਗੇ ਅੱਗੇ ਤੱਕ। ਹੁਣ ਜਾ ਕੇ ਥੋੜ੍ਹਾ ਜਿਹਾ ਉਹ ਕੇਸਾਂ ਦਾ ਹੋਇਆ, ਪਰ ਉਦੋਂ ਤੋਂ ਲੈ ਕੇ ਭਾਈ ਮਰਦਾਨਾ ਜੀ ਦੀ ਕੁੱਲ ਦੇ ਵਿੱਚੋਂ ਉਹਨਾਂ ਨੇ ਜਿਹੜੇ ਸਹੀ ਨੇ ਹੁਣ ਵੀ ਉਸ ਚੀਜ਼ ਨੂੰ ਫੋਲੋ ਕਰਦੇ ਨੇ, ਉਹਨਾਂ ਨੇ ਧਾਰਨ ਰੱਖਿਆ ਉਸ ਚੀਜ਼ ਨੂੰ। ਤਾਂ ਅੱਛਾ, ਅੱਗੇ ਫਿਰ ਕਹਿੰਦੇ ਭਾਈ ਮਰਦਾਨਾ ਜੀ ਨੇ ਪੁੱਛਿਆ, ਇਹ ਵੀ ਕੋਟ ਹੈ, ਕਹਿੰਦੇ ਬਾਬਾ ਇਹ ਜੋ ਕੀਰਤਨ ਹਮ ਗਾਵਤੇ ਹੈ ਇਹੀ ਸ਼ਬਦ ਹੈ ਜਿਹੜਾ ਤੁਸੀਂ ਮੈਨੂੰ ਕਹਿੰਦੇ ਆ ਗਾ, ਆ ਜਿਹੜਾ ਤੁਸੀਂ ਕੁਛ ਮੈਨੂੰ ਅੱਖਰ ਦਿੰਦੇ ਹੋ ਇਹੀ ਕਿਹਾ ਸੀ ਸ਼ਬਦ 'ਚ, ਇਹੀ ਕਿਹਾ ਸੀ ਇਹ ਵਾਲਾ ਸ਼ਬਦ ਪਾਉਣ ਨੂੰ ਨਾਦ ਦੇ ਵਿੱਚ? ਕਹਿੰਦੇ ਇਸੀ ਮੈਂ ਮੁਕਤ ਹੈ, ਕੁਛ ਹੋਰ ਤਾਂ ਨਹੀਂ ਕੋਈ ਸ਼ਬਦ। ਤਾਂ ਉੱਥੇ ਸੱਚੇ ਪਾਤਸ਼ਾਹ ਨੇ ਇਹਦੇ 'ਤੇ ਮੋਹਰ ਲਾ ਦਿੱਤੀ ਸੀ ਵੀ ਇਹ ਜਿਹੜੀ ਕੀਰਤੀ ਅਸੀਂ ਗਾਵਦੇ ਹਾਂ ਨਾ ਇਹ ਸ਼ਬਦ ਹੈ, ਜਦੋਂ ਅਸੀਂ ਕਾਲ ਪੁਰਖ ਨੂੰ ਯਾਦ ਕਰਕੇ ਉਹਨੂੰ ਗਾ ਰਹੇ ਹਾਂ, ਉਹਨੂੰ ਯਾਦ ਕਰ ਰਹੇ ਹਾਂ, ਇਹ ਉਹਦਾ ਸ਼ਬਦ ਹੈ, ਇਹ ਗੁਰ ਸ਼ਬਦ ਬਣ ਗਿਆ। ਜੇ ਸੁਰਤ ਕਰ ਕਰ ਸਮਝੈ ਤਿਸ ਕੀ ਮੁਕਤ ਹੋਏ, ਇਹ ਫਰਕ ਹੈ। ਆਪਾਂ ਕਹਿੰਦੇ ਕਿੰਨੇ ਕੀਰਤਨ ਸੁਣ ਲਏ, ਕਿੰਨੀਆਂ ਰਹਿਣ ਸਵਾਈਆਂ ਸੁਣ ਲਈਆਂ, ਲਾਈਫ 'ਚ ਫਰਕ ਨਹੀਂ ਪਿਆ, ਕਿਉਂਕਿ ਬਾਬੇ ਨੇ ਕਹਿ ਦਿੱਤਾ ਨਾ ਇੱਥੇ ਕੀ ਕਹਿ ਦਿੱਤਾ, ਜੇ ਸੁਰਤ ਕਰ ਕਰ ਸਮਝੈ ਆਪਣੇ ਪ੍ਰਭ ਸਿਓ ਹੋ ਸਾਵਧਾਨ, ਹੈ ਨਾ। ਇੱਦਾਂ ਨਾ ਹੋਏ ਇੱਥੇ ਕੁਛ ਚੱਲ ਰਿਹਾ ਅਤੇ ਅਸੀਂ ਪਿੱਛੇ ਇੰਸਟਾਗ੍ਰਾਮ 'ਤੇ ਬੈਠੇ ਹੋਏ ਹਾਂ, ਜਾਂ ਸੁਰਤ ਕਿਤੇ ਹੋਰ ਹੈ, ਤਾਂ ਸੁਰਤ ਜਾਏਗੀ, ਵੀ ਆਰ ਹਿਊਮਨਸ ਰਾਈਟ, ਸੁਰਤ ਜਾਏਗੀ, ਫਿਰ ਮਹਾਰਾਜ ਦਾ ਆਸਰਾ ਲੈ ਕੇ ਉਹਨੂੰ ਵਾਪਸ ਲੈ ਕੇ ਆਉਣਾ ਸੁਰਤ ਨੂੰ, ਕੌਨਸ਼ੀਅਸਲੀ ਇੱਕ ਝਗੜਾ ਕਰਨਾ। ਉਦੋਂ ਤੱਕ ਜਦੋਂ ਤੱਕ ਗੁਰੂ ਕਿਰਪਾ ਸਦਕਾ ਉਹ ਹਾਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਪਰ ਉਹਦੇ ਨਾਲ ਐਫਰਟ ਕਰੀ ਜਾਣੀ ਹੈ, ਮਨ ਜਾ ਰਿਹਾ ਉਹਨਾਂ ਨੂੰ ਆ ਜਾ ਵਾਪਸ ਆਉਣ, ਜਦੋਂ ਉਹਦੇ 'ਤੇ ਫੋਕਸ ਪਾਵਾਂਗੇ ਸ਼ਬਦ ਦੇ ਤਾਂ ਹੈਲਪ ਵੀ ਹੋ ਜਾਏਗੀ। ਕਹਿੰਦੇ ਇਹ ਕੀਰਤ ਅਰ ਮੁਕਤ ਇੱਕੋ ਹੈ, ਜਦੋਂ ਤੁਸੀਂ ਇਹ ਕੀਰਤੀ ਗਾਉਣ ਲੱਗ ਗਏ ਵਿੱਚ ਪੂਰੀ ਸੋਝੀ ਪਾ ਕੇ ਫੋਕਸ ਪਾ ਕੇ ਤਾਂ ਕੀ ਮੁਕਤੀ ਵੀ ਇਹਦੇ ਵਿੱਚ ਹੀ ਹੈ। ਇਹ ਸਾਰਾ ਭਾਈ ਮਰਦਾਨਾ ਜੀ ਨਾਲ ਡਾਇਲੋਗ ਹੋ ਰਿਹਾ, ਠੀਕ ਹੈ, ਓਕੇ ਅੱਗੇ ਚੱਲੀਏ। ਹਾਂ, ਜਦੋਂ ਆਪਾਂ ਆਮ ਸੁਣਦੇ ਹਾਂ ਕਿ ਜਦੋਂ ਬਾਣੀ ਆਉਂਦੀ ਸੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕੀ ਕਹਿੰਦੇ ਹੁੰਦੇ ਸੀ? ਹਾਂ, ਬਾਣੀ ਆਈ ਰਬਾਬ ਛੇੜ, ਓਕੇ। ਕਿੰਨੇ ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ? ਹਾਂ, 19 ਰਾਗ, ਠੀਕ ਹੈ, 19 ਰਾਗ। ਇਹਦਾ ਮਤਲਬ ਭਾਈ ਮਰਦਾਨਾ ਜੀ ਨੂੰ 19 ਦੇ 19 ਰਾਗ ਪਹਿਲਾਂ ਆਉਂਦੇ ਸੀ, ਠੀਕ ਹੈ, ਇਹਦਾ ਮਤਲਬ ਤਾਂ ਵੀ ਉਹ ਬਹੁਤ ਜ਼ਿਆਦਾ ਸਕਿੱਲ ਸੀ ਉਹਨਾਂ ਦੇ ਕੋਲ। ਜੇ 19 ਦੇ 19 ਰਾਗ ਆਉਂਦੇ ਸੀ ਤਾਂ ਅਸੀਂ ਰਾਤੀ ਵੀ ਬੈਠੇ ਇੱਦਾਂ ਹੀ ਵਿਚਾਰ ਸ਼ੁਰੂ ਹੋ ਗਈ, ਤਾਂ ਮੈਂ ਕਿਹਾ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੋਣਗੇ ਮਰਦਾਨਿਆ ਸੁਰ ਉਠਾ ਰਿਹਾ ਜਾਂ ਧਨਾਸਰੀ ਆ ਰਿਹਾ, ਤੂੰ ਛੇੜ ਜਾਂ ਤੈਨੂੰ ਆਉਂਦਾ, ਕਿੱਦਾਂ ਦਾ ਕਨੈਕਸ਼ਨ ਹੋਏਗਾ ਸੱਚੇ ਪਾਤਸ਼ਾਹ ਦਾ ਭਾਈ ਮਰਦਾਨਾ ਜੀ ਦੇ ਨਾਲ ਕਿ ਬਾਣੀ ਆਈ ਤਾਂ ਗੁਰੂ ਮਹਾਰਾਜ ਨੂੰ ਅਤੇ ਭਾਈ ਮਰਦਾਨਾ ਜੀ ਨੇ ਉਹ ਸੁਰ ਛੇੜ ਦਿੱਤੀ ਨਾ। ਇੱਦਾਂ ਦਾ ਕਨੈਕਸ਼ਨ ਹੋਏ ਸਾਡਾ ਬਾਣੀ ਦੇ ਨਾਲ, ਸਾਡਾ ਗੁਰੂ ਦੇ ਨਾਲ, ਕਿ ਮੇਰਾ ਗੁਰੂ ਕਹਿ ਕੀ ਰਿਹਾ ਮੈਨੂੰ ਸਮਝ ਲੱਗ ਰਹੀ ਹੈ, ਮੈਨੂੰ ਸਮਝ ਲੱਗ ਰਹੀ ਹੈ ਬਾਣੀ ਕੀ ਕਹਿ ਰਹੀ ਹੈ ਮੈਨੂੰ। ਉਵੇਂ ਦਾ ਤਾਂ ਅਸੀਂ ਕੋਈ ਸਾਡੇ 'ਤੇ ਕਿਰਪਾ ਹੋ ਜਾਵੇ ਅਤੇ ਭਾਈ ਮਰਦਾਨਾ ਜੀ ਵਰਗੇ ਅਸੀਂ ਬਣ ਜਾਈਏ, ਕੋਈ ਸਾਡੇ 'ਤੇ ਬਖਸ਼ਿਸ਼ ਹੋ ਜਾਵੇ, ਪਰ ਅਸੀਂ ਇਹਦੇ 'ਚੋਂ ਸਿੱਖਣਾ ਕੁਛ, ਠੀਕ ਹੈ। ਤਾਂ ਕਹਿੰਦੇ ਵੀ ਜਿੱਦਾਂ ਕਿ ਜਿੱਦਾਂ ਭਾਈ ਸਾਹਿਬ ਆਲਰੇਡੀ ਪ੍ਰਪੇਅਰਡ ਹੁੰਦੇ ਆ ਨਾ ਨਾਨਕ ਲਈ,
ਬਾਬੇ ਲਈ ਪ੍ਰਪੇਅਰਡ ਹੀ ਸੀ, ਬਣੇ ਹੀ ਉਹਨਾਂ ਲਈ ਸੀ, ਐਵੇਂ ਦਾ ਕੁਛ ਰਿਸ਼ਤਾ ਹੈ। ਅੱਗੇ ਇੱਕ ਸਾਖੀ ਆਉਂਦੀ ਹੈ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਸੀਗੇ, ਆਪਾਂ ਨੂੰ ਸਾਰਿਆਂ ਨੂੰ ਸਾਖੀ ਪਤਾ, ਤਾਂ ਮੈਂ ਸਾਖੀ 'ਚ ਨਹੀਂ ਜਾਣਾ, ਆਪਾਂ ਨੂੰ ਪਤਾ ਉੱਥੇ ਕੀ ਹੋਇਆ ਕਿਵੇਂ ਹੋਇਆ। ਉੱਥੇ ਕਹਿੰਦੇ ਭਾਈ ਮਰਦਾਨਾ ਜੀ ਵੀ ਆਏ, ਪਿਤਾ ਕਾਲੂ ਜੀ ਬਹੁਤ ਖੁਸ਼ ਸਨ, ਹੁੰਦਾ ਹੀ ਹੈ, ਪਿਤਾਵਾਂ ਨੂੰ ਸਾਰਿਆਂ ਨੂੰ ਚੀਜ਼ਾਂ ਦੇ ਰਹੇ ਸਨ, ਵੰਡ ਰਹੇ ਸਨ, ਕਿਸੇ ਨੂੰ ਕੁਛ ਕਿਸੇ ਨੂੰ ਕੁਛ, ਸਾਰੀਆਂ ਦਾਤਾਂ ਵੰਡ ਰਹੇ ਸਨ, ਅਤੇ ਭਾਈ ਮਰਦਾਨਾ ਜੀ ਵੀ ਆਉਂਦੇ ਨੇ ਅਤੇ ਆ ਕੇ ਆਪਣੇ ਮਿੱਤਰ ਨੂੰ ਮਜ਼ਾਕ ਕਰਦੇ ਨੇ, ਕਹਿੰਦੇ ਸਾਰਿਆਂ ਨੂੰ ਬੜਾ ਕੁਛ ਮਿਲਦਾ ਪਿਆ, ਮੈਨੂੰ ਵੀ ਦੇ ਦਿਓ ਕੁਛ। ਤਾਂ ਅੱਗੋਂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੀ ਤੈਨੂੰ ਦਾਤ ਮਿਲੀ ਹੈ ਨਾ, ਇਸ ਤੋਂ ਵੱਡੀ ਦਾਤ ਕਿਸੇ ਨੂੰ ਕੀ ਦੇ ਸਕਦੇ ਹਾਂ ਅਸੀਂ। ਉਹ ਕਿਹੜੀ ਦਾਤ ਸੀ? ਹਾਂਜੀ, ਕੀਰਤਨ ਦੀ ਦਾਤ ਹੈ ਨਾ। ਕੀਰਤਨ ਨੂੰ ਅਸੀਂ ਕੋਈ ਐਵੇਂ ਨਾ ਸਮਝੀਏ ਵੀ ਬਈ ਬਸ ਕੀਰਤਨ ਕਰ ਲਿਆ ਤਾਂ ਅਸੀਂ ਕੁਛ ਹੋ ਗਏ ਜਾਂ ਅਸੀਂ ਕਰ ਰਹੇ ਹਾਂ, ਇਹ ਤਾਂ ਦਾਤ ਹੈ। ਔਰ ਖਿਮਾ ਕਰਨਾ, ਇਕੱਲਾ ਵਾਜਾ ਫੜ ਕੇ ਜਾਂ ਕੋਈ ਸਾਜ਼ ਫੜ ਕੇ ਵੀ ਉਹ ਕੀਰਤਨ ਨਹੀਂ ਹੈ, ਉਹ ਹੈ ਇੱਕ ਰੂਪ ਹੈ ਕੀਰਤਨ ਦਾ, ਪਰ ਕੀਰਤਨ ਅੰਦਰ ਦੀ ਖੇਡ ਹੈ। ਉਹ ਦੱਸ ਦਿੱਤਾ ਪਹਿਲਾਂ, ਦੱਸ ਦਿੱਤਾ ਨਾ ਜੇ ਵਿੱਚ ਸੁਰਤ ਲਾ ਕੇ, ਤਾਂ ਇਹ 'ਚ ਪੂਰਾ ਵਿਸ਼ਵਾਸ ਹੋਏ ਕਿ ਇਹੀ ਇਹੀ ਸ਼ਬਦ ਹੈ, ਇਹਦੇ 'ਚ ਹੀ ਮੁਕਤੀ ਹੈ, ਔਰ ਇਹ ਗੁਰੂ ਦੀ ਦਿੱਤਾ ਸ਼ਬਦ ਹੈਗਾ, ਗੁਰੂ ਦੀ ਦਿੱਤੀ ਕੀਰਤੀ ਹੈਗੀ ਹੈ, ਫਿਰ ਤਾਂ ਉਹਨੂੰ ਅਸੀਂ ਕੀਰਤਨ ਕਹਿ ਪਾਵਾਂਗੇ। ਜਦੋਂ ਉਸ ਭਾਵਨਾ ਦੇ ਨਾਲ, ਉਸ ਮੰਤਰ ਦੇ ਨਾਲ, ਅਤੇ ਇਹ ਸਾਜ਼ ਕੋਈ ਅਸੀਂ ਨਹੀਂ ਛੇੜ ਰਹੇ, ਕਿਹੜੇ ਵੀ ਸਾਜ਼ ਤੁਸੀਂ ਵਜਾਉਂਦੇ ਹੋ, ਇਹ ਉਹ ਛਿੜਵਾ ਰਹੇ ਨੇ, ਐਵੇਂ ਦੀ ਭਾਵਨਾ ਨਾਲ ਅਸੀਂ ਬੈਠੀ ਹੈ। ਤਾਂ ਫਿਰ ਵੀ ਕਹਿੰਦੇ ਕਿ ਕੁਛ ਤਾਂ ਹੋਏ, ਜਿੱਦਾਂ ਉਹ ਕਰਦੇ ਹੁੰਦੇ ਸੀ ਨਾ। ਤਾਂ ਇੱਥੇ ਕੋਈ ਭਾਈ ਮਰਦਾਨਾ ਜੀ ਕੋਈ ਮਟੀਰੀਅਲਿਸਟਿਕ ਚੀਜ਼ ਨਹੀਂ ਮੰਗ ਰਹੇ ਕਿ ਮੈਨੂੰ ਕੋਈ ਪੈਸੇ ਦੇ ਦਿਉ ਜਾਂ ਐਵੇਂ, ਪਰ ਇੱਕ ਬਖਸ਼ਿਸ਼ ਲੈਣ ਦਾ ਸਮਾਂ ਹੁੰਦਾ। ਕਹਿੰਦੇ ਨਾ ਜਿੱਦਣ ਗੁਰਪੁਰਬ ਹੈ, ਤੁਸੀਂ ਵੱਡਿਆਂ ਕੋਲੋਂ ਗੱਲ ਸੁਣੀ ਹੋਣੀ ਹੈ, ਪੁਰਾਣੇ ਗੁਰਸਿੱਖ ਕਹਿੰਦੇ ਹੁੰਦੇ ਸੀ ਅੱਜ ਗੁਰਪੁਰਬ ਹੈ, ਅੱਜ ਕੁਛ ਵੀ ਮੰਗ ਲਓ। ਮੈਂ ਇਹ ਸੁਣੀ ਗੱਲ ਤਾਂ ਮੈਨੂੰ ਬੜੀ ਪਿਆਰੀ ਲੱਗੀ, ਜਿੱਦਾਂ ਆਪਾਂ ਘਰ 'ਚ ਨਹੀਂ ਕਹਿੰਦੇ ਹੁੰਦੇ ਅੱਜ ਡੈਡੀ ਦਾ ਬਰਥਡੇ, ਅੱਜ ਉਹ ਮਰਜ਼ੀ ਲੈ ਲਓ। ਤਾਂ ਵੈਸੇ ਗੁਰੂ ਤਾਂ ਕੋਂਸਟੈਂਟਲੀ ਦੇ ਰਹੇ ਨੇ ਸਾਨੂੰ, ਪਰ ਇੱਕ ਗੱਲ ਬਣਾਈ ਹੈ ਕਿ ਅੱਜ ਗੁਰਪੁਰਬ ਹੈ, ਅੱਜ ਮਨ ਨਾਲ ਜਾਓ, ਤਾਂ ਕੋਈ ਅੰਦਰ ਦੀ ਗੱਲ ਹੈਗੀ ਹੈ ਤਾਂ ਕਰ ਲਓ ਗੁਰੂ ਨਾਲ, ਅੱਜ ਦਿਨ ਹੈ ਕੋਈ, ਸਾਡੇ ਲਈ ਤਾਂ ਹਰ ਇੱਕ ਦਿਨ ਹੋਵੇ ਆ, ਪਰ ਫਿਰ ਵੀ ਇੱਕ ਗੱਲ ਪਿਆਰੀ ਲੱਗੀ ਮੈਨੂੰ। ਤਾਂ ਐਵੇਂ ਉਹਨਾਂ ਨੇ ਵੀ ਉਹ ਓਪਰਚੁਨਿਟੀ ਯੂਜ਼ ਕੀਤਾ। ਫਿਰ ਤਾਂ ਮਹਾਰਾਜ ਨੇ ਅੱਗੋਂ ਕੀ ਦਿੱਤਾ? ਮਹਾਰਾਜ ਨੇ ਆਪਣਾ ਚੋਲਾ ਲਾ ਕੇ ਦੇ ਦਿੱਤਾ ਸੀ। ਠੀਕ ਹੈ, ਚਲੋ ਇਹ ਤਾਂ ਗੱਲ ਹੋ ਗਈ, ਪਰ ਉਹਦੇ 'ਚੋਂ ਸਿੱਖਿਆ ਕੀ ਅਸੀਂ ਹੁਣ ਅੱਗੋਂ ਜੋ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਮਰਦਾਨਿਆ ਹੁਣ ਮੈਂ ਤੈਨੂੰ ਆਪਣਾ ਚੋਲਾ ਦੇ ਦਿੱਤਾ, ਹੁਣ ਇਹ ਚੋਲਾ ਪਾ ਕੇ ਬਸ ਗੁਰੂ ਨਾਨਕ ਹੀ ਬਣ ਕੇ ਰਹਿਣਾ। ਗੁਰੂ ਨਾਨਕ ਦਾ ਚੋਲਾ ਪਾ ਲਿਆ ਤਾਂ ਗੁਰੂ ਨਾਨਕ ਵਰਗੀ ਸੋਚ, ਗੁਰੂ ਨਾਨਕ ਵਰਗੇ ਬੋਲ, ਗੁਰੂ ਨਾਨਕ ਵਰਗੇ ਕੰਮ, ਹੁਣ ਥਾਂ ਥਾਂ 'ਤੇ ਨਹੀਂ ਜਾਣਾ। ਤਾਂ ਉਹ ਭਾਈ ਮਰਦਾਨਾ ਜੀ ਨੇ ਐਸਾ ਚੋਲਾ ਪਾਇਆ ਕਿ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ, ਉਹ ਇੱਕ ਰੂਪ ਹੀ ਸੀ ਨਾ। ਤਾਂ ਕੱਲ੍ਹ ਵੀ ਆਪਣੀ ਗੱਲ ਹੋਈ ਸੀ ਕਿਤੇ, ਮੇਰਾ ਖਿਆਲ ਮੈਨੂੰ ਯਾਦ ਭੁੱਲ ਗਿਆ ਕਿੱਥੇ ਹੋਈ ਸੀ, ਸ਼ਾਇਦ ਬੱਚਿਆਂ ਦੇ ਲੈਕਚਰ 'ਚ ਹੋਈ ਸੀ, ਹਾਂ ਬੱਚਿਆਂ ਦੇ, ਕਿ ਅਸੀਂ ਵੀ ਗੁਰੂ ਨਾਨਕ ਦਾ ਚੋਲਾ ਪਾਇਆ ਹੈ। ਪਾਇਆ ਕਿ ਨਹੀਂ ਪਾਇਆ? ਪਹਿਲਾਂ ਤਾਂ ਇਹ ਸਵਾਲ ਅਸੀਂ ਆਪਣਾ ਨੂੰ ਪੁੱਛਣਾ ਕਿ ਅਸੀਂ ਗੁਰੂ ਨਾਨਕ, ਜੇ ਅਸੀਂ ਆਪਣਾ ਨੂੰ ਸਿੱਖ ਕਹਿ ਰਹੇ ਹਾਂ ਤਾਂ ਅਸੀਂ ਗੁਰੂ ਨਾਨਕ ਦਾ ਚੋਲਾ ਪਾਇਆ ਨਾ, ਤਾਂ ਕੀ ਸਾਡੇ ਬੋਲ, ਸਾਡੀ ਸੋਚ, ਸਾਡੇ ਕੰਮ, ਸਾਡੀ ਵਿਜ਼ਨ ਇੰਨੀ ਉੱਚੀ ਹੈ ਜਾਂ ਘੱਟੋ ਘੱਟ ਕੋਸ਼ਿਸ਼ ਹੋ ਰਹੀ ਹੈ ਕਿ ਗੁਰੂ ਨਾਨਕ ਦੇ ਚੋਲੇ ਵਰਗੇ ਕੰਮ ਕਰ ਸਕੇ? ਕੋਸ਼ਿਸ਼ ਚੱਲ ਹੀ ਪਾ ਲਈ ਹੈ, ਉਹ ਵੀ ਇੱਕ ਬਖਸ਼ਿਸ਼ ਹੋਏਗੀ। ਇੱਕ ਸਵਾਲ ਹੈ ਜਿਹੜਾ ਅਸੀਂ ਸਾਰਿਆਂ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਆਪ ਨਾਲ ਬੈਠ ਕੇ ਸੋਚਣਾ। ਕਦੀ ਕਦੀ ਇੱਦਾਂ ਨਹੀਂ ਹੁੰਦਾ ਤੁਹਾਨੂੰ ਕਿ ਤੁਸੀਂ ਸਾਰਾ ਦਿਨ, ਜਿੱਦਾਂ ਮੈਂ ਦੇਖਿਆ ਬਹੁਤ ਲਾਈਫ ਬਿਜ਼ੀ ਹੈ ਇੱਥੇ ਵੀ ਜਿਨ੍ਹਾਂ ਦੀ ਹੈ, 10-10 ਵਜੇ ਘਰ ਆ ਰਹੇ ਹੋ, ਸਮਾਂ ਨਹੀਂ ਹੈ, ਫੈਮਿਲੀ ਦੇ ਨਾਲ ਵੀ ਨਹੀਂ ਹੈ, ਬੱਚਿਆਂ ਦੇ ਨਾਲ ਵੀ ਨਹੀਂ ਹੈ, ਲਾਈਫ ਤਾਂ ਹਰ ਇੱਕ ਜਗ੍ਹਾ ਬਿਜ਼ੀ ਹੈ। ਕਦੀ ਕਦੀ ਇੱਦਾਂ ਨਹੀਂ ਲੱਗਦਾ ਕਿ ਥੱਕ ਗਏ?
ਫਿਜ਼ੀਕਲੀ ਨਹੀਂ, ਮੈਂਟਲੀ ਥੱਕ ਗਏ, ਇੱਦਾਂ ਲੱਗਦਾ ਬਸ ਇੱਕ ਬ੍ਰੇਕ ਚਾਹੀਦੀ ਹੈ, ਉਦੋਂ ਫਿਰ ਗੁਰੂ ਨਾਨਕ ਦੇ ਚੋਰੇ ਨੂੰ ਯਾਦ ਕਰ ਲਿਆ ਕਰੋ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਹੁਣ ਮੈਂ ਕੀ ਕਰਾਂ, ਹੁਣ ਮੈਂ ਕਿਵੇਂ ਆਪਣੇ ਆਪ ਨੂੰ ਫਿਰ ਇੱਕ ਐਨਰਜਾਈਜ਼ ਕਰਾਂ, ਇੱਕ ਕਿਹੜੀ ਚੀਜ਼ ਪੀ ਲਵਾਂ, ਕਿਹੜੀ ਆਪਾਂ ਕਹਿੰਦੇ ਨਾ ਵਿਟਾਮਿਨਸ ਖਾ ਲਓ, ਇਹ ਕਰ ਲਓ, ਵੋ ਕਰ ਲਓ, ਤੁਹਾਨੂੰ ਐਨਰਜੀ ਆ ਜਾਏਗੀ। ਇੱਥੇ ਮੈਂ ਇੱਕ ਆਮ ਚੀਜ਼ ਸੁਣੀ, ਸੈੱਲ ਘੱਟ ਗਏ ਨੇ, ਹਰ ਇੱਕ ਨੂੰ ਡੇਂਗੂ ਬੁਖਾਰ ਹੋਇਆ ਹੋਇਆ, ਤਾਂ ਮੈਂ ਮੈਨੂੰ ਮਜ਼ਾਕ ਉਦਾਂ ਕਰਨਾ ਨਹੀਂ ਚਾਹੀਦਾ, ਮੈਂ ਉਹਨਾਂ ਨੂੰ ਕਹਿ ਰਹੀ ਸੀ, ਮੈਂ ਕਿਹਾ ਮੈਂ ਆਊਟ ਆਫ ਕਰਿਓਸਿਟੀ ਆਪਣੇ ਸੈੱਲ ਚੈੱਕ ਕਰਾਉਣੇ ਨੇ, ਕੀ ਹੁੰਦੇ ਨੇ ਉਹ, ਵੀ ਸਾਡੇ ਨਹੀਂ ਹੁੰਦਾ ਇੱਦਾਂ, ਸਾਡੇ ਕੋਈ ਸੈੱਲ ਨਹੀਂ ਚੈੱਕ ਕਰਦਾ, ਪਰ ਚਲੋ ਇਟਸ ਏ ਨਿਊ ਕੋਨਸੈਪਟ। ਤਾਂ ਹਰ ਇੱਕ ਨੂੰ ਇੱਕ ਫਿਕਰ ਲੱਗੀ ਹੋਈ ਹੈ ਕਿ ਮੇਰੇ ਸੈੱਲ ਘੱਟ ਗਏ ਨੇ, ਤਾਂ ਮੈਂ ਕਿਹਾ ਤੁਹਾਨੂੰ ਪਤਾ ਕਿਵੇਂ ਲੱਗਦਾ, ਉਹ ਕਹਿੰਦੇ ਬਸ ਕਮਜ਼ੋਰੀ ਜੀ ਹੁੰਦੀ ਹੈ। ਤਾਂ ਮੈਂ ਕਿਹਾ ਇੱਕ ਕਿੱਥੇ ਤੁਸੀਂ ਮਤਲਬ ਜਸਟ ਆਪਣੇ ਆਪ ਨੂੰ ਮਾਇੰਡ ਨੂੰ ਬਾਹਰ ਕੱਢੋ ਉਸ ਚੀਜ਼ ਦੇ ਵਿੱਚੋਂ, ਕੁਛ ਕਰ ਏ ਲੱਗੋ, ਕਮਜ਼ੋਰੀਆਂ ਕਿਵੇਂ ਹੋ ਜਾਣਗੀਆਂ। ਹਾਂ, ਜੈਨੂਅਨਲੀ ਕੁਛ ਏਲਮੈਂਟਸ ਹੋ ਸਕਦੀਆਂ ਨੇ ਅਤੇ ਉਹਦੇ 'ਤੇ ਕੰਮ ਕੀਤਾ ਜਾ ਸਕਦਾ, ਪਰ ਜੇ ਅਸੀਂ ਕੋਂਸਟੈਂਟਲੀ ਇੱਕੋ ਚੀਜ਼ ਸੋਚ ਰਹੇ ਹਾਂ ਕਿ ਕੁਛ ਮੇਰੇ 'ਚ ਡਾਊਨ ਹੈ, ਮੈਂ ਮੇਰਾ ਆਹ ਨਹੀਂ ਠੀਕ, ਤਾਂ ਉਹ ਵਾਕਈ ਡਾਊਨ ਹੋ ਜਾਣਾ ਹੋਏਗਾ ਨਾ, ਕਿਉਂਕਿ ਸਾਡੀ ਸਾਰਾ ਫੋਕਸ ਹੀ ਉਹਦੇ 'ਤੇ ਲੱਗਾ ਹੋਇਆ। ਤਾਂ ਇੱਥੇ ਜਦੋਂ ਭਾਈ ਮਰਦਾਨਾ ਜੀ ਨੂੰ ਚੋਲਾ ਦੇ ਦਿੱਤਾ, ਤਾਂ ਇੱਕ ਬੜਾ ਵੱਡਾ ਸਾਡੇ ਲਈ ਲੈਸਨ ਦੇ ਦਿੱਤਾ ਕਿ ਸਿਵਿਕ ਪੰਜ ਕਕਾਰ ਧਾਰਨ ਕੀਤੇ ਹੋਏ ਨੇ, ਬੜੀ ਵੱਡੀ ਰਿਸਪੋਂਸੀਬਿਲਟੀ ਸਾਡੇ ਸਿਰਾਂ 'ਤੇ, ਸਾਨੂੰ ਕੇਸ ਦਿੱਤੇ ਨੇ, ਦਸਤਾਰਾਂ ਬਖਸ਼ੀਆਂ ਨੇ, ਤਾਂ ਅਸੀਂ ਗੁਰੂ ਨਾਨਕ ਦੇ ਚੋਲੇ ਪਾ ਕੇ ਫਿਰ ਰਹੇ ਨਾ। ਹੁਣ ਜਿਹਦੇ ਸਿਰ 'ਤੇ ਦਸਤਾਰ ਹੈ, ਉਹ ਕਿਸੇ ਨੂੰ ਬਾਹਰ ਖੜਾ ਹੋ ਕੇ ਗਾਲਾਂ ਵੀ ਕੱਢ ਰਿਹਾ, ਜਾਂ ਕੋਈ ਰਿਕਸ਼ੇ ਵਾਲੇ ਨੂੰ ਕਿਸੇ ਭਈਏ ਨੂੰ ਰਿਊਡ ਬੋਲ ਰਿਹਾ, ਗੁਰੂ ਨਾਨਕ ਬੋਲੇਗਾ ਇੱਦਾਂ? ਤਾਂ ਮੈਂ ਤੁਹਾਡੇ 'ਤੇ ਛੱਡ ਦਿੰਦੀ ਹਾਂ, ਠੀਕ ਹੈ, ਕਿਵੇਂ ਹੋਏਗਾ? ਤਾਂ ਕਹਿੰਦੇ ਉਦੋਂ ਭਾਈ ਮਰਦਾਨਾ ਜੀ ਨੇ ਚੋਲਾ ਵੀ ਪਾਇਆ ਅਤੇ ਸੁਲਤਾਨਪੁਰ ਕੀਰਤਨ ਵੀ ਕੀਤਾ ਉਹ ਚੋਲਾ ਪਾ ਕੇ, ਔਰ ਸਾਰੀ ਉਮਰ ਫਿਰ ਉਹ ਚੋਲੇ ਨੂੰ ਨਿਭਾਇਆ ਉਹ ਚੋਲਾ ਪਾ ਕੇ। ਸਾਡੇ ਲਈ ਬਹੁਤ ਵੱਡਾ ਲੈਸਨ ਹੈ ਇਹਦੇ ਵਿੱਚ, ਬਹੁਤ ਵੱਡਾ, ਕਿ ਸਾਨੂੰ ਉਹ ਚੋਲਾ ਬਖਸ਼ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਤਾਂ ਅਸੀਂ ਕੀ ਸਿੱਖਿਆ ਇਸ ਚੀਜ਼ ਤੋਂ ਲੈ ਰਹੇ ਹਾਂ ਕਿ ਸਾਡੇ ਕੰਮ, ਮੈਂ ਤੁਹਾਨੂੰ ਨਹੀਂ ਕਹਿ ਰਹੀ, ਜਨਰਲੀ ਸਪੀਕਿੰਗ ਆਪਾਂ ਗੱਲ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ ਕਿ ਕਿਤੇ ਮੇਰੇ ਕੋਲ ਕੁਛ ਇੱਦਾਂ ਤਾਂ ਨਹੀਂ। ਕਦੀ ਕਦੀ ਨਾ ਕਿਸੇ ਨੂੰ ਗਾਲਾਂ ਕੱਢਣ ਨੂੰ ਜੀ ਵੀ ਕਰਦਾ ਹੁੰਦਾ, ਗੁੱਸਾ ਆ ਜਾਂਦਾ ਨਾ, ਹੁੰਦਾ ਨਾ ਇੱਦਾਂ, ਹੁੰਦਾ ਨਾ, ਹੋ ਜਾਂਦਾ। ਮੈਂ ਬਚਪਨ 'ਚ ਸੀ, ਮੈਨੂੰ ਉਹ ਗੱਲ ਨਹੀਂ ਭੁੱਲਦੀ, ਬਹੁਤ ਛੋਟੀ ਉਮਰ ਸੀ, ਤਾਂ ਜਿੱਥੇ ਮੇਰੇ ਪੇਰੈਂਟਸ, ਤਾਂ ਮੈਨੂੰ ਲੱਗਦਾ ਮੈਂ ਗੁਰਦੁਆਰਾ ਸਾਹਿਬ ਤੋਂ ਹੀ ਆ ਰਹੀ ਸੀ, ਤਾਂ ਉਹ ਗੱਡੇ ਹੁੰਦੇ ਸੀ, ਉਦੋਂ ਗੱਡੇ ਹੁੰਦੇ ਸੀ ਨਾ, ਗੱਡਾ ਮਤਲਬ ਅੱਗੇ ਮੱਝ ਹੈ ਜਾਂ ਗੱਡਾ, ਅਤੇ ਕੁਛ ਲੈ ਕੇ ਜਾ ਰਹੇ ਹੈ। ਉਹਨੇ ਪਤਾ ਨਹੀਂ ਕੀ ਕੀਤਾ, ਹੁਣ ਮੈਨੂੰ ਪੂਰੀ ਗੱਲ ਨਹੀਂ ਯਾਦ, ਪਰ ਮੈਂ ਉਹਨੂੰ ਕੁਛ ਕੌੜਾ ਬੋਲਿਆ, ਮੈਨੂੰ ਇਹ ਯਾਦ ਹੈ, ਮੈਨੂੰ ਗੱਲ ਨਹੀਂ ਯਾਦ ਪੂਰੀ, ਬਹੁਤ ਛੋਟੀ ਉਮਰ ਦੀ ਗੱਲ ਹੈ, ਪਰ ਮੈਨੂੰ ਇਹ ਗੱਲ ਯਾਦ ਹੈ ਕਿ ਉਹ ਕੌੜਾ ਬੋਲਣ ਤੋਂ ਬਾਅਦ ਮੇਰੇ ਅੰਦਰ ਜਿਹੜੀ ਰਿਐਕਸ਼ਨ ਹੋਈ, ਰਿਐਕਸ਼ਨ ਕੀ ਸੀ, ਮੇਰੇ ਸਿਰ 'ਤੇ ਚੁੰਨੀ ਸੀ, ਮੈਂ ਗੁਰਦੁਆਰੇ ਆ ਰਹੀ ਸੀ, ਤਾਂ ਮੈਂ ਇਹੀ ਸੋਚੀ ਕਿ ਇਹਨੇ ਕਹਿਣਾ ਹਾਏ ਹਾਏ ਇਹ ਚੁੰਨੀ ਵਾਲੀਆਂ ਸਿੱਖ ਕੁੜੀਆਂ ਕਿੰਨਾ ਮਾੜਾ ਬੋਲਦੀਆਂ ਨੇ। ਇੱਕੋ ਹੀ ਕੋਂਸਟੈਂਟ ਹੀ ਮੇਰੇ ਅੰਦਰ ਗੱਲ ਚੱਲੀ ਗਈ, ਤਾਂ ਪਰ ਮੇਰੇ ਕੋਲ ਓਪਰਚੁਨਿਟੀ ਨਹੀਂ ਮਿਲੀ, ਮੌਕਾ ਨਹੀਂ ਮਿਲਿਆ ਕਿ ਮੈਂ ਜਾ ਕੇ ਉਸ ਚੀਜ਼ ਨੂੰ ਕਰੈਕਟ ਕਰ ਸਕਾਂ। ਉਹ ਪਤਾ ਨਹੀਂ ਕੌਣ ਸੀ, ਚਲਾ ਗਿਆ, ਮੈਨੂੰ ਇਹ ਵੀ ਨਹੀਂ ਪਤਾ ਹੁਣ, ਅੱਜ ਇਹ ਨਹੀਂ ਯਾਦ ਉਹਨੇ ਕੀ ਕੀਤਾ ਸੀ, ਮੈਂ ਕਿਉਂ ਬੋਲਿਆ, ਉਹ ਵਿਸਰ ਗਿਆ ਸਾਰਾ ਕੁਛ, ਪਰ ਇਹ ਯਾਦ ਹੈ ਕਿ ਮੈਂ ਉਹਨੂੰ ਕੁਛ ਇੱਦਾਂ ਦੇ ਲਫ਼ਜ਼ ਬੋਲੇ ਜਿਹੜੇ ਮੈਨੂੰ ਨਹੀਂ ਬੋਲਣੇ ਚਾਹੀਦੇ ਸੀਗੇ, ਭਾਵੇਂ ਉਹਦੀ ਗਲਤੀ ਸੀ ਜਾਂ ਮੇਰੀ, ਮੈਨੂੰ ਨਹੀਂ ਇਹ ਯਾਦ। ਤਾਂ ਇਵੇਂ ਹੀ ਉਹਨੂੰ ਦੂਸਰੇ ਤਰੀਕੇ ਨਾਲ, ਦੂਜੇ ਢੰਗ ਨਾਲ ਵੀ ਕਿਹਾ ਜਾ ਸਕਦਾ ਸੀ ਨਾ, ਉਹ ਮੈਨੂੰ ਉਹ ਲਾਈਫ 'ਚ ਓਪਰਚੁਨਿਟੀ ਨਹੀਂ ਮਿਲੀ, ਮੈਨੂੰ ਨਹੀਂ ਲੱਗਦਾ ਕਦੀ ਮਿਲੇਗੀ ਵੀ ਉਸ ਇਨਸਾਨ ਦੇ ਨਾਲ, ਮੈਨੂੰ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ। ਤਾਂ ਪਰ ਮੈਨੂੰ ਯਾਦ ਹੈ, ਕਿਉਂਕਿ ਕਿਤੇ ਰੜਕ ਰਹੀ ਹੈ ਨਾ ਚੀਜ਼, ਤਾਂ ਉਹ ਅਸੀਂ ਰੜਕਾਂ ਪੈਦਾ ਹੀ ਨਹੀਂ ਕਰਨੀਆਂ। ਉਹ ਕਿਤੇ ਗੁੱਸਾ ਆ ਗਿਆ ਜਦੋਂ, ਤਾਂ ਉਹਨੂੰ ਉਹਦਾ ਦੂਜਾ ਪਹਿਲੂ ਲੈ ਲਈ ਹੈ, ਜਦੋਂ ਗੁੱਸਾ ਕਰ ਜੀ ਕਰ ਰਿਹਾ ਉਹਨੂੰ ਗਾਲਾਂ ਕੱਢ ਦੇਵਾਂ ਦੋ ਚਾਰ, ਕਿਉਂਕਿ ਹੁਣ ਬਸ ਅੰਦਰ ਖੂਨ ਖੋਲ ਰਿਹਾ, ਤਾਂ ਉਹ ਸਟ੍ਰੈਟਜੀਜ਼ ਨੇ ਕੁਛ ਆਪਾਂ ਉਹ ਆਪਣੇ ਆਪ ਨਾਲ ਅਪਣਾਈਏ, ਪਹਿਲਾਂ ਇੰਨਾ ਹੀ ਯਾਦ ਕਰ ਲਈਏ ਕਿ ਮੈਂ ਹੈ ਕੌਣ, ਮੈਂ ਗੁਰੂ ਨਾਨਕ ਦਾ ਚੋਲਾ ਪਾਇਆ ਪਾਇਆ ਨਾ, ਫਿਰ ਮੈਂ ਇੱਦਾਂ ਨਹੀਂ ਬੋਲਣਾ।
ਠੀਕ ਹੈ, ਆਪਾਂ ਇੱਕ ਰੈਵੋਲਿਊਸ਼ਨ ਲੈ ਕੇ ਆਈਏ। ਸਾਨੂੰ ਪਤਾ ਕੀ ਕਿਹਾ ਜਾਂਦਾ ਉੱਥੇ? ਕਹਿੰਦੇ ਪੰਜਾਬੀ ਔਰ ਸਿੱਖਸ ਇੰਜੋਏ ਡਰਿੰਕਸ, ਕਹਿੰਦੇ ਜਿਹੜੇ ਸਿੱਖ ਨੇ ਇਹ ਸ਼ਰਾਬ ਬਹੁਤ ਇੰਜੋਏ ਕਰਦੇ ਨੇ, ਇਹਨਾਂ ਦੇ ਵਿਆਹਾਂ 'ਤੇ ਜਾਣ ਦਾ ਮਜ਼ਾ ਆਉਂਦਾ, ਇਹ ਗੋਰੇ ਕਹਿੰਦੇ ਨੇ। ਤਾਂ ਮੇਰਾ ਮੂੰਹ ਥੱਲੇ ਹੋ ਜਾਂਦਾ। ਮੈਂ ਉਹਨਾਂ ਨੂੰ ਇਹ ਕਹਿ ਦਿੰਦੀ, ਮੈਂ ਕਿਹਾ ਤੂੰ ਸਿੱਖਾਂ ਦੇ ਵਿਆਹ 'ਤੇ ਨਹੀਂ ਗਿਆ ਹਾਲੇ? ਕਹਿੰਦੇ ਨਹੀਂ, ਸਿੱਖ ਸੀਗੇ, ਉਹਨਾਂ ਨੇ ਪੱਗਾਂ ਬੰਨੀਆਂ ਸੀ, ਤਾੜੀਆਂ ਹੈਗੀਆਂ ਸੀ ਉਹਨਾਂ ਦੀਆਂ। ਵੀ ਰੀਅਲੀ ਇੰਜੋਏਡ ਇਟ। ਗੋਰਿਆਂ ਨੂੰ ਕੀ ਚਾਹੀਦਾ? ਖਾਣ ਪੀਣੇ ਆਉਂਦੇ ਵਿਆਹਾਂ 'ਤੇ? ਤੁਹਾਨੂੰ ਕੋਈ ਵਿਸ਼ਿਜ਼, ਵੈਲ ਵਿਸ਼ਿਜ਼ ਤਾਂ ਕੋਈ ਵਿਰਲਾ ਹੀ ਦੇਣ ਆਉਂਦਾ ਹੁੰਦਾ, ਆਪਣੇ ਵੀ ਇਹੀ ਹੈ ਨਾ, ਤੁਹਾਡੇ ਵੀ ਇੱਦਾਂ ਹੋਏਗਾ ਸਿਸਟਮ। ਮਹਾਰਾਜ ਕਿਰਪਾ ਕਰਨ ਵੀ ਆਪਾਂ ਇੱਕ ਰੈਵੋਲਿਊਸ਼ਨ ਲੈ ਕੇ ਆਈਏ ਕਿ ਉਹ ਇਮੇਜ ਹੋਏ ਅਕਾਲੀ ਫੂਲਾ ਸਿੰਘ ਵਰਗੀ, ਬਾਬਾ ਬੰਦਾ ਸਿੰਘ ਬਹਾਦਰ ਵਰਗੀ, ਭਾਈ ਭਗੀਰਥ ਜੀ ਵਰਗੇ, ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਲੈ ਲਈਏ ਆਪਾਂ, ਭਾਈ ਮਨਸੁੱਖ ਜੀ ਵਰਗੇ, ਇੱਦਾਂ ਦੀ ਇਮੇਜ ਸਾਡੀ ਦੁਬਾਰਾ ਅਸੀਂ, ਇਹ ਫਿਰ ਮੈਂ ਤੁਹਾਨੂੰ ਜ਼ਿੰਮੇਵਾਰੀ ਦੇ ਰਹੀ ਹਾਂ, ਇੱਦਾਂ ਕਰੋ, ਤੁਹਾਨੂੰ ਹੋਮਵਰਕ ਦਿੱਤਾ ਜਾ ਰਿਹਾ, ਮੈਂ ਵੀ ਵੇਚੀ ਹਾਂ, ਤੁਹਾਨੂੰ ਕੰਮ ਦਿੱਤਾ ਜਾ ਰਿਹਾ ਕਿ ਕੋਈ ਰੈਵੋਲਿਊਸ਼ਨ ਲਿਆਓ। ਅਸੀਂ ਸੜਕ 'ਤੇ ਜਾ ਰਹੇ ਹਾਂ, ਤੁਸੀਂ ਮਾਰਕੀਟ ਜਾ ਰਹੇ ਹੋ, ਤੁਸੀਂ ਇੱਕ ਦੁਕਾਨ ਵਾਲੇ ਨਾਲ ਕਿੱਦਾਂ ਗੱਲ ਕਰ ਰਹੇ ਹੋ? ਉੱਥੋਂ ਸ਼ੁਰੂ ਹੋਏਗਾ ਇਹ ਕੰਮ, ਹੋਏਗਾ ਨਾ। ਪਬਲਿਕ ਸਪੀਕਿੰਗ ਕਿੱਦਾਂ ਦੀ ਹੈ ਸਾਡੀ? ਸਾਡੇ ਸਿਰ 'ਤੇ ਦਸਤਾਰ ਹੈ ਜਾਂ ਸਾਡਾ ਪਹਿਰਾਵਾ ਐਵੇਂ ਦਾ ਕਿ ਅਸੀਂ ਸਿੱਖ ਨਜ਼ਰ ਆ ਰਹੇ ਹਾਂ? ਤੁਹਾਨੂੰ ਲੱਗੇ ਇਹ ਆਇਆ ਸੀ, ਠੰਡ 'ਚ ਪੈ ਗਈ, ਇਹ ਆਇਆ ਸੀ ਜਾਂ ਆਈ ਸੀ? ਇਹ ਉਹ ਤੁਹਾਨੂੰ ਨਾ ਵੇਖ ਕੇ ਦੂਰੋਂ ਖੁਸ਼ ਹੋਣ ਲੱਗ ਜਾਣਗੇ ਲੋਕ, ਉਹ ਆ ਰਿਹਾ, ਆ ਜਾ, ਕਿਉਂਕਿ ਠੰਡ ਹੈ ਨਹੀਂ ਕਿਸੇ ਕੋਲ, ਕਿਸੇ ਕੋਲ ਨਹੀਂ ਹੈ, ਤਾਂ ਆਪਾਂ ਵਰਤਾਉਣੀ ਹੈ। ਕਿਉਂ? ਕਿਉਂਕਿ ਅਸੀਂ ਗੁਰੂ ਨਾਨਕ ਦੇ ਚੋਲੇ ਪਾਏ ਨੇ, ਆਪਾਂ ਆਪਣੇ ਨੂੰ ਬਲੈਸਡ ਫੀਲ ਕਰੀਏ। ਅੱਗੇ ਚੱਲੀਏ ਆਪਾਂ। ਅਸੀਂ ਰਾਗ ਦੀ ਗੱਲ ਕਰ ਲਈ, ਮੇਰੀਆਂ ਸਲਾਈਡਸ ਕੁਛ ਆ ਰਹੀਆਂ ਕਿ ਜਿਹੜੀ ਰਾਗ ਦੀ ਗੱਲ ਕੀਤੀ ਸੀ ਕਿ ਅਸੀਂ ਰਾਗ ਨੂੰ ਠੀਕ ਵਰਤਣਾ, ਗਲਤ ਵਰਤਣਾ, ਕੰਨਾਂ 'ਚ ਕੀ ਸੁਣਨਾ, ਸੋ ਮੈਂ ਉਹਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ। ਓਕੇ, ਇੰਨਾ ਕੁ ਦੱਸੋ ਕਿ ਜਿਹੜਾ ਅਸੀਂ ਸੋ ਫਾਰ ਡਿਸਕਸ ਕੀਤਾ ਉਹਦੇ ਵਿੱਚੋਂ ਅਸੀਂ ਭਾਈ ਮਰਦਾਨਾ ਜੀ ਦੇ ਕਰੈਕਟਰ ਬਾਰੇ ਕੀ ਜਾਣਿਆ ਸੋ ਫਾਰ, ਫਿਰ ਅਸੀਂ ਅੱਗੇ ਚੱਲਾਂਗੇ ਸੋ ਫਾਰ, ਤਾਂ ਕਿ ਇੱਕ ਰੈਪ ਅਪ ਹੋ ਜਾਵੇ ਕਿ ਆਪਾਂ ਨੂੰ ਨਾਲ ਦੀ ਨਾਲ ਚੇਤਾ ਰਹੇ। ਸੋ ਫਾਰ ਜਿੰਨੇ ਵੀ ਪੁਆਇੰਟਸ ਤੁਹਾਡੇ ਮਨ 'ਚ ਤਾਜ਼ੇ ਨੇ ਤੁਹਾਡੇ ਮਾਇੰਡ ਦੇ ਵਿੱਚ, ਉਹ ਤੁਸੀਂ ਮੈਨੂੰ ਦੱਸੋ ਤਾਂ ਕਿ ਉਹ ਮਾਹੌਲ ਬਣਿਆ ਰਹੇ। ਹਾਂਜੀ, ਅੱਛਾ, ਠੀਕ ਹੈ। ਕਹਿੰਦੇ ਵੀ ਉਹ ਹਮੇਸ਼ਾ ਸੱਤ ਬਚਨ ਕਹਿੰਦੇ ਸੀ, ਸੱਚੇ ਪਾਤਸ਼ਾਹ ਨੂੰ ਸਵਾਲ ਨਹੀਂ ਸੀ ਉੱਠਦਾ। ਅੱਛਾ, ਇਹਨਾਂ ਦਾ ਅਗਲਾ ਪੁਆਇੰਟ ਹੈ ਕਿ ਆਪਣੇ ਆਪ ਨੂੰ ਮਿਟਾ ਕੇ ਉਹਨਾਂ ਨੇ ਹਮੇਸ਼ਾ ਉਹਨਾਂ ਦੇ ਨਾਲ ਰਹੇ। ਆਪਣੇ ਆਪ ਨੂੰ ਮਿਟਾਉਣਾ ਤਾਂ ਬਹੁਤ ਔਖਾ ਹੈ, ਬਹੁਤ ਔਖਾ ਨਾ। ਸ਼ਾਇਦ ਇਹੀ ਸੀ ਮਤਲਬ ਮਰਦਾਨਾ, ਕਿ ਤੂੰ ਸੂਰਮਾ ਹੋਏਗਾ। ਸੂਰਮੇ ਦਾ ਕੰਮ ਕੀ ਹੈ? ਗਲਤ ਚੀਜ਼ਾਂ ਨੂੰ ਮਾਰ ਦੇਣਾ। ਤਾਂ ਉਹਨਾਂ ਨੇ ਉਹ ਜਿਹੜਾ ਤਰਕਵਾਦੀ ਸਿਸਟਮ ਸੀ ਜਾਂ ਕੁਸਚਨ ਮਾਰਕ ਸੀ ਆਪਣੇ ਗੁਰੂ 'ਤੇ, ਉਹ ਖਤਮ ਕਰ ਦਿੱਤਾ, ਕਰ ਦਿੱਤਾ। ਤਾਂ ਉਹਦੇ ਕਰਕੇ ਕੀ ਹੋਇਆ? ਸੱਤ ਬਚਨ ਵਾਲਾ ਕੋਨਸੈਪਟ ਅਤੇ ਤੁਰਨ ਵਾਲਾ ਕੋਨਸੈਪਟ ਨਾਲ ਨਾਲ ਤੁਰੀ ਗਏ। ਕਹਿੰਦੇ ਇੱਕ ਵਾਰ ਇੱਕ ਜਗ੍ਹਾ ਪਹੁੰਚੇ ਜਦੋਂ ਆਪਣੇ ਟਰੈਵਲਸ ਦੇ ਵਿੱਚ ਇੱਕ ਕੋੜੀ ਦੀ ਕਹਿ ਲਓ ਕਿ ਕੋਟੇਜ ਆ ਗਿਆ, ਝੁੱਗੀ ਆ ਗਈ। ਤਾਂ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਅੰਦਰ ਕੌਣ ਹੈ, ਉਹਨਾਂ ਨੇ ਕਹਿੰਦੇ ਨੌਕ ਕੀਤਾ, ਦਰਵਾਜ਼ਾ ਬੰਦ ਸੀ। ਤਾਂ ਅੱਗੋਂ ਆਵਾਜ਼ ਆਈ ਵੀ ਤੁਸੀਂ ਗਲਤ ਜਗ੍ਹਾ ਆ ਗਏ ਹੋ, ਇੱਥੇ ਕੋਈ ਨਹੀਂ ਆਉਂਦਾ, ਤੁਸੀਂ ਸਾਖੀ ਸੁਣੀ ਹੋਣੀ ਹੈ, ਇੱਥੇ ਕੋਈ ਨਹੀਂ ਆਉਂਦਾ। ਤਾਂ ਫਿਰ ਨੌਕ ਕੀਤਾ, ਫਿਰ ਕਹਿੰਦੇ ਦਰਵਾਜ਼ਾ ਖੋਲ੍ਹੋ, ਤਾਂ ਕਹਿੰਦੇ ਇੱਥੇ ਕੋਈ ਨਹੀਂ ਆਉਂਦਾ। ਤੀਸਰੀ ਆਵਾਜ਼ 'ਤੇ ਫਿਰ ਉਹਨਾਂ ਨੇ ਕਿਹਾ ਦਰਵਾਜ਼ਾ ਖੋਲ੍ਹੋ, ਤਾਂ ਦਰਵਾਜ਼ਾ ਖੋਲ੍ਹਿਆ। ਤਾਂ ਉਸ ਸਰੀਰ ਦੀ ਹਾਲਤ ਬਹੁਤ ਮਾੜੀ ਸੀ, ਬਹੁਤ ਜ਼ਿਆਦਾ ਮਾੜੀ। ਤਾਂ ਕਹਿੰਦੇ ਆਮ ਬੰਦਾ ਦੇਖ ਕੇ ਉੱਥੇ ਕਹਿ ਦੇਗਾ ਕਿ ਮੈਂ, ਨਾਲੇ ਕੋੜੀ ਨੂੰ ਦੂਰ ਕਿਉਂ ਰੱਖਿਆ ਜਾਂਦਾ? ਐਪੀਲੈਪਸੀ ਵਾਲੇ ਬੰਦੇ ਨੂੰ ਕਿਉਂ ਦੂਰ ਰੱਖਿਆ ਜਾਂਦਾ? ਬਈ ਦੂਜੇ ਨੂੰ ਵੀ ਹੋ ਸਕਦਾ ਹੈ, ਕੰਟੈਮੀਨੇਸ਼ਨ ਹੋ ਸਕਦੀ ਹੈ, ਇਹ ਸਾਰਾ ਕੁਛ। ਹੁਣ
ਸੱਚੇ ਪਾਤਸ਼ਾਹ ਤਾਂ ਸੱਚੇ ਪਾਤਸ਼ਾਹ ਸੀਗੇ, ਉਹਨਾਂ ਨੇ ਗਏ ਤਾਂ ਚਲੋ ਸਟੋਰੀ ਸਾਖੀ ਇੱਦਾਂ ਜਾਂਦੀ ਹੈ ਵੀ ਉਹ ਠੀਕ ਵੀ ਹੋ ਗਏ, ਗੁਰੂ ਨਾਨਕ ਦੇ ਸਿੱਖ ਬਣੇ। ਭਾਈ ਭਾਈ ਮਰਦਾਨਾ ਜੀ ਬਾਰੇ ਸੋਚੋ, ਭਾਈ ਮਰਦਾਨਾ ਜੀ ਵੀ ਚੁੱਪ ਕਰਕੇ ਉੱਥੇ ਜਾ ਰਹੇ ਨੇ, ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਕੀ ਕਰ ਰਹੇ ਹੋ ਤੁਸੀਂ ਜਾਓ ਮੈਂ ਬਾਹਰ ਬੈਠਦਾ, ਐਵੇਂ ਤਾਂ ਕੋਈ ਉਹ ਨਹੀਂ ਹੈ। ਮੈਂ ਇਹਦੇ 'ਚ ਮੈਂ ਤੁਹਾਨੂੰ ਸਲਾਈਡਸ ਨਹੀਂ ਦਿਖਾਈਆਂ, ਮੈਂ ਉੱਦਾਂ ਫੋਟੋਆਂ ਪਾਈਆਂ ਸੀ ਕਿ ਸਾਨੂੰ ਨਫ਼ਰਤ ਕਿੰਨੀ ਆਉਂਦੀ ਹੈ ਜੇ ਤੁਸੀਂ ਦੇਖ ਸਕਦੇ ਹੋ ਤਾਂ, ਸਾਨੂੰ ਨਫ਼ਰਤ ਆਉਂਦੀ ਹੈ ਨਾ ਦੇਖ ਕੇ ਐਵੇਂ ਦਾ ਕੁਛ, ਕਿ ਸਿਰਫ ਤਾਂ ਪਾਈ ਸੀ ਮੈਂ ਕਿ ਆਪਾਂ ਦੇਖ ਸਕੀਏ ਕਿ ਕਿੰਨਾ ਇਹਦੇ 'ਚ ਸਾਡੇ ਨਫ਼ਰਤ ਕਿੰਨੀ ਆਉਂਦੀ ਸਿਰਫ ਫੋਟੋ ਦੇਖ ਕੇ, ਫੋਟੋ ਦੇਖਣ ਨੂੰ ਜੀ ਨਹੀਂ ਕਰਦਾ, ਤਾਂ ਸਿਰਫ ਆਪਾਂ ਪ੍ਰੈਕਟੀਕਲੀ ਸੋਚ ਸਕੀਏ। ਤਾਂ ਭਾਈ ਮਰਦਾਨਾ ਜੀ ਨੇ ਕੀ ਕੀਤਾ ਕਿ ਠੀਕ ਹੈ ਜੀ ਚਲੋ ਜਿਵੇਂ ਕਹਿੰਦੇ ਹੋ। ਅੱਛਾ ਇੱਕ ਵਾਰ ਕਹਿੰਦੇ ਵੀ ਚੱਲ ਰਹੇ ਸੀ ਇੱਦਾਂ ਹੀ ਚੱਲਦੇ ਚੱਲਦੇ ਤਾਂ ਬੜੀ ਜ਼ੋਰ ਦੀ ਝੱਖੜ ਆਇਆ, ਝੱਖੜ ਸਮਝਦੇ ਨਾ ਆਪਾਂ, ਸਮਝਦੇ ਹੋਣੇ ਤੁਸੀਂ, ਤਾਂ ਬਹੁਤ ਜ਼ੋਰ ਦੀ ਹਨੇਰੀ ਆਈ, ਤਾਂ ਮਤਲਬ ਦਰਖਤ ਇੱਦਾਂ ਇੱਦਾਂ ਨੇ ਵੀ ਹੁਣੇ ਡਿੱਗੀ ਪੈਣੇ ਨੇ। ਤਾਂ ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਇਹੋ ਜਿਹਾ ਝੱਖੜ ਨਹੀਂ ਵੇਖਿਆ ਕਦੀ, ਗੁਰੂ ਸਾਹਿਬ ਇਹ ਕੀ ਦਿਖਾ ਰਹੇ ਹੋ, ਮੈਂ ਤਾਂ ਕਦੀ ਐਵੇਂ ਦੇਖਿਆ ਨਹੀਂ, ਮੈਨੂੰ ਡਰ ਲੱਗ ਰਿਹਾ। ਇਹ ਵੀ ਹੁਣ ਇਹ ਨਹੀਂ ਸੋਚਣਾ ਕਿ ਭਾਈ ਮਰਦਾਨਾ ਜੀ ਡਰਦੇ ਸੀ, ਇਹ ਸਾਰੀ ਖੇਡ ਹੈ, ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸਾਨੂੰ ਸਮਝਾਉਣ ਲਈ। ਤਾਂ ਕਹਿੰਦੇ ਉਹਨਾਂ ਨੇ ਆਪਣਾ ਕੰਬਲੀ ਚੱਕੀ, ਕੰਬਲੀ ਚੁੱਕ ਕੇ ਕਹਿੰਦੇ ਮੈਂ ਤਾਂ ਪੈਣ ਲੱਗਾ, ਮੇਰੇ ਕੋਲ ਨਹੀਂ ਦੇਖ ਹੁੰਦਾ, ਕਿਉਂਕਿ ਉਹਨਾਂ ਨੇ ਉਸ ਤੋਂ ਬਾਅਦ ਦੇਖਿਆ ਕਿ ਇੰਨਾ ਜਦੋਂ ਸਟਰੋਮ ਝੱਖੜ ਆ ਰਿਹਾ ਨਾਲ ਅੱਗਾਂ ਲੱਗ ਗਈਆਂ ਸਾਰੇ ਪਾਸੇ, ਅੱਗ ਹੀ ਅੱਗ ਹੈ ਸਾਰੇ ਪਾਸੇ। ਤਾਂ ਜਦੋਂ ਪੈ ਗਏ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਮਰਦਾਨਾ ਜੀ ਰਬਾਬ ਛੇੜੋ, ਠੀਕ ਹੈ। ਤਾਂ ਫਿਰ ਸੱਤ ਭਜਨ ਕਰਕੇ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ, ਤਾਂ ਰਬਾਬ ਛੇੜ ਕੇ ਫਿਰ ਅੱਗੇ ਕੀ ਹੁੰਦਾ, ਇਹ ਜਿਹੜਾ ਹੁਣ ਕੋਟ ਹੈ ਫਿਰ ਜਿਹੜੀ ਲਿਖੀ ਹੈ, ਇਹ ਮੈਂ ਤੁਹਾਨੂੰ ਐਵੇਂ ਪੜ੍ਹ ਕੇ ਸੁਣਾਉਣੀ ਹੈ, ਤਾਂ ਤੁਸੀਂ ਉਹਦੇ 'ਚੋਂ ਦੇਖਿਓ ਕਿ ਕਿੰਨਾ ਪਿਆਰਾ ਸਾਨੂੰ ਕੁਛ ਮਿਲਦਾ। ਕਹਿੰਦੇ ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ, ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ, ਸੁਰਤ ਭੁੱਲ ਜਾਂਦੀ ਹੈ ਅਤੇ ਕਲਯੁਗ ਆ ਜਾਂਦਾ ਹੈ, ਠੀਕ ਹੈ। ਸ਼ਬਦ ਟੁੱਟਾ ਨਹੀਂ ਕਿ ਸੁਰਤ ਡਿੱਗੀ ਨਹੀਂ, ਇਹ ਕਨੈਕਸ਼ਨ ਸੀ। ਦੇਖੋ ਕਿੰਨਾ ਪਿਆਰਾ ਲਿਖਿਆ ਕਿ ਕਿੰਨਾ ਜ਼ਰੂਰੀ ਹੈਗਾ ਸੁਰਤ ਨੂੰ ਸ਼ਬਦ ਦੇ ਨਾਲ ਲਾਉਣਾ। ਕਹਿੰਦੇ ਇਹ ਸਾਖੀਕਾਰਾਂ ਨੇ ਇੱਦਾਂ ਲਿਖਿਆ ਜਿੱਦਾਂ ਹੀ ਰਬਾਬ ਛਿੜੀ ਔਰ ਉਹਦੇ ਵਿੱਚ ਸ਼ਬਦ ਪਿਆ, ਜਦੋਂ ਗਾਣਾ ਸ਼ੁਰੂ ਕੀਤਾ ਸੱਚੇ ਪਾਤਸ਼ਾਹ ਨੇ, ਅਤੇ ਉਹ ਸਭ ਕੁਦਰਤ ਸ਼ਾਂਤ ਹੋ ਗਈ। ਇੱਕ ਉਹ ਇੱਕ ਇੱਕ ਲੈਸਨ ਸੀ ਉੱਥੇ ਸਾਡੀ ਲਾਈਫ 'ਚ ਵੀ, ਇਹ ਜਿਹੜੀ ਝੱਖੜ ਆਇਆ ਹੋਇਆ ਨਾ, ਆਇਆ ਹੋਇਆ ਨਾ ਲੜਾਈਆਂ ਝਗੜੇ ਈਰਖਾ, ਕਦੀ ਉਹਦੀ ਕਰ ਲੈ ਕਦੀ ਉਹਦੀ ਕਰ ਲੈ, ਕਦੀ ਉਹ ਨਹੀਂ ਚੰਗਾ, ਕਦੀ ਉਹਨੇ ਮੇਰੇ ਨਾਲ ਮਾੜਾ ਕੀਤਾ, ਇੱਕ ਰੇਸ ਲੱਗੀ ਹੋਈ ਹੈ ਅਤੇ ਪਤਾ ਵੀ ਨਹੀਂ ਲੱਗਣਾ ਉੱਥੇ ਪੈ ਜਾਣਾ ਅਸੀਂ ਵੀ ਸਾਰਾ ਕੁਛ ਛੱਡ ਕੇ, ਕਿਹੜੇ ਵੇਲੇ ਕਿਹਦਾ ਟਾਈਮ ਆ ਜਾਣਾ ਕਿਸੇ ਨੂੰ ਪਤਾ, ਕਿਸੇ ਇੱਕ ਨੂੰ ਵੀ ਨਹੀਂ ਪਤਾ ਇਸ ਦੁਨੀਆ ਦੇ ਵਿੱਚ। ਹਾਂ ਜਿਨ੍ਹਾਂ ਨੇ ਉਹ ਅਵਸਥਾ ਧਾਰਨ ਕਰ ਲਈ ਉਹਨਾਂ ਨੂੰ ਪਤਾ ਹੈ, ਪਰ ਉਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿੱਦਾਂ ਦੀ ਖੇਡ ਹੈ। ਜਿਹਨੂੰ ਪਤਾ ਲੱਗਿਆ ਉਹ ਕਹਿੰਦਾ ਹੂ ਕੇਅਰਸ, ਸਾਨੂੰ ਹੈ ਵੀ ਹਾਂ ਸਾਨੂੰ ਪਤਾ ਲੱਗੇ, ਸਾਨੂੰ ਪਤਾ ਨਹੀਂ ਲੱਗਦਾ। ਤਾਂ ਐਵੇਂ ਦਾ ਹੋਇਆ ਕਿ ਉਹ ਸਾਰਾ ਕੁਛ ਜਿਹੜਾ ਝੱਖੜ ਹੈ ਜਿਹੜਾ ਉਹ ਕਲਯੁੱਗ ਦਾ, ਕਹਿੰਦੇ ਫਿਰ ਬਾਬੇ ਨੇ ਸਮਝਾਇਆ ਕਿ ਇਹ ਕਲਯੁੱਗ ਦਾ ਝੱਖੜ ਸੀ, ਦੱਸਤਾ ਨਾ ਕੋਟ ਦੇ ਵਿੱਚ, ਇਹ ਕਲਯੁੱਗ ਦਾ ਝੱਖੜ ਸੀ, ਜਦੋਂ ਜਦੋਂ ਤੁਹਾਡੀ ਸੁਰਤ ਦੇ ਵਿੱਚੋਂ ਸ਼ਬਦ ਨਿਕਲੇਗਾ ਉਦੋਂ ਹੀ ਕੀ ਹੋਏਗਾ, ਕਲਯੁੱਗ ਨੇ ਘੇਰ ਲੈਣਾ, ਕਦੀ ਹਨੇਰੀ ਆਏਗੀ, ਕਦੀ ਅੱਗਾਂ ਲੱਗਣਗੀਆਂ, ਕਦੀ ਅਸੀਂ ਡਿੱਗ ਜਾਵਾਂਗੇ, ਤਾਂ ਉਹਨਾਂ ਚਿਕਰ ਉੱਠ ਨਹੀਂ ਪਾਵਾਂਗੇ ਜਿੰਨਾ ਚਿਕਰ ਸਾਡੇ ਕੋਲ ਸ਼ਬਦ ਨਹੀਂ ਆਏਗਾ, ਠੀਕ ਹੈ। ਤਾਂ ਅਸੀਂ ਸ਼ਬਦ ਨੂੰ ਵਿਸਾਰਨਾ ਨਹੀਂ, ਭਾਵੇਂ ਝੱਖੜ ਆ ਗਿਆ ਭਾਵੇਂ ਹਨੇਰੀ ਆ ਗਈ, ਸਗੋਂ ਉਦੋਂ ਤਾਂ ਜ਼ਿਆਦਾ ਲੋੜ ਹੈ, ਹੈ ਨਾ ਲੋੜ। ਉਦੋਂ ਆਪਾਂ ਕਹਿੰਦੇ ਵੇਖਿਆ ਮੈਂ ਤਾਂ ਰੋਜ਼ ਨਿਤਨੇਮ ਕਰਦਾ ਸੀ, ਦੇਖ ਮੇਰੇ ਨਾਲ ਕੀ ਹੋਇਆ,
ਤੂੰ ਵੀ ਨਾ ਕਰਿਆ ਕਰ। ਕਹਿ ਦਿੰਦੇ ਹਾਂ ਬੜੀ ਛੇਤੀ ਅਸੀਂ, ਬੜੀ ਛੇਤੀ ਅਸੀਂ ਬਲੇਮ ਦੇ ਦਿੰਦੇ ਹਾਂ, ਕਿਉਂਕਿ ਹੋਰ ਕੋਈ ਬਲੇਮ ਲੈਂਦਾ ਨਹੀਂ ਨਾ। ਦੇ ਕੇ ਦੇਖੋ ਕਿਸੇ ਹੋਰ ਨੂੰ, ਕਹਿੰਦਾ ਮੈਨੂੰ ਨਾ ਬੁਲਾ ਤੂੰ, ਹੂ ਆਰ ਯੂ, ਮੈਂ ਤੇਰਾ ਇੰਨਾ ਭਲਾ ਕੀਤਾ ਅਤੇ ਤੂੰ ਮੈਨੂੰ ਇੱਦਾਂ ਬਲੇਮ ਕਰਤਾ। ਇੱਕ ਗੁਰਦੁਆਰੇ ਆ ਕੇ ਅਸੀਂ ਕੀ ਕਰਦੇ ਹਾਂ, ਯੂ ਡਿਡ ਦਿਸ, ਯੂ ਡਿਡ ਦਿਸ, ਤੂੰ ਇੱਦਾਂ ਕੀਤਾ, ਮੈਂ ਤੈਨੂੰ ਰੋਜ਼ ਮੱਥਾ ਵੀ ਟੇਕਦਾ, ਮੈਂ ਦੇਖ ਵੀ ਕਰਾਉਂਦਾ, ਮੈਂ ਸੇਵਾ ਵੀ ਕਰਦਾ। ਇਹ ਨਹੀਂ ਸੋਚਦੇ ਕਿ ਸਾਨੂੰ ਬਲੈਸਿੰਗਸ ਕਿੰਨੀਆਂ ਮਿਲੀਆਂ ਔਰ ਕੀ ਕੁਛ ਹੋਣਾ ਸੀ ਜਿਹੜਾ ਨਹੀਂ ਹੋਇਆ। ਤਾਂ ਮੈਨੂੰ ਕੱਲ੍ਹ ਹੀ ਕਿਸੇ ਨੇ ਸਵਾਲ ਕੀਤਾ, ਕਹਿੰਦੇ ਫਲਾਣਾ ਗੁਰਸਿੱਖ ਹੈ ਇੱਥੇ, ਉਹਨਾਂ ਨੇ ਕਹਿੰਦੇ ਬਚਪਨ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਸੰਗਤ ਦਿੱਤੀ, ਮਤਲਬ ਉਹਨਾਂ ਦੀ ਪੈਦਾਇਸ਼ ਹੀ ਸੰਗਤ ਵਿੱਚ ਹੋਈ, ਘਰ ਦੇ ਵਿੱਚ ਸੰਗਤ ਹੋ ਰਹੀ ਹੈ, ਅੰਮ੍ਰਿਤ ਵੇਲੇ ਲਿਜਾਇਆ ਜਾ ਰਿਹਾ ਹੈ, ਘਰ 'ਚ ਸੰਗਤ ਆ ਰਹੀਆਂ, ਸਾਰੀ ਉਮਰ ਉਹਨਾਂ ਨੇ ਗੁਰਸਿੱਖਾਂ ਦੀ ਸੇਵਾ ਕੀਤੀ। ਬੱਚਿਆਂ 'ਚ ਹੈ ਹੀ ਨਹੀਂ ਪਿਆਰ ਗੁਰਸਿੱਖੀ ਲਈ। ਉਹਨਾਂ ਨੇ ਕੁਛ ਹੋਰ ਵੀ ਪਰਸਨਲ ਗੱਲਾਂ ਕੀਤੀਆਂ ਸੀ, ਪਰ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਰਿਹਾ ਵੀ ਉਹ ਪਿਆਰ ਨਹੀਂ ਹੈਗਾ ਬੱਚਿਆਂ 'ਚ। ਮੈਂ ਕਿਹਾ ਸੰਗਤ 'ਚ ਜਾ ਰਹੇ ਨੇ? ਹਾਂ ਜਾ ਰਹੇ ਨੇ, ਬਾਣੀ ਵੀ ਪੜ੍ਹ ਰਹੇ ਨੇ, ਪਰ ਕਹਿੰਦੇ ਉਹ ਗੱਲ ਨਹੀਂ ਨਜ਼ਰ ਆਉਂਦੀ ਤੁਹਾਨੂੰ। ਪੈ ਵੈਸੇ ਤਾਂ ਕਿਸੇ ਦਾ ਅੰਦਰ ਦਾ ਪਤਾ ਨਹੀਂ ਕਿ ਕਿਸੇ ਦਾ ਕੀ ਚੱਲ ਰਿਹਾ, ਕਿਸੇ ਦਾ ਕੀ ਕਨੈਕਸ਼ਨ ਹੈ। ਅਤੇ ਮੈਂ ਕਿਹਾ ਉਸ ਤੋਂ ਵੀ ਵੱਡੀ ਗੱਲ ਸੋਚੋ ਕਿ ਮਹਾਰਾਜ ਨੇ ਪਤਾ ਨਹੀਂ ਉਹਨੂੰ ਕਿੱਥੇ ਚੁੱਕੇ, ਕਿਤੇ ਉਹਨਾਂ ਨੇ ਡਿੱਗ ਜਾਣਾ ਸੀ, ਸੱਚੇ ਪਾਤਸ਼ਾਹ ਨੇ ਹੱਥ ਰੱਖ ਕੇ ਫਿਰ ਵੀ ਪਰਿਵਾਰ 'ਚ ਰੱਖਿਆ, ਗੁਰਸਿੱਖੀ 'ਚ ਰੱਖਿਆ, ਰਹਿਤ ਵਿੱਚ ਨੇ। ਇਹ ਥੋੜ੍ਹਾ ਏ, ਬੜੀ ਵੱਡੀ ਘਾਲਣਾ ਏ ਅੱਜ ਦੀ ਤਪੱਸਿਆ ਏ, ਰਹਿਤ ਦੇ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਕੋਈ ਉੱਠ ਰਿਹਾ, ਨਿਤਨੇਮ ਕਰ ਰਿਹਾ, ਇੱਕ ਤਪੱਸਿਆ ਅੱਜ ਦੀ ਇਹੀ ਹੈ ਨਾ। ਅਸੀਂ ਜੰਗਲਾਂ 'ਚ ਥੋੜ੍ਹੀ ਜਾਣਾ ਹੁਣ, ਅਸੀਂ ਇੱਕ ਲੱਤ 'ਤੇ ਥੋੜ੍ਹੀ ਖੜ੍ਹੇ ਹੋਣਾ, ਪੁੱਠੇ ਥੋੜ੍ਹੀ ਲਟਕਣਾ, ਇਹਦੇ ਵਿੱਚ ਸਾਡਾ ਸਾਰਾ ਕੁਛ ਆ ਗਿਆ। ਸਾਨੂੰ ਤਾਂ ਮਹਾਰਾਜ ਨੇ ਕਿੰਨਾ ਕਹਿੰਦੇ ਘਰ ਹੀ ਬੈਠ ਕੇ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪਾਉਂਦਿਆਂ ਵਿੱਚੇ ਹੋਵੇ ਮੁੱਕ ਹੈ ਨਾ, ਇਹ ਜੁਗਤ ਹੀ ਦੇ ਰਹੇ ਤੇ ਸਾਨੂੰ। ਪਰ ਜੇ ਫਿਰ ਵੀ ਅਸੀਂ ਰੋਂਦੇ ਰਹੀਏ ਸਾਡੇ ਕੋਲ ਆਹ ਨਹੀਂ ਹੈਗਾ ਜਾਂ ਉਹਦੇ ਕੋਲ ਇਸ ਤਰ੍ਹਾਂ ਹੈਗਾ, ਸਾਡੀ ਬਿਗੈਸਟ ਪ੍ਰੋਬਲਮ ਕੀ ਹੈ? ਸ਼ਾਇਦ ਮੈਂ ਤੁਹਾਡਾ ਪਹਿਲਾਂ ਵੀ ਕੈਂਪ 'ਤੇ ਸ਼ੇਅਰ ਕੀਤਾ ਹੋਏ, ਵੀ ਲਿਵ ਫੋਰ ਅਦਰਸ, ਅਸੀਂ ਦੂਜਿਆਂ ਲਈ ਜੀ ਰਹੇ ਹਾਂ। ਕਿਵੇਂ ਜੀ ਰਹੇ ਹਾਂ ਦੂਜਿਆਂ ਲਈ? ਕਿਵੇਂ ਦੂਸਰਿਆਂ ਲਈ? ਵੀ ਦੂਜੇ ਨੂੰ ਕੀ ਚੰਗਾ ਲੱਗ ਰਿਹਾ ਮੈਂ ਉਹਨੂੰ ਪਲੀਜ਼ ਕਰ ਦੇਵਾਂ, ਜਾਂ ਮੇਰੇ ਚਾਚਾ ਜੀ ਦੇ ਮੁੰਡੇ ਦੇ ਨੰਬਰ ਜ਼ਿਆਦਾ ਆਏ ਨੇ ਤੇਰੇ ਘੱਟ ਆਏ ਨੇ, ਠੀਕ ਹੈ, ਤਾਂ ਸਾਡੇ ਘਰ 'ਚ ਕਲੇਸ਼ ਕਿਉਂ ਹੋ ਗਿਆ? ਕਿਉਂਕਿ ਉਹਦੇ ਨੰਬਰ ਜ਼ਿਆਦਾ ਆਏ ਨੇ। ਅਸੀਂ ਇਸ ਗੱਲ ਦੇ ਸ਼ੁਕਰਾਨੇ ਨੇ ਕਿ ਮੇਰੇ ਬੱਚੇ ਵੀ ਪਾਸ ਹੋਏ ਨੇ, ਮੇਰੇ ਬੱਚੇ ਵੀ ਸਕਸੈਸਫੁਲ ਹੋ ਰਹੇ ਨੇ, ਤਾਂ ਸਾਰਿਆਂ ਦੇ ਹੋਣ। ਜਦੋਂ ਅਸੀਂ ਉਹ ਇੱਕ ਦੀ ਗੱਲ ਕਰ ਰਹੇ ਹਾਂ ਨਾ, ਵੀ ਸਾਰਿਆਂ ਦੇ ਵਿੱਚ ਇੱਕ ਮੈਨੂੰ ਨਜ਼ਰ ਆ ਰਿਹਾ, ਫਿਰ ਦੂਜਾ ਤਾਂ ਕੋਈ ਹੈ ਹੀ ਨਹੀਂ। ਉਹ ਤਾਇਆ ਜੀ ਦਾ ਮੁੰਡਾ ਵੀ ਆਪਣਾ ਹੀ ਹੈ ਅਤੇ ਗੁਆਂਢੀਆਂ ਦਾ ਵੀ ਆਪਣਾ ਹੀ ਹੈ, ਅਤੇ ਉਹਦੇ ਆ ਗਏ ਤਾਂ ਉਹਦੇ ਲਈ ਵੀ ਸ਼ੁਕਰਾਨਾ ਕਰਨਾ, ਠੀਕ ਹੈ। ਆਪਣੇ ਲਈ ਵੀ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਵੀ ਹਾਰਡਵਰਕ ਕਰਿਆ ਕਰੋ, ਸਿੱਖੋ ਕੁਛ, ਪਰ ਨੋਟ ਇਨ ਅ ਨੈਗੇਟਿਵ ਵੇ। ਤਾਂ ਕਹਿੰਦੇ ਉਹ ਜਿਹੜਾ ਕਲਯੁੱਗ ਸੀ ਉਹ ਸ਼ਬਦ ਆਉਂਦਿਆਂ ਸਾਰ ਹੀ ਭੱਜ ਗਿਆ ਉਹਦੇ ਕੋਲ, ਉਹ ਪ੍ਰਤਾਪ ਨਹੀਂ ਦੇਖੋ ਇਸ ਸ਼ਬਦ ਦਾ। ਤਾਂ ਫਿਰ ਭਾਈ ਮਰਦਾਨਾ ਜੀ ਅੱਗੇ ਕੀ ਕਹਿੰਦੇ ਨੇ? ਭਾਈ ਮਰਦਾਨਾ ਜੀ ਕਹਿੰਦੇ ਨੇ, ਬਾਬਾ ਤੇਰੀ ਘਾਲ ਕੜਰੀ, ਮਤਲਬ ਤੇਰੀ ਜਿਹੜੀ, ਯੂ ਵਰਕ ਇਜ਼ ਰੀਅਲੀ ਹਾਰਡ, ਤੇਰੀ ਘਾਲ ਕਰੜੀ ਮੇਰੇ ਵਰਗ ਤੋਂ ਨਹੀਂ ਹੁੰਦੀ, ਆਈ ਕਾਂਟ ਡੂ ਇਟ। ਕਹਿੰਦੇ ਇੱਥੇ ਉਹ ਆ ਗਿਆ ਨਾ, ਉਹ ਪਿਆਰ ਵਾਲਾ ਜਿਹੜਾ ਥੋੜ੍ਹਾ ਥੋੜ੍ਹਾ ਉੱਦਾਂ ਦਾ ਰਿਸ਼ਤਾ ਮਿੱਤਰਾਂ ਵਾਲਾ, ਮੇਰੇ ਵਰਗੇ ਤੋਂ ਨਹੀਂ ਹੁੰਦੀ, ਮੈਂ ਚੱਲਾਂ। ਕਹਿੰਦੇ ਆਮ ਗੋਇੰਗ, ਕਹਿ ਦਿੱਤਾ। ਫਿਰ ਅੱਗੇ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆ ਤੂੰ ਕਿਵੇਂ ਰਹਿ ਵੀ ਅਸਾਂ ਨਾਲ, ਤੂੰ ਕੋਈ ਤਰੀਕਾ ਹੈਗਾ ਕਿ ਤੂੰ ਨਾ ਜਾਵੇਂ? ਹੁਣ ਸੋਚੋ ਵੀ ਇੰਨਾ ਪਿਆਰ ਕਿ ਇਕੱਲਾ ਉੱਧਰੋਂ ਨਹੀਂ, ਉਹ ਮਤਲਬ ਇੰਨੀਆਂ ਤਾਰਾਂ ਇੰਨੀਆਂ ਸਟਰੋਂਗ ਨੇ ਕਿ ਕੋਈ ਤਰੀਕਾ ਹੈ ਕਿ ਤੂੰ ਯੂ ਸਟੇ ਵਿਦ ਮੀ, ਤੂੰ ਜਾਏ ਨਾ, ਕੋਈ ਕੋਈ ਤਰੀਕਾ ਦੱਸ ਦੇ। ਤਾਂ ਖੁੱਲ੍ਹੀ ਛੁੱਟੀ ਦੇ ਦਿੱਤੀ ਨਾ। ਫਿਰ ਭਾਈ ਮਰਦਾਨਾ ਜੀ ਵੀ ਨਾ ਕੱਟ ਨਹੀਂ ਸੀਗੇ, ਕਹਿੰਦੇ ਹਾਂ ਹੈਗਾ ਇੱਕ ਤਰੀਕਾ। ਕਹਿੰਦੇ ਦੱਸੋ ਹੁਣ ਉਹ ਤਰੀਕਾ ਕੀ ਹੈ? ਮੈਂ ਤਾਂ ਹੀ ਤੇਰੇ ਨਾਲ ਰਵਾਂ ਜੇ ਮੈਨੂੰ ਤੂੰ ਆਪਣੇ ਜਿਹਾ ਧੀਰਜ ਦੇ, ਜਿਵੇਂ ਤੁਹਾਨੂੰ ਭੁੱਖ
ਤਰੇ ਨਹੀਂ ਸਤਾਉਂਦੀ ਤਿਵੇਂ ਮੈਨੂੰ ਵੀ ਨਾ ਸਤਾਵੇ। ਜਿਸ ਅਵਸਥਾ ਵਿੱਚ ਤੁਸੀਂ ਰਹਿੰਦੇ ਹੋ ਉਸ ਅਵਸਥਾ ਵਿੱਚ ਮੈਨੂੰ ਵੀ ਲੈ ਚੱਲੋ। ਜੇ ਇਹ ਮਿਹਰ ਕਰੋ ਤਾਂ ਰਵਾਂ, ਨਹੀਂ ਤਾਂ ਮੈਨੂੰ ਆਗਿਆ ਦਿਓ। ਕੀ ਛੱਡਿਆ ਭਾਈ ਮਰਦਾਨਾ ਜੀ ਨੇ ਦੱਸੋ। ਤਾਂ ਅਸੀਂ ਐਵੇਂ ਕਹੀ ਜਾਂਦੇ ਮਰਦਾਨਾ ਜੀ ਆਇਆ ਸੀ ਅਤੇ ਮਰਦਾਨਾ ਜੀ ਆਇਆ ਸੀ, ਇਹ ਤਾਂ ਕੁਛ ਵੀ ਨਹੀਂ। ਇਹਦੀ ਪੜ੍ਹ ਕੇ ਦੇਖੀ ਉਹਨਾਂ ਦੀ ਵਾਰਤਾਲਾਪ, ਜਿੰਨਾ ਸਮਾਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਸਪੈਂਡ ਕੀਤਾ ਨਾ, ਉਹ ਵੀ 1-to-1। ਆਪਾਂ ਨੂੰ ਕਿਸੇ ਨਾਲ ਪਿਆਰ ਹੋਇਆ ਨਾ, ਅਸੀਂ ਕਹਿੰਦੇ 2 ਮਿੰਟ ਇਕੱਲੇ ਮਿਲ ਜਾਣ ਮੈਨੂੰ ਇਹਦੇ ਨਾਲ, ਕੋਈ ਅੰਦਰ ਦੀ ਖੇਡ ਕੋਈ ਗੱਲਬਾਤ ਪਤਾ ਕਰੀਏ ਹੁੰਦਾ ਨਾ, ਉਹ 1 ਮਿੰਟ ਹੀ ਲੱਗਦਾ ਹੁੰਦਾ। ਇੰਨੇ ਸਾਲ ਔਖਾ ਸਮਾਂ, ਫਿਜ਼ੀਕਲੀ ਕਿੱਦਾਂ ਦੇ ਚੈਲੰਜਸ ਸਏ, ਕਿੱਥੇ ਕਿੱਥੇ ਭਾਈ ਮਰਦਾਨਾ ਜੀ ਨੂੰ ਭੇਜਿਆ, ਜਾ ਜਾ ਵਾਲੀ ਕੰਧਾਰੀ ਕੋਲੋਂ ਪਾਣੀ ਲਾਇਆ। ਮਹਾਰਾਜ ਨੂੰ ਪਤਾ ਨਹੀਂ ਸੀ ਪੰਗਾ ਲੈਣ ਭੇਜ ਰਿਹਾ, ਪਤਾ ਸੀ ਨਾ ਭੇਜਿਆ, ਅਤੇ ਭਾਈ ਮਰਦਾਨਾ ਜੀ ਕਹਿੰਦੇ ਸੱਤ ਬਚਨ, ਤਾਂ ਆ ਫਿਰ ਮੰਗਿਆ। ਅੱਛਾ, ਫਿਰ ਅੱਗੇ ਇੱਕ ਹੋਰ ਗੱਲ ਵੀ ਨਾਲ ਕਹਿਤੀ, ਹੁਣ ਉਹਦੇ 'ਚ ਆਏ ਨਾ ਪਿਆਰ 'ਚ, ਹੁਣ ਬੋਲ ਰਹੇ ਨੇ। ਪਹਿਲਾਂ ਅਸੀਂ ਉਹ ਸਾਰੀ ਗੱਲ ਸਮਝ ਲਈ ਨਾ, ਅੱਗੇ ਕਹਿੰਦੇ ਬਾਬਾ ਤੇਰਾ ਮੇਰਾ ਅੰਤਰ ਨਹੀਂ ਹੈਗਾ, ਅਸੀਂ ਕੋਈ ਵੱਖਰੇ ਨਹੀਂ ਹੈਗੇ, ਤੂੰ ਖੁਦਾਏ ਦਾ ਡੂਮ ਹਾਂ ਤੇਰਾ ਡੂਮ। ਕਹਿੰਦੇ ਤੂੰ ਰੱਬ ਦਾ ਵਰਕਰ ਹੈ, ਡੂਮ ਕਹਿ ਲਓ ਵੀ, ਤੂੰ ਉਹਦਾ ਕੰਮ ਕਰਨ ਵਾਲਾ ਅਕਾਲ ਪੁਰਖ ਦਾ, ਅਤੇ ਮੈਂ ਤੇਰਾ ਕੰਮ ਕਰਨ ਵਾਲਾ, ਫਰਕ ਤਾਂ ਸਾਡੇ 'ਚ ਕੋਈ ਨਹੀਂ ਹੈਗਾ। ਤੈਂ ਖੁਦਾਏ ਪਾਇਆ ਹੈ, ਤੂੰ ਰੱਬ ਨੂੰ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੂੰ ਅਕਾਲ ਪੁਰਖ ਨੂੰ ਦੇਖਿਆ ਹੈ, ਤੇਰਾ ਕਿਆ ਖੁਦਾਏ ਕਰਦਾ ਹੈ, ਜੋ ਤੂੰ ਕਹਿੰਦਾ ਨਾ ਖੁਦਾ ਉਹੀ ਕਰਦਾ। ਮੇਰੀ ਬੇਨਤੀ ਹੈ, ਇੱਕ ਮੈਨੂੰ ਵਿਛੋੜਨਾ ਨਹੀਂ, ਮੈਨੂੰ ਵਿਛੋੜਨਾ ਨਹੀਂ ਆਪ ਨਾਲੋਂ, ਨਾ ਇੱਥੇ ਨਾ ਉੱਥੇ। ਜੇ ਤੂੰ ਕਰਦਾ ਤਾਂ ਮੈਂ ਰਵਾਂ, ਨਹੀਂ ਤਾਂ ਮੈਨੂੰ ਆਗਿਆ ਦਿਓ। ਠੀਕ ਹੈ, ਤਾਂ ਫਿਰ ਸੱਚੇ ਪਾਤਸ਼ਾਹ ਨੇ ਕੀ ਕਿਹਾ, ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਜਿੱਥੇ ਤੁਸੀਂ ਰਹੋਗੇ ਭਾਈ ਮਰਦਾਨਾ ਜੀ, ਉੱਥੇ ਮੈਂ ਹਾਂ। ਉੱਥੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਉਮਰ ਨਹੀਂ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਧਰਮ ਵੀ ਨਹੀਂ। ਠੀਕ ਹੈ, ਕਿਹੜੇ ਧਰਮ 'ਚੋਂ ਤੁਸੀਂ ਆਏ ਹੋ ਜਾਂ ਮੈਂ ਕਿਹੜਾ ਧਰਮ ਚਲਾ ਰਿਹਾ, ਅਤੇ ਕੋਈ ਉੱਚੀਆਂ ਖੇਡਾਂ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਇਹ ਵਰਦਾਨ ਜਿਹੜੀ ਸਿੱਖੀ ਦੀ ਜਿਹੜੀ ਇੱਕ ਮਰਿਆਦਾ ਹੈਗੀ, ਉਹਦੇ ਵਿੱਚ ਕਿਸ ਨੂੰ ਮਿਲਿਆ? ਇੱਕ ਭਾਈ ਮਰਦਾਨਾ ਜੀ ਨੂੰ ਮਿਲਿਆ। ਇਸ ਤੋਂ ਇਲਾਵਾ ਇੱਕ ਕੌਨਸੈਪਟ ਹੈਗਾ ਸਿੱਖੀ ਦੇ ਵਿੱਚ, ਤੁਸੀਂ ਥੋੜ੍ਹਾ ਜਿਹਾ ਸੋਚੋ ਇਹ ਕਿੱਥੇ ਕੌਨਸੈਪਟ ਚੱਲਦਾ। ਓਕੇ, ਆਪਾਂ ਕਹਿੰਦੇ ਹਾਂ, ਨਹੀਂ ਕਿਸੇ ਦਾ ਕੋਈ ਵਿਚਾਰ ਇਹਦੇ 'ਤੇ? ਓਕੇ, ਆਪਾਂ ਕਹਿੰਦੇ ਹਾਂ, ਦਸਾਂ ਪਾਤਸ਼ਾਹ ਜੀ ਕੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਤਲਬ ਇੱਕ ਜੋਤ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਅਤੇ ਦਸਾਂ ਪਾਤਸ਼ਾਹ ਜੀ ਦੀ ਜੋਤ ਕੀ ਹੋਇਆ? ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਜਿੱਥੇ ਗੁਰੂ ਨਾਨਕ ਸਾਹਿਬ ਉੱਥੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ। ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਥੇ ਕੌਣ? ਗੁਰੂ ਅਮਰਦਾਸ ਜੀ। ਜਿੱਥੇ ਗੁਰੂ ਅਮਰਦਾਸ ਜੀ ਉੱਥੇ ਕੌਣ? ਹਾਂ, ਜਿੱਥੇ ਗੁਰੂ ਰਾਮਦਾਸ ਜੀ ਉੱਥੇ ਕੌਣ? ਜਿੱਥੇ ਗੁਰੂ ਅਰਜਨ ਦੇਵ ਜੀ ਉੱਥੇ ਕੌਣ? ਹਾਂ, ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉੱਥੇ ਕੌਣ? ਹਾਂ, ਜਿੱਥੇ ਗੁਰੂ ਹਰ ਰਾਏ ਜੀ ਉੱਥੇ ਕੌਣ? ਗੁਰੂ ਹਰਕ੍ਰਿਸ਼ਨ ਜੀ ਜਿੱਥੇ ਨੇ ਉੱਥੇ ਕੌਣ? ਜਿੱਥੇ ਗੁਰੂ ਤੇਗ ਬਹਾਦਰ ਜੀ ਉੱਥੇ ਕੌਣ? ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਥੇ ਕੌਣ?
ਅਤੇ ਸਾਰੇ ਦਸਾਂ ਪਾਤਸ਼ਾਹ ਜੀ ਦੀ ਜੋਤ। ਇਹ ਆਪਾਂ ਹਾਜ਼ਰ ਨਾਜ਼ਰ ਜੇ ਜਾਣਾਂਗੇ, ਜੇ ਫੀਲ ਕਰਾਂਗੇ ਤਾਂ ਸਭ ਕੁਛ ਹੈ, ਜੇ ਨਹੀਂ ਫੀਲ ਕਰਦੇ ਤਾਂ ਫਿਰ ਤਾਂ ਅਸੀਂ ਮੱਥਾ 'ਤੇ ਟੇਕ ਹੀ ਰਹੇ ਹਾਂ। ਤਾਂ ਇਹ ਵਰਦਾਨ ਨਾਲ ਕਿਹਨੂੰ ਦਿੱਤਾ? ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਬਹੁਤ ਡੂੰਘੀ ਗੱਲ ਹੈ, ਬਹੁਤ ਉੱਚੀ ਗੱਲ ਹੈ, ਹਜ਼ਮ ਵੀ ਸਾਰਿਆਂ ਨੂੰ ਨਹੀਂ ਹੋਣੀ, ਪਰ ਮਹਾਰਾਜ ਕਹਿ ਰਹੇ ਨੇ, ਅਸੀਂ ਕੀ ਕਰੀਏ। ਠੀਕ ਹੈ, ਕਹਿੰਦੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ, ਸਾਖੀਆਂ ਤਾਂ ਬਹੁਤ ਆਉਂਦੀਆਂ ਨੇ ਨਾ, ਸਾਖੀਆਂ ਨਹੀਂ ਆਪਾਂ ਡਿਸਕਸ ਕਰ ਰਹੇ, ਸਿਰਫ ਐਸੈਂਸ ਕੱਢ ਰਹੇ ਹਾਂ। ਉੱਥੇ ਭਾਵੇਂ ਝੱਖੜ ਸੀ, ਭਾਵੇਂ ਔਖਾ ਕੋਈ ਪੈਂਡਾ ਸੀ, ਭਾਵੇਂ ਖਾਣ ਨੂੰ ਨਹੀਂ ਸੀ ਕੁਛ, ਪੀਣ ਨੂੰ ਕੁਛ ਨਹੀਂ ਸੀ, ਭਾਈ ਮਰਦਾਨਾ ਜੀ ਨੇ ਸਾਰਾ ਕੁਛ ਫਿਜ਼ੀਕਲੀ ਉਹ ਝੱਲਿਆ। ਤਾਂ ਇਸੇ ਕਰਕੇ ਜਿਹੜਾ ਪੈਰਾਗ੍ਰਾਫ ਅਸੀਂ ਪਹਿਲਾਂ ਪੜ੍ਹਿਆ ਹੈ, ਉਹਦੇ 'ਚੋਂ ਸਾਰ ਵੀ ਕੱਢੀ ਕਿ ਜਿਹਨੇ ਝੱਲਿਆ ਹੈ ਉਹ ਬਰੇਵ ਸੂਰਮਾ ਉਹ ਹੋ ਸਕਦਾ ਨਾ। ਮਾੜੀ ਜੀ ਸਾਨੂੰ ਮੁਸ਼ਕਲ ਆ ਜਾਏ ਨਾ, ਕਿਤੇ ਵੀ ਕੋਈ ਪੰਥ ਦਾ ਕਾਰਜ ਹੋਏ, ਜਿੱਥੇ ਸਾਨੂੰ ਸਰੀਰਕ ਡਰ ਹੋਏ, ਮਾਨਸਿਕ ਡਰ ਹੋਏ, ਸਾਡੇ ਪਰਿਵਾਰ ਨੂੰ ਡਰ ਹੋਏ, ਕਿਸੇ ਕਿਸਮ ਦਾ ਸਾਨੂੰ ਖਤਰਾ ਹੋਏ, ਤਾਂ ਸਾਡਾ ਆਂਸਰ ਕੀ ਹੁੰਦਾ ਜਾਂ ਸਾਡੀ ਸੋਚ ਕੀ ਹੁੰਦੀ ਹੈ? ਰਾਈਟ, ਤਾਂ ਭਾਈ ਮਰਦਾਨਾ ਜੀ ਸ਼ਹੀਦੀ ਲਈ ਤਿਆਰ ਸੀਗੇ ਰਾਈਟ ਐਟ ਦ ਬਿਗਨਿੰਗ। ਸਿੱਖਸ ਨਾ, ਸ਼ਹੀਦੀ ਕੀ ਹੈਗੀ ਹੈ? ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਸ਼ਹੀਦੀ ਕੀ ਹੈ? ਸ਼ਹੀਦੀ ਤਾਂ ਬੜਾ ਵੱਡਾ ਕੋਨਸੈਪਟ ਹੈ, ਇੱਦਾਂ ਲੈ ਲਓ ਵੀ ਅੱਜ ਦੀ ਡੇਟ ਦੇ ਵਿੱਚ ਸ਼ਹੀਦੀ ਸਾਡੇ ਲਈ ਕੀ ਹੈਗੀ ਹੈ? ਆਪਾਂ ਅੱਜ ਗੁਰੂ ਨਾਨਕ ਮੇਰੀ ਲਾਈਫ 'ਚ ਕਿੱਥੇ ਹੈਗਾ, ਜੋ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਕਿਹਾ ਜਾਂ ਜਿਵੇਂ ਜਿਵੇਂ ਵਿਚਰੇ, ਤਾਂ ਅਸੀਂ ਤਾਂ ਉਹਨਾਂ ਦੀ ਖਾਕ ਬਰਾਬਰ ਵੀ ਨਹੀਂ, ਪਰ ਕੁਛ ਕਿਣਕਾਂ ਅਸੀਂ ਉਸ ਰਾਹ 'ਤੇ ਚੱਲ ਸਕਦੇ ਹਾਂ, ਉਹ ਰਿਲੇਸ਼ਨਸ਼ਿਪ ਉੱਦਾਂ ਦਾ ਰਿਲੇਸ਼ਨਸ਼ਿਪ 'ਚ, ਕਿਉਂਕਿ ਜਦੋਂ ਅਸੀਂ ਆਹ ਪੜ੍ਹ ਰਹੇ ਹਾਂ, ਮਤਲਬ ਇੰਨੇ ਪਿਆਰੇ ਲਫ਼ਜ਼ ਨੇ ਕੁਛ ਇੱਦਾਂ ਦੇ ਕਿ ਇੱਦਾਂ ਲੱਗਦਾ ਕਿ ਅਸੀਂ ਵੀ ਇੱਦਾਂ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਕਰ ਸਕਦੇ ਹਾਂ, ਇੱਦਾਂ ਸੱਚੇ ਪਾਤਸ਼ਾਹ ਨਾਲ ਅਸੀਂ ਇੱਦਾਂ ਦਾ ਇੱਕ ਰਿਸ਼ਤਾ ਬਣਾ ਸਕਦੇ ਹਾਂ, ਜਾਂ ਬਣਿਆ ਵੀ ਹੋਏਗਾ ਤੁਹਾਡਾ, ਜੇ ਬਣਿਆ ਤਾਂ ਉਹਨੂੰ ਕਿੱਦਾਂ ਸਸਟੇਨ ਕਰ ਸਕਦੇ ਹਾਂ, ਕਿਉਂਕਿ ਰਿਸ਼ਤਿਆਂ ਨੂੰ ਵੀ ਸਸਟੇਨ ਕਰਨਾ ਪੈਂਦਾ ਨਾ, ਉਹਨੂੰ ਮੈਨੇਜ ਕਰਨਾ ਪੈਂਦਾ, ਕਿਵੇਂ ਕਰ ਸਕਦੇ ਹਾਂ ਕਿ ਮੇਰਾ ਪਿਆਰ ਹੋਰ ਵਧੇ, ਹੋਰ ਵਧੇ, ਇੰਨਾ ਪਿਆਰ ਵਧੇ ਕਿ ਬਸ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਜਿੱਥੇ ਜਿੱਥੇ ਜਾਵਾਂ ਮੇਰੇ ਵਿੱਚੋਂ ਗੁਰੂ ਨਾਨਕ ਦੀ ਝਲਕ ਪਏ। ਹੁਣ 550 ਮਨਾ ਰਹੇ ਹਾਂ ਨਾ, 550ਵੀਂ ਸ਼ਤਾਬਦੀ ਮਨਾ ਰਹੇ ਹਾਂ, ਮਤਲਬ ਇੱਕ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਲਾਈਫ ਸਪੈਨ ਦੇ ਵਿੱਚ ਮੌਕਾ ਆਇਆ। ਤੁਹਾਡੇ 'ਚੋਂ ਕਿਸੇ ਨੇ ਅਗਲੇ 50 ਸਾਲ ਵੇਖਣੇ ਨੇ, ਕਿਸੇ ਨੇ ਨਹੀਂ ਵੇਖਣੇ, ਠੀਕ ਹੈ, ਕੋਈ ਗੱਲ ਨਹੀਂ, ਪਰ ਸਾਨੂੰ ਜਿਹੜਾ ਇਹ ਦਿਨ ਤਾਂ ਹਰ ਇੱਕ ਦਿਨ ਗੁਰੂ ਨਾਨਕ ਦੇ ਨਾਲ ਹੈ, ਪਰ ਜੇ ਇੱਕ ਓਪਰਚੁਨਿਟੀ ਅੱਜ ਮਿਲੀ ਹੈ ਤਾਂ ਮੇਰੀ ਲਾਈਫ 'ਚ ਕਿੱਦਾਂ ਚੇਂਜ ਆ ਰਹੀ ਹੈ ਕਿ ਮੇਰੇ ਲਾਈਫ ਦੇ ਵਿੱਚ ਗੁਰੂ ਨਾਨਕ ਦਾ ਵਾਸਾ ਹੋ ਗਿਆ, ਉਹ ਕਿਵੇਂ ਆਏਗੀ, ਉਹ ਕੁਛ ਪਲੈਜ ਕਰਨੀ ਆਪਾਂ ਆਪਣੇ ਆਪ ਨਾਲ, ਕਿਉਂਕਿ ਸਾਰਿਆਂ ਦੀ ਉਹ ਵੱਖਰੀ ਹੋਏਗੀ, ਕਿਸੇ 'ਚ ਕੁਛ ਹੈ, ਕਿਸੇ 'ਚ ਕਿਸੇ ਚੀਜ਼ ਦੀ ਲੋੜ ਹੈਗੀ ਹੈ, ਫਿਰ ਲੱਗੇਗਾ ਕਿ ਹਾਂ ਉਹ ਜਿਹੜਾ ਮਨਾ ਰਿਹਾ, ਇੰਨੇ ਐਫਰਟਸ ਹੋ ਰਹੇ ਨੇ ਤਾਂ ਕੁਛ ਸਕਸੈਸਫੁਲ ਹੈ, ਉਹਦੀ ਆਊਟਪੁੱਟ ਕੁਛ ਨਿਕਲ ਰਹੀ ਹੈ, ਇੱਦਾਂ ਦੀ ਅਸੀਂ ਸੋਚ ਲੈ ਕੇ ਚੱਲਣਾ। ਕਹਿੰਦੇ ਅਖੀਰ ਤੱਕ ਭਾਈ ਮਰਦਾਨਾ ਜੀ ਨਾਲ ਰਹੇ ਨੇ, ਔਰ ਅਖੀਰ ਵਿੱਚ ਜਦੋਂ ਪੁੱਛਿਆ ਵੀ ਹੈ ਕਿ ਇਹ ਸਾਰੀ ਸਾਖੀ ਆਉਂਦੀ ਹੈ, ਕੁਰਮ ਜਿਹੜੀ ਰਿਵਰ ਸੀਗੀ ਉਹਦੇ ਕੋਲ ਜਾ ਕੇ ਜਦੋਂ ਉਹਨਾਂ ਨੇ ਸਰੀਰ ਵੀ ਛੱਡਿਆ ਭਾਈ ਮਰਦਾਨਾ ਜੀ ਨੇ, ਉਦੋਂ ਵੀ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਫਿਰ ਤੈਨੂੰ ਕੀ ਕਰੀਏ ਤੇਰੇ ਸਰੀਰ ਨੂੰ, ਇਹ ਵੀ ਤੁਸੀਂ ਸਾਖੀ ਜਾਣਦੇ ਹੋ ਨਾ, ਤਾਂ ਅੱਗੋਂ ਕੀ ਜਵਾਬ ਸੀ? ਕਹਿੰਦੇ ਸਾਰੀ ਉਮਰ ਦਾ ਤੁਸੀਂ ਮੈਨੂੰ ਇਹ ਸਮਝਾਇਆ ਵੀ ਇਹ ਸਰੀਰ ਦੇ ਬੰਧਨਾਂ 'ਚੋਂ ਨਿਕਲ, ਬੰਧਨ ਛੱਡ ਦੇ, ਤਾਂ ਹੁਣ ਜਦੋਂ ਇਹ ਵੀ ਕਿਹਾ ਕਿ ਮੇਰਾ ਜੀਗਾ ਤੇਰੀ ਸਮਾਧ ਬਣਾ ਦਿੰਦਾ, ਤੈਨੂੰ ਕੋਈ ਯਾਦ ਕਰਿਆ ਕਰੇਗਾ, ਕੋਈ ਤੇਰੇ 'ਤੇ ਕੋਈ ਫੁੱਲ ਚੜ੍ਹਾਏਗਾ, ਤਾਂ ਭਾਈ ਮਰਦਾਨਾ ਜੀ ਕੀ ਕਹਿ ਰਹੇ ਨੇ ਅੱਗੋਂ? ਕਹਿੰਦੇ ਹੁਣ ਮਸੀ ਤਾਂ ਇਹ 'ਚੋਂ ਨਿਕਲਣ ਲੱਗਾ, ਹੁਣ ਤੁਸੀਂ ਮੈਨੂੰ ਫਿਰ ਦੱਬਣਾ? ਇਹ ਕੋਈ ਖੇਡਾਂ ਸੀ ਨਾ, ਮਹਾਰਾਜ ਲਡਾਰਡ ਲਾ ਰਹੇ ਨੇ ਕਿ ਦੇਖਦੇ ਕੀ ਕਹਿੰਦਾ ਅੱਗੋਂ। ਕਹਿੰਦੇ ਫਿਰ ਸੱਚੇ ਪਾਤਸ਼ਾਹ ਨੇ ਗਲੇ ਲਾਇਆ ਕਿ ਹਾਂ ਤੂੰ ਸਿੱਖੀ ਕਮਾਈ। ਤਾਂ ਇੱਕ ਇਸ ਤਰ੍ਹਾਂ ਦਾ ਸਮਾਂ ਜਿੱਥੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ
ਸਵਾਸ ਛੱਡੇ ਹੋਣ। ਇੱਥੇ ਮੈਨੂੰ ਉਹ ਤੁਹਾਨੂੰ ਮੈਂ ਕਿਹਾ ਸੀ ਨਾ, ਚਲੋ ਇੱਕ ਮਿੰਟਾ ਗੱਲ ਕਰਕੇ ਫਿਰ ਮੈਨੂੰ ਯਾਦ ਕਰਾਇਓ ਬੇਬੇ ਨਾਨਕੀ ਜੀ ਦੀ ਇੱਕ ਗੱਲ ਪਿੱਛੇ ਰਹਿ ਗਈ ਸੀ। ਕਹਿੰਦੇ ਉਸ ਤੋਂ ਬਾਅਦ ਜਦੋਂ ਸੱਚੇ ਪਾਤਸ਼ਾਹ ਨੇ ਆ ਕੇ ਭਾਈ ਸਜਾਦਾ ਜੀ ਨਾਲ ਮਿਲਾਪ ਕੀਤਾ, ਜਿਹੜੇ ਉਹਨਾਂ ਦੇ ਸਾਹਿਬਜ਼ਾਦੇ ਸੀਗੇ ਭਾਈ ਮਰਦਾਨਾ ਜੀ ਦੇ, ਤਾਂ ਉਹਨਾਂ ਨੂੰ ਉਹਨਾਂ ਨੇ ਆ ਕੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਪਿਤਾ ਜੀ ਹੁਣ ਅਗਲੇ ਦੇਸ਼ ਚਲ ਗਏ ਨੇ। ਤਾਂ ਉਹਨਾਂ ਨੇ ਕਿਹਾ ਵੀ ਸਾਰੀ ਉਮਰ ਸੇਵਾ ਕੀਤੀ ਹੈ ਤੁਹਾਡੇ ਪਿਤਾ ਨੇ, ਕੁਛ ਮੰਗ ਲਓ। ਤਾਂ ਉਹ ਕਹਿੰਦੇ ਜੋ ਸਾਡੇ ਪਿਤਾ ਨੇ ਮੰਗਿਆ ਸੀ ਨਾ ਸਾਨੂੰ ਵੀ ਉਹੀ ਦੇ ਦਿਉ, ਜੋ ਸਾਡੇ ਪਿਤਾ ਨੇ ਮੰਗਿਆ ਸੀ ਸਾਨੂੰ ਉਹੀ ਦੇ ਦਿਉ। ਅਤੇ ਕਹਿੰਦੇ ਫਿਰ ਇਤਿਹਾਸ ਕਹਿੰਦਾ ਕਿ ਭਾਈ ਸਜਾਦਾ ਜੀ ਨੂੰ ਉਹ ਜਿਹੜੀ ਰਬਾਬ ਸੀਗੀ ਭਾਈ ਮਰਦਾਨਾ ਜੀ ਦੀ ਉਹ ਉਹਨਾਂ ਨੇ ਦਿੱਤੀ, ਤਾਂ ਉਹਨਾਂ ਨੇ ਸਾਰੀ ਉਮਰ ਰਹਿੰਦੀ ਉਮਰ ਤੱਕ ਕੀਰਤਨ ਕੀਤਾ ਭਾਈ ਮਰਦਾਨਾ ਜੀ ਵਾਂਗੂ। ਪਰ ਇਤਿਹਾਸ 'ਚ ਅਸੀਂ ਬਹੁਤਾ ਸਾਡੇ ਸਾਹਮਣੇ ਨਹੀਂ ਆਉਂਦੀਆਂ ਇਹ ਗੱਲਾਂ। ਤਾਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ, ਹਾਂ ਬੇਬੇ ਨਾਨਕੀ ਜੀ ਦੀ, ਇੱਕ ਵਾਰੀ ਇਹਨੂੰ ਅਸੀਂ ਰੈਪ ਕਰ ਲਈਏ। ਭਾਈ ਮਰਦਾਨਾ ਜੀ ਦੇ ਜਿਹੜਾ ਲਾਈਫ ਅਸੀਂ ਬਰੀਫਲੀ ਬਹੁਤ ਡਿਸਕਸ ਕੀਤਾ, ਇਹਦੇ 'ਚੋਂ ਕੁਛ ਮੈਨੂੰ ਪੁਆਇੰਟਸ 3-4 ਜਾਂ ਤੁਹਾਨੂੰ ਲੱਗਿਆ ਕਿ ਹਾਂ ਆਹ ਭਾਈ ਮਰਦਾਨਾ ਜੀ ਦਾ ਪਹਿਲੂ ਮੈਂ ਕਦੀ ਦੇਖਿਆ ਨਹੀਂ ਸੀ, ਜਾਂ ਇੱਦਾਂ ਨਹੀਂ ਸੀ ਸੋਚਿਆ, ਕੁਛ ਇੱਦਾਂ ਦੇ ਪਹਿਲੂ ਤੁਹਾਡੇ ਸਾਹਮਣੇ ਆਏ ਹੋਣ, ਜਾਂ ਤੁਹਾਡੀ ਇੰਟਰਪ੍ਰੀਟੇਸ਼ਨ ਇੱਦਾਂ ਦੀ ਹੋਈ ਹੋਏ, ਤੁਹਾਡੀ ਸੋਚ, ਤਾਂ ਉਹ ਕੁਛ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋ ਜਾਵੇ। ਹਾਂਜੀ, ਕੌਣ ਪਹਿਲਾਂ ਕਰੇਗਾ? ਨਹੀਂ ਤਾਂ ਲੈਕਚਰ ਦੁਬਾਰਾ ਕਰ ਲੈਂਦੇ ਹਾਂ, ਮੈਂ ਕਿਹਾ ਲੈਕਚਰ ਦੁਬਾਰਾ ਕਰ ਲੈਂਦੇ ਹਾਂ ਜੇ ਨਹੀਂ ਕੁਛ ਕਰਨਾ ਤਾਂ। ਹਾਂਜੀ, ਕੁਛ ਪੁਆਇੰਟਸ ਦੱਸੋ ਕਿ ਆਹ ਮੇਰੇ ਲਈ ਭਾਈ ਮਰਦਾਨਾ ਜੀ ਦਾ ਰੂਪ ਅੱਜ ਤੋਂ ਬਾਅਦ ਮੇਰੇ ਸਾਹਮਣੇ ਇਹ ਹੈਗਾ। ਉਹ ਕੁਛ ਵੀ ਹੋ ਸਕਦਾ, ਤੁਹਾਡੀ ਅੰਡਰਸਟੈਂਡਿੰਗ ਹੋ ਸਕਦੀ ਹੈ। ਹਾਂਜੀ ਭਾਜੀ, ਇੱਕ ਇੱਕ ਕਰਕੇ, ਤਾਂ ਉਹ ਸਾਰਿਆਂ ਨੇ ਉਹਦੇ 'ਤੇ ਵਿਚਾਰ ਕਰਨੀ ਆਪਣੇ ਮਨ ਹੀ ਮਨ ਦੇ ਵਿੱਚ। ਸੂਰਮਾ ਜਿਹਨੇ ਆਪਣੀ ਮੈਂ ਮਾਰੀ, ਅਤੇ ਸਭ ਤੋਂ ਵੱਡਾ ਇਗਜ਼ਾਮਪਲ ਜੋ ਆਪਾਂ ਆਪਣੀ ਲਾਈਫ 'ਚ ਫੋਲੋ ਕਰਨਾ, ਅਤੇ ਮੈਂ ਤਾਂ ਪਰਸਨਲੀ ਕਰਨੀ ਹੈ, ਮੈਂ ਮਾਰ ਦੇਣੀ ਹੈ ਹੁਣ। ਆ ਸੁਣਿਆ ਸਾਰਿਆਂ ਨੇ, ਸਮਝ ਲੱਗੀ ਇੱਧਰ ਕਿ ਨਹੀਂ ਸੁਣਿਆ? ਅੱਛਾ ਭਾਜੀ, ਥੋੜ੍ਹਾ ਹੌਲੀ ਬੋਲੋ ਅਤੇ ਕਲੀਅਰ ਉੱਚਾ ਬੋਲੋ ਥੋੜ੍ਹਾ। ਆ ਸੁਣੋ ਧਿਆਨ ਨਾਲ। ਹਾਂਜੀ, ਮਰਦਾਨਾ ਦਾ ਮੀਨਿੰਗ ਜੋ ਤੁਸੀਂ ਦੱਸਿਆ ਸੀ ਭਾਈ ਮਨੀ ਸਿੰਘ ਜੀ ਦੇ ਅਕੋਰਡਿੰਗ ਸੂਰਮਾ, ਅਤੇ ਸੂਰਮਾ ਉਹ ਜਿਹਨੇ ਆਪਣੀ ਮੈਂ ਮਾਰਤੀ ਹੈ, ਜਿਹੜੀ ਗਲਤ ਚੀਜ਼ ਸੀ ਉਹ ਮਾਰਤੀ, ਅਤੇ ਬਸ ਉਹੀ ਮਾਰ ਦੇਣੀ ਹੈ। ਠੀਕ ਹੈ, ਹਾਂ ਮਹਾਰਾਜ ਅੱਗੇ ਅਰਦਾਸ ਕਰਕੇ ਜਾਣਾ ਵੀ ਸਾਡੀ ਮੈਂ ਵੀ ਮਾਰ ਦੋ, ਇਹ ਸਾਡੇ ਵਾਸਤੇ ਦਾ ਰੋਗ ਤਾਂ ਨਹੀਂ ਪਰ ਪਰਮੇਸ਼ਰ ਕਰੇ ਤਾਂ ਉਹਦੀ ਖੇਡ। ਹਾਂਜੀ, ਇੱਕ ਜਿਵੇਂ ਇਹੀ ਲੱਗਦਾ ਸੀ ਕਿ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਜਦੋਂ ਵੀ ਹੋਣਗੇ ਕੀਰਤਨ ਕਰਦੇ ਹੋਣਗੇ, ਪਰ ਕਦੀ ਐਂ ਨਹੀਂ ਸੋਚਿਆ ਕਿ ਉਹ ਵੀ ਫਰੈਂਡਸ ਦੀ ਤਰ੍ਹਾਂ ਗੱਲਾਂ ਕਰਦੇ ਹੋਣਗੇ, ਹੱਸਦੇ ਖੇਡਦੇ ਹੋਣਗੇ, ਵੀ ਉਹ ਇੱਕ ਨਵੀਂ ਚੀਜ਼ ਹੈ, ਵੀ ਉਸ ਬਾਰੇ ਅਸੀਂ ਕਦੀ ਵੀ ਅਸੀਂ ਬਹੁਤ ਡੀਪਲੀ ਉਸ ਪਾਸੇ ਜਾਂਦੇ ਹੀ ਨਹੀਂ। ਇਹਦੇ ਤੋਂ ਇੱਕ ਹੋਰ ਗੱਲ ਮੈਨੂੰ ਯਾਦ ਆ ਗਈ, ਜਿਹੜੇ ਫਰੈਂਡਸ ਅਸੀਂ ਵੀ, ਸਾਡੇ ਵੀ ਫਰੈਂਡਸ ਹੈਗੇ ਨਾ, ਤੁਹਾਡੇ ਵੀ ਫਰੈਂਡਸ ਹੋਣਗੇ, ਦੋਸਤ ਮਿੱਤਰ ਹੋਣਗੇ, ਕਿਉਂ ਨਾ ਸਾਡੀ ਵੀ ਵਾਰਤਾਲਾਪ ਇੱਦਾਂ ਦੀ ਸ਼ੁਰੂ ਹੋ ਜਾਏ ਆਪਣੇ ਫਰੈਂਡਸ ਨਾਲ। ਤੁਸੀਂ ਵੀ ਗੱਪਸ਼ੱਪ ਮਾਰਦੇ ਹੋ, ਤਾਂ ਉਹ ਗੱਪਸ਼ੱਪ ਨਾ ਰਹੇ ਹੁਣ, ਉਹ ਕੋਈ ਗੁਰੂ ਦੀ ਗੱਲ, ਕੋਈ ਯਾਰ ਤੂੰ ਕੀ ਸੋਚਦਾ ਗੁਰੂ ਕਿਵੇਂ ਕਰਦੇ ਹੋਣਗੇ, ਐਵੇਂ ਦੀ ਗੱਲ ਸ਼ੁਰੂ ਕਰ ਲਈਏ, ਜਿਹੜਾ ਉਹਦੇ 'ਚੋਂ ਸਿੱਖਣ ਨੂੰ ਮਿਲੇਗਾ ਨਾ, ਉਹ ਕਈ ਵਾਰੀ ਕਥਾ ਸੁਣ ਕੇ ਵੀ 4-4 ਘੰਟੇ ਨਹੀਂ ਆਉਂਦਾ, ਕੁਛ ਅੰਦਰੋਂ ਜਿਹੜਾ ਵਿਚਾਰ ਆਏਗਾ, ਕਿਉਂਕਿ ਉੱਥੇ ਗੁਰੂ ਵਰਤ ਰਹੇ ਨੇ ਆਪ, ਜੇ ਗੁਰੂ ਦੀ ਗੱਲ ਹੋ ਰਹੀ ਹੈ ਤਾਂ ਗੁਰੂ ਵਰਤ ਰਹੇ ਨੇ ਨਾ, ਵਰਤਣਗੇ ਨਾ। ਅੱਜ ਤੋਂ ਬਾਅਦ ਉਹ ਵਾਲਾ ਐਲੀਮੈਂਟ ਆਪਣੀ ਲਾਈਫ 'ਚ ਲੈ ਕੇ ਆਉਣਾ ਕਿ ਮੇਰੇ ਪਹਿਲਾ ਗੱਲ, ਉਹਦੇ ਨਾਲ ਇੱਕ ਡਿਸਿਪਲਿਨ ਬੱਝ ਜਾਏਗਾ, ਸਾਡੇ ਦੋਸਤ ਮਿੱਤਰ ਕਿੱਦਾਂ ਦੇ ਹੋ ਜਾਣਗੇ, ਉਹੀ ਹੋਣਗੇ ਜਿਹੜੇ ਗੁਰੂ ਦੀ ਗੱਲ ਕਰਨ ਨੂੰ ਤਿਆਰ ਨੇ। ਇਹ ਨਹੀਂ ਕਿ ਅਸੀਂ ਦੂਸਰਿਆਂ ਨੂੰ ਨਫ਼ਰਤ ਕਰਨੀ ਹੈ, ਇਹ ਨਹੀਂ ਮੈਂ ਕਹਿ ਰਹੀ, ਪਰ ਅਸੀਂ ਉਹਨਾਂ ਨੂੰ ਪਿਆਰ ਕਰਨਾ, ਉਹਨਾਂ ਨਾਲ ਵੀ ਗੁਰੂ ਦੀ ਗੱਲ ਕਰ ਲਓ, ਜੇ ਉਹਨਾਂ ਨੂੰ ਨਹੀਂ ਪਸੰਦ ਹੋਏਗੀ ਆਪੇ ਖਿਸਕ ਜਾਣਗੇ ਹੌਲੀ ਹੌਲੀ ਨਾ। ਅਸੀਂ ਉੱਥੇ ਹੀ ਗੱਲ, ਉੱਥੇ ਹੀ ਮਿੱਤਰਤਾ ਪਾਣੀ ਹੈ ਜਿੱਥੇ ਮੇਰਾ ਸਵਾਰਥ ਹੈ। ਮੇਰਾ ਸਵਾਰਥ ਕੀ ਹੈ? ਵੀ ਮੈਂ ਮਨੁੱਖਤਾ ਦਾ
ਭਲਾ ਕਰਨਾ ਗੁਰੂ ਦਾ ਚੋਲਾ ਪਾ ਕੇ ਗੁਰੂ ਵਰਗੇ ਬਣ ਕੇ, ਉਹਦੇ ਲਈ ਹੈਲਪ ਚਾਹੀਦੀ ਹੈ ਮੈਨੂੰ ਦੋਸਤਾਂ ਮਿੱਤਰਾਂ ਤੋਂ। ਠੀਕ ਹੈ, ਤਾਂ ਸਾਰੇ ਚੋਲੇ ਵਾਲੇ ਇਕੱਠੇ ਹੋ ਜਾਓ, ਹੁਣ ਆਹ ਚੋਲਾ ਨਾ ਪਾਉਣ ਦੀ ਗੱਲ ਕਰਨ ਲੱਗ ਜਾਓ, ਹੈ ਨਾ। ਇਹ ਤੁਸੀਂ ਸਮਝ ਗਏ ਸਾਰਾ ਕੋਨਸੈਪਟ ਪਹਿਲਾਂ ਹੀ। ਤਾਂ ਇਹਦੇ 'ਚ ਬੜੀ ਪਿਆਰੀ ਗੱਲ ਹੈ ਕਿ ਹੁਣ ਅਸੀਂ ਮਿੱਤਰ ਵੀ ਕਿੱਦਾਂ ਦੇ ਬਣਾਉਣੇ ਔਰ ਮਿੱਤਰਾਂ ਨਾਲ ਗੱਲਾਂ ਵੀ ਕਿੱਦਾਂ ਦੀਆਂ ਕਰਨੀਆਂ। ਹਾਂਜੀ, ਕਿਸੇ ਹੋਰ ਦਾ ਹੱਥ ਖੜ੍ਹਾ ਸੀਗਾ, ਉਹ ਪਿੱਛੇ ਇੱਕ ਭੈਣ ਜੀ, ਫਿਰ ਉੱਧਰ ਵੀਰ ਜੀ ਨੇ। ਹਾਂਜੀ, ਇੱਕ ਉਹ ਗੱਲ ਬਹੁਤ ਪਿਆਰੀ ਲੱਗੀ ਕਿ ਵੀ ਜਦੋਂ ਸੁਰਤ ਸ਼ਬਦ ਨਾਲ ਟੁੱਟੇਗੀ ਤਾਂ ਫਿਰ ਕਲਯੁਗ ਵਰਤਦਾ ਜਿਵੇਂ। ਹਾਂ ਹਾਂਜੀ, ਉਹ ਆਪਾਂ ਯਾਦ ਕਿਵੇਂ ਰੱਖਾਂਗੇ ਕਿ ਕੁਛ ਹੋ ਰਿਹਾ, ਮਤਲਬ ਕਿ ਕੁਛ ਮੇਰੇ 'ਚ ਹੀ ਕਮੀ ਹੋਣੀ ਹੈ ਨਾ। ਇੱਦਾਂ ਆਪਾਂ ਲੈ ਸਕਦੇ ਨਾ ਆਪਣੀ ਲਾਈਫ ਦੇ ਵਿੱਚ ਕਿ ਕੁਛ ਮਤਲਬ ਮੇਰਾ ਧਿਆਨ ਕਿਤੇ ਹੋਰ ਜਾ ਰਿਹਾ ਜਾਂ ਮੇਰਾ ਧਿਆਨ ਕੁਛ ਪੁੱਠਾ ਕਰਨ ਨੂੰ ਜੀ ਕਰ ਰਿਹਾ, ਹੋ ਜਾਂਦਾ ਇੱਦਾਂ। ਪਹਿਲਾਂ ਸਭ ਤੋਂ ਪਹਿਲਾਂ ਅਸੀਂ ਐਕਸੈਪਟ ਕਰਨਾ ਸ਼ੁਰੂ ਕਰੀਏ ਕਿ ਗਲਤੀਆਂ ਹੋ ਜਾਂਦੀਆਂ ਨੇ। ਆਪਣੇ ਆਪ ਨੂੰ ਕੋਸਣਾ ਤਾਂ ਹੈ, ਪਰ ਇੰਨਾ ਨਹੀਂ ਕੋਸਣਾ ਕਿ ਡਿਪਰੈਸ਼ਨ 'ਚ ਚੱਲ ਜਾਈਏ, ਦੁਖੀ ਹੋ ਜਾਈਏ। ਉਹਦੇ 'ਚੋਂ ਸਿਰਫ ਲਰਨਿੰਗ ਪੁਆਇੰਟ ਲੈਣਾ ਕਿ ਹਾਂ ਇਹ ਗਲਤੀ ਹੋ ਗਈ, ਗੁਰੂ ਮਹਾਰਾਜ ਮਿਹਰ ਕਰਨ ਕਿ ਮੈਂ ਫਿਰ ਆਪਣੀ ਸੁਰਤ ਨੂੰ ਉੱਚੇ ਚੱਕਣਾ, ਅੱਗੇ ਅਰਦਾਸ ਬੇਨਤੀ ਕਰੀਏ। ਉਹ ਪਿੱਛੇ ਵੀਰ ਜੀ ਨੇ ਹੱਥ ਖੜ੍ਹਾ ਕੀਤਾ। ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਕੋਈ ਭੇਦਭਾਵ ਨਹੀਂ ਹੈਗਾ ਸੀ। ਠੀਕ ਹੈ, ਆਪਾਂ ਕਿਵੇਂ ਉਹਨੂੰ ਅਪਲਾਈ ਕਰਾਂਗੇ ਆਪਣੀ ਲਾਈਫ ਦੇ ਵਿੱਚ? ਜਿੱਦਾਂ ਕਿ ਆਪਾਂ ਅੱਜ ਤੱਕ ਲਾ ਲਈਏ ਕਿ ਪਹਿਲਾਂ ਨਾ ਸਿੱਖ ਧਰਮ ਨੂੰ ਬਹੁਤ ਖਾਸ ਮੰਨਿਆ ਜਾਂਦਾ ਸੀ, ਜਿੱਥੇ ਕਿ ਅੱਜ ਕੱਲ੍ਹ ਹੁਣ ਸਿੱਖ ਧਰਮ ਦੇ ਵਿੱਚ ਵੀ ਪਾੜ ਪੈ ਚੁੱਕਾ ਜੀ। ਜਿੱਥੇ ਕਿ ਆਪਣੇ ਜਿਹੜੇ ਕੀਰਤਨੀਏ, ਮੈਂ ਕਹਿਣੀ, ਮੈਂ ਇੰਨਾ ਕਹਿਣ ਚੁੱਕਾ ਹੈਗਾ ਨਹੀਂ ਕਿਉਂਕਿ ਮੈਂ ਆਪ ਨਹੀਂ ਇੰਨਾ ਸਹੀ ਹੈਗਾ ਜੀ। ਕੋਈ ਗੱਲ ਨਹੀਂ, ਕਹਿ ਦਿਓ ਤੁਸੀਂ, ਕੋਈ ਗੱਲ ਨਹੀਂ। ਜਿੱਥੇ ਕਿ ਆਪਣੇ ਜਿਹੜੇ ਕਥਾ ਵਿਚਾਰਾਂ ਵਾਲੇ ਨਾ ਇੱਕ ਦੂਜੇ ਦੇ ਧਾਰਨਾ ਲਾ ਕੇ ਵੀ ਆਪਣੇ ਜਿਹੜਾ ਕਹਿਣ ਦਾ ਮਤਲਬ ਗੁਰਸਿੱਖੀ ਨੂੰ ਮਾੜਾ ਕੀਤੀ ਜਾਂਦੀ ਜੀ, ਬਈ ਇੱਕ ਦੂਜੇ ਨੂੰ ਕਹੀ ਜਾਂਦੇ ਨੇ। ਹਾਂ, ਉਹ ਤਾਂ ਹੁਣ ਜੇ ਕੋਈ ਕਹਿ ਰਿਹਾ ਕਹਿ ਰਿਹਾ, ਅਸੀਂ ਆਪਾਂ ਕੀ ਕਰਨਾ, ਇਹ ਸਵਾਲ ਹੈ। ਤੁਸੀਂ ਕੀ ਕਰੋਗੇ? ਕਿਉਂਕਿ ਇਹ ਜਿਹੜਾ ਸੈਸ਼ਨ ਹੈਗਾ ਇਹ ਮਤਲਬ ਸਾਡੇ 'ਤੇ ਆਪ ਸਵਾਰੇ ਮੈਂ ਮਿਲੇ। ਸਭ ਤੋਂ ਪਹਿਲਾਂ ਨਾ ਆਪਾਂ ਆਪਣੇ ਆਪ ਨੂੰ ਸਵਾਰੀਏ, ਵੀ ਆਪਾਂ ਸਮਝ ਰਹੇ ਕਿ ਦੂਜਾ ਆਪਾਂ ਨੂੰ ਦੂਸਰੇ ਨਾਲ ਨਹੀਂ, ਪਹਿਲਾਂ ਆਪਦਾ ਘਰ। ਸੋ ਤੁਸੀਂ ਆਪਣਾ ਆਪ ਸਵਾਰੋਗੇ? ਹਾਂਜੀ, ਆਪਣੇ ਘਰ ਤੋਂ ਸਟਾਰਟ ਕਰਾਂਗੇ ਤਾਂ ਹੀ ਅਗਲਾ ਸਵਾਰ। ਹਾਂ, ਸੋ ਮੈਂ ਕਰਾਂਗਾ। ਹਾਂਜੀ, ਠੀਕ ਹੈ ਵੀ ਮੈਂ ਕਰਾਂਗਾ, ਮੈਂ ਕਰਾਂਗੀ ਆਪਣੇ ਘਰ ਤੋਂ ਸਟਾਰਟ। ਮਤਲਬ ਆਪਾਂ ਜਦੋਂ ਇੱਦਾਂ ਦੀ ਲੈਂਗੁਏਜ ਵੀ ਵਰਤਾਂਗੇ ਨਾ, ਸਾਡੇ 'ਤੇ ਰਿਸਪੋਂਸੀਬਿਲਟੀ ਆ ਜਾਂਗੇ। ਜਦੋਂ ਅਸੀਂ ਕਹਿ ਦੇਣਾ ਵੀ ਸਾਨੂੰ ਕਰਨਾ ਚਾਹੀਦਾ ਹੈ ਜਾਂ ਅਸੀਂ ਕਰਾਂਗੇ, ਤਾਂ ਉਹ ਥੋੜ੍ਹਾ ਜਿਹਾ ਅਸੀਂ ਤੂੰ ਕਰ, ਮੇਰਾ ਨਹੀਂ ਆਏ ਤੂੰ ਕਰ, ਇਹ ਨਹੀਂ ਕਰਨਾ ਅਸੀਂ, ਇੱਥੇ ਹੀ ਹੈ। ਮੈਂ ਕਹਿ ਲਓ ਮੈਂ ਵਾਲੀ ਗੱਲ ਨਹੀਂ, ਵੀ ਇਹ ਸਾਡੀ ਰਿਸਪੋਂਸੀਬਿਲਟੀ ਓਨੀ ਹੈ, ਮੇਰੀ ਰਿਸਪੋਂਸੀਬਿਲਟੀ ਓਨੀ ਹੈ ਜਿੰਨੀ ਤੁਹਾਡੀ ਹੈ। ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਾਂਭਦਾ। ਠੀਕ ਹੈ ਜੀ, ਹਾਂਜੀ, ਹੋਰ ਪੁਆਇੰਟਸ? ਉਹ ਪਿੱਛੇ ਨੇ ਇੱਕ ਹੱਥ ਫਿਰ ਅੱਗੇ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੇ ਸਾਨੂੰ ਇਹ ਵੀ ਸੰਬੰਧਾਂ ਦੀ ਮਿਲਦੀ ਹੈ, ਭੇਦਭਾਵ ਜਾਤ ਪਾਤ ਦਾ, ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਮੈਂ ਉੱਚਾ ਮੇਰੀ ਜਾਤ ਉੱਚੀ, ਅਤੇ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਵੀ ਬੜਾ ਉਹ ਕੀਤਾ, ਕਿਉਂਕਿ ਭਾਈ ਮਰਦਾਨਾ ਜੀ ਮਰਾਸੀ ਸੀ, ਮੁਸਲਮਾਨ ਸੀ, ਅਤੇ ਪਰ ਗੁਰੂ ਨਾਨਕ ਦੇਵ ਜੀ ਨੇ ਸਾਰਾ ਭੇਦਭਾਵ ਮਿਟਾਇਆ ਇਸ ਤਰ੍ਹਾਂ। ਬਈ ਸਾਨੂੰ ਵੀ ਜਾਤ ਪਾਤ ਦਾ ਥੋੜ੍ਹਾ ਜਿਹਾ ਉਹ ਕਰਨਾ ਚਾਹੀਦਾ, ਕਿਉਂਕਿ ਸਿੱਖ ਧਰਮ ਦੇ ਵਿੱਚ ਵੀ ਰਹਿ ਕੇ ਅਸੀਂ ਪਹਿਲੇ ਪੁੱਛਦੇ ਹਾਂ, ਜਦੋਂ ਰਿਸ਼ਤੇ ਕਰਦੇ ਹਾਂ ਕਹਿੰਦੇ ਤੁਹਾਡੀ ਜਾਤ ਕੀ ਹੈ ਜਾਂ ਕਿਸ ਤਰ੍ਹਾਂ, ਇਹ ਵੀ ਬੜਾ ਹੋ ਗਿਆ। ਹਾਂ, ਇੱਥੇ ਇਹਦੇ 'ਚ ਵੀ ਬੜੀ ਡੂੰਘਾ ਰਾਜ਼ ਹੈਗਾ। ਮੈਨੂੰ ਇੱਕ ਦੋ ਗੱਲਾਂ ਯਾਦ ਆਈਆਂ। ਇੱਕ ਤਾਂ ਇਹ ਕਹਿੰਦੇ ਇੱਕ ਸਮਾਂ ਸੀ ਜਦੋਂ ਰਿਸ਼ਤੇ ਹੁੰਦੇ ਸੀ ਤਾਂ ਪੁੱਛਦੇ ਹੁੰਦੇ ਸੀ ਬੀਬੀ ਅਰਦਾਸ ਕਰ ਲੈਂਦੀ ਹੈ, ਬੀਬੀ ਕੀਰਤਨ ਕਰਦੀ ਹੈ, ਜਾਂ ਸਿੰਘ ਅਰਦਾਸ ਕਰ ਲੈਂਦਾ, ਅਰਦਾਸੀਆ ਸਿੰਘ ਕੀਰਤਨ ਕਰ ਲੈਂਦਾ, ਨਿਤਨੇਮ ਹੀ ਹੈ, ਬਸ ਇੰਨਾ ਸਵਾਲ ਹੁੰਦਾ ਸੀ ਤਾਂ ਰਿਸ਼ਤਾ ਹੋ ਜਾਂਦਾ ਸੀ, ਹੈ ਨਾ। ਹੁਣ ਤੁਹਾਨੂੰ ਪਤਾ ਹੀ ਹੈ, ਆਪਾਂ ਉਹ ਗੱਲਾਂ ਨਹੀਂ ਕਰਨੀਆਂ, ਆਪਾਂ ਨੂੰ ਪਤਾ ਹੈ, ਪਰ ਆਪਾਂ ਰੈਵੋਲਿਊਸ਼ਨ ਲਿਆਉਣਾ ਫਿਰ।
ਆਪਾਂ ਉੱਥੇ ਇੱਥੇ ਇੱਕ ਭੈਣ ਜੀ ਮੈਨੂੰ ਮਿਲੇ ਕੈਂਪ, ਉੱਥੇ UK ਦੇ ਵਿੱਚ ਕੈਂਪ ਸੀਗਾ, ਉਹ ਕਹਿੰਦੇ ਮੈਂ ਗੱਲ ਕਰਨੀ ਹੈ ਤਾਂ ਉਹ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿਹਦੀ ਗੱਲ ਕਰਨੀ ਤਾਂ ਮੈਂ ਨਾਲ ਸ਼ੇਅਰ ਕਰ ਸਕਦੀ ਹਾਂ, ਤਾਂ ਉਹ ਮੈਨੂੰ ਇੱਕ ਪਾਸੇ ਲੈ ਗਏ ਤਾਂ ਉਹ ਗੱਲ ਨਹੀਂ ਸੀ ਹੋ ਰਹੀ ਉਹਨਾਂ ਕੋਲ, ਉਹ ਇੰਨੇ ਭਾਵੁਕ ਸੀਗੇ, ਇੰਨੇ ਇਮੋਸ਼ਨਲ ਸੀ, ਤਾਂ ਮੈਂ ਸੋਚਿਆ ਵੀ ਕੋਈ ਕਈ ਵਾਰ ਕੋਈ ਘਰ 'ਚ ਕੋਈ ਗੱਲ ਹੋ ਜਾਂਦੀ ਹੈ, ਕੋਈ ਬਿਮਾਰੀ ਹੁੰਦੀ ਹੈ, ਕੁਛ ਇੱਦਾਂ ਦੀ ਗੱਲ ਕੀ ਸੀ, ਕਹਿੰਦੇ ਮੈਂ ਅਫਗਾਨਿਸਤਾਨ ਤੋਂ ਹਾਂ, ਓਰੀਜਨਲੀ ਅਫਗਾਨ 'ਚ ਬਹੁਤ ਸਿੱਖ ਨੇ ਨਾ, ਅਫਗਾਨਿਸਤਾਨ ਤੋਂ ਹਾਂ, ਇੱਥੇ ਮੂਵ ਹੋਈ ਹਾਂ ਇਸ ਸ਼ਹਿਰ ਦੇ ਵਿੱਚ ਜਿਹੜਾ ਵੀ ਸ਼ਹਿਰ ਸੀ, ਤਾਂ ਉਹਦਾ ਵੀ ਮੈਂ ਨਾਂ ਪਰਪਸਫੁਲੀ ਨਹੀਂ ਲੈ ਰਹੀ, ਤਾਂ ਕਹਿੰਦੇ ਮੇਰੇ ਬੱਚਿਆਂ ਦੇ ਨਾਲ ਇੱਥੇ ਦੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਖੇਡਣ ਨਹੀਂ ਦੇ ਰਹੇ, ਉਹ ਗੁਰਸਿੱਖ ਨੇ, ਦਸਤਾਰ ਸਜਾਉਂਦੇ ਨੇ ਭੈਣ ਜੀ, ਗੁਰਸਿੱਖ ਫੈਮਿਲੀ ਹੈ, ਔਰ ਅਨਦਰ ਗੁਰਸਿੱਖ ਫੈਮਿਲੀ ਇਜ਼ ਸੇਇੰਗ ਦਿਸ, ਦੂਜੀ ਕੋਈ ਹੋਰ ਗੁਰਸਿੱਖ ਫੈਮਿਲੀ, ਇੱਕ ਨਹੀਂ, ਮੈਂ ਕਿਹਾ ਤੁਸੀਂ ਕੋਈ ਉਹਨਾਂ ਦਾ ਪਰਪਸ ਹੋਏਗਾ, ਕੋਈ ਉਹਨਾਂ ਦੇ ਤੁਸੀਂ ਨਹੀਂ ਚੰਗੇ ਉਹਨਾਂ ਨੂੰ ਲੱਗਦੇ ਹੋਵੋਗੇ, ਤੁਸੀਂ ਕਿਸੇ ਹੋਰ ਨਾਲ ਆਪਣੇ ਬੱਚੇ ਖਿਡਾ ਲਓ, ਕਹਿੰਦੇ ਨਹੀਂ, ਇੱਕ ਨਾਲ, ਦੋ ਨਾਲ, ਤਿੰਨ ਨਾਲ, ਕਹਿੰਦੇ ਮੈਂ ਕਿਹਾ ਤੁਹਾਨੂੰ ਇਹਦਾ ਕਾਰਨ ਕੀ ਲੱਗਦਾ, ਕਹਿੰਦੇ ਕਿਉਂਕਿ ਮੈਂ ਉਸ ਦੇਸ਼ ਤੋਂ ਹਾਂ, ਮੈਂ ਇਹਨਾਂ ਦੇ ਨਾਲ ਰਲ ਨਹੀਂ ਸਕਦੀ, ਅਫਗਾਨਿਸਤਾਨ 'ਚ ਸਾਰੇ ਮੁਸਲਮਾਨ ਨੇ ਜਾਂ ਸਾਨੂੰ ਨੀਵਾਂ ਮੰਨਿਆ ਜਾਂਦਾ, ਤਾਂ ਮੈਨੂੰ ਵੀ ਉਹਨਾਂ ਦੀ ਗੱਲ ਸੁਣ ਕੇ ਰੋਣਾ ਆ ਗਿਆ। ਗੁਰਸਿੱਖ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਕਿੱਥੇ ਹੈ ਕਿ ਅਸੀਂ ਤਾਂ ਦੂਜਿਆਂ ਨੂੰ ਜਾ ਕੇ ਗਲਵੱਕੜੀ 'ਚ ਲੈਣਾ ਸੀ ਨਾ, ਕਿਹਨੂੰ ਨਹੀਂ ਲਿਆ, ਕਿਹਨੂੰ ਨਹੀਂ ਲਿਆ ਗੁਰੂ ਨਾਨਕ ਨੇ, ਜੇ ਨਾ ਲਿਆ ਹੁੰਦਾ ਕੋਈ ਵੀ ਨਹੀਂ ਬੈਠਾ ਹੋਣਾ ਸੀ ਅੱਜ ਇੱਥੇ, ਠੀਕ ਹੈ। ਅੱਜ ਅਸੀਂ ਕਿਹੜੇ ਕਰਮ ਕਾਂਡਾਂ ਦੇ ਵਿੱਚ, ਰਿਚੁਅਲ ਦੇ ਵਿੱਚ ਪੈ ਗਏ ਕਿ ਮੇਰੇ ਵਰਗੀ ਰਹਿਤ ਇਹਦੀ ਹੈਗੀ ਹੈ ਤਾਂ ਮੈਨੂੰ ਮਿਲਣਾ, ਅਤੇ ਮੈਨੂੰ ਮਿਲਣਾ ਤੱਕ ਵੀ ਨਹੀਂ, ਇਹ ਮੇਰੇ ਸਰਕਲ ਦਾ ਬੰਦਾ ਹੀ ਨਹੀਂ ਹੈਗਾ, ਤਾਂ ਕਿੱਥੇ ਜਾ ਕੇ ਅਸੀਂ ਬਾਹਰ ਗੁਰਸਿੱਖੀ ਦੀ ਗੱਲ ਕਰਾਂਗੇ, ਸਾਡੇ ਆਪਣੇ 'ਚ ਜਦੋਂ ਇੰਨਾ ਵੱਡਾ, ਇਹ ਛੱਡਦੀ ਆ ਆਪਾਂ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਇਹ ਚੱਕਰ ਪੈ ਜਾਣਾ ਬੜਾ ਵੱਡਾ, ਫਿਰ ਜਾਤਾਂ ਦੇ ਵਿੱਚ ਹੀ ਘੁੰਮੀ ਜਾਵਾਂਗੇ, ਮੰਨ ਲਓ ਇੱਥੇ ਜਾਤਾਂ, ਬੜਾ ਵੱਡਾ ਰੋਗ ਲੱਗਾ ਹੋਇਆ ਸਾਨੂੰ, ਸਿੱਖਾਂ ਨੇ ਤਾਂ ਦੂਜਿਆਂ ਦੀਆਂ ਜਾਤਾਂ ਜਾ ਕੇ ਕੱਟਣੀਆਂ ਸੀਗੀਆਂ, ਕੋਈ ਉਪਦੇਸ਼ ਦੇਣਾ ਸੀਗਾ, ਆਪ ਕਰਕੇ, ਸਿਰਫ ਉਪਦੇਸ਼ ਨਹੀਂ, ਆਪ ਰੋਲ ਮਾਡਲ ਬਣ ਕੇ ਔਰ ਉਸ ਚੀਜ਼ ਨੂੰ ਸਕਸੈਸਫੁਲ ਵੀ ਕਰਕੇ, ਜਿਹੜੇ ਸਾਡੇ ਰਿਸ਼ਤੇ ਹੁੰਦੇ ਆ, ਸਿਰਫ ਇਹ ਨਹੀਂ ਕਿ ਜਾਤਾਂ ਤੋਂ ਬਾਅਦ ਰਿਸ਼ਤੇ ਹੋ, ਜਿਹੜੇ ਜਾਤ ਦਾ ਤਾਂ ਕੋਈ ਚੱਕਰ ਹੀ ਨਹੀਂ, ਜਿੱਥੇ ਵੀ ਰਿਸ਼ਤੇ ਹੋ ਗਏ ਉਹ ਨਿਭਣ ਵੀ, ਇਹ ਵੀ ਨਾਲ ਗੱਲ ਹੈ, ਉਹ ਨਿਭਣ ਵੀ ਗੁਰਸਿੱਖੀ ਦੇ ਰਿਸ਼ਤੇ ਦੇ ਉੱਤੇ, ਗੁਰਸਿੱਖੀ ਦੇ ਪਿਆਰ ਸਤਿਕਾਰ ਇਤਫਾਕ ਦੇ ਵਿੱਚ, ਉਹ ਵੀ ਜ਼ਰੂਰੀ ਸੀ ਨਾ, ਇਕੱਲੇ ਰਿਸ਼ਤੇ ਹੋਣੇ ਨਹੀਂ ਜ਼ਰੂਰੀ, ਪਰ ਬੜਾ ਵੈਲਿਡ ਪੁਆਇੰਟ ਹੈ ਭੈਣ ਜੀ ਤੁਹਾਡਾ, ਇੱਥੇ ਵੀ ਹੱਥ ਖੜਾ ਸੀ ਜੀ, ਜੀ ਹਾਂ, ਦੋ ਨੇ ਇੱਥੇ, ਉੱਧਰ ਵੀ ਕੁਛ ਬੋਲ ਦਿਉ, ਉੱਧਰ ਵੀ ਨੇ ਬਾਅਦ 'ਚ, ਠੀਕ ਹੈ, ਆਪਾਂ ਰੈਪਅਪ ਹੀ ਕਰ ਰਹੇ ਹਾਂ ਹੁਣ, ਤਾਂ ਆਪਾਂ ਬਸ ਵਿਚਾਰ ਨੂੰ ਅਖੀਰ ਦੇ ਵਿੱਚ ਤੋਂ ਆਪਾਂ ਸ਼ੁਰੂ ਕੀਤੀ ਸੀ ਨਾ ਪੌੜੀ, ਉਹ ਕਰਕੇ ਫਿਰ ਆਪਣਾ ਸਮਾਪਤੀ ਕਰ ਦਿੰਦੇ ਹਾਂ। ਮੰਗਣ ਮੰਗ ਤਾਂ ਇੱਕ ਹੈ ਮੰਗ, ਅਗਰ ਅਸੀਂ ਕੁਛ ਮੰਗਣਾ ਹੀ ਹੈ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਆਪ ਹੀ ਮੰਗ ਲਈਏ, ਉਹਦੇ ਵਿੱਚ ਹੀ ਸਭ ਕੁਛ ਆ ਜਾਏਗਾ। ਅੱਛਾ, ਇਹ ਤੁਸੀਂ ਭਾਈ ਮਰਦਾਨਾ ਜੀ ਦੀਆਂ ਸਾਰੀ ਚੋ, ਠੀਕ ਹੈ। ਹਾਂਜੀ, ਜਿਸ ਤਰ੍ਹਾਂ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਰਿਸ਼ਤਾ ਸੀ, ਭਾਈ ਮਰਦਾਨਾ ਜੀ ਵੱਡੇ ਸਨ 10 ਸਾਲ, ਫਿਰ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਛੋਟੇ ਹੋ ਕਿ ਤੁਸੀਂ ਮੈਨੂੰ ਸਲਾਹ ਕਿਉਂ ਦੇ ਰਹੇ ਹੋ। ਅੱਜ ਕੱਲ੍ਹ ਦੀ ਲਾਈਫ 'ਚ ਇਹ ਬਹੁਤ ਹੈਗਾ, ਅਤੇ ਅਸੀਂ ਇਹ ਸਿੱਖ ਸਕਦੇ ਹਾਂ ਵੀ ਅਸੀਂ ਹਮੇਸ਼ਾ ਸਿੱਖਣਾ ਹੈ, ਮਤਲਬ ਕਿ ਪੇਰੈਂਟਸ ਨੂੰ ਬੱਚੇ ਵੀ ਸਿਖਾ ਸਕਦੇ ਨੇ, ਇੱਦਾਂ ਕਹਿ ਲਓ ਸਿੱਧੇ ਤਰੀਕੇ ਨਾਲ, ਹਾਂ ਹੋ ਸਕਦਾ ਨਾ, ਹੋ ਸਕਦਾ, ਥੋੜ੍ਹਾ ਜਿਹਾ ਖੋਲ੍ਹੀ ਆਪਣੇ ਆਪ ਨੂੰ, ਇੱਕ ਸਮਾਂ ਆਉਂਦਾ ਜਿਸ ਤੋਂ ਬਾਅਦ ਬੱਚੇ ਬੱਚੇ ਨਹੀਂ ਰਹਿੰਦੇ ਅਤੇ ਪੇਰੈਂਟਸ ਨਹੀਂ ਰਹਿੰਦੇ, ਉਹ ਰਿਸ਼ਤਾ ਤਾਂ ਇੱਕ ਦੁਨਿਆਵੀ ਬਣਿਆ ਰਹਿੰਦਾ, ਕਹਿੰਦੇ ਉਸ ਸਮੇਂ ਤੋਂ ਬਾਅਦ ਤਕਰੀਬਨ 15 ਸਾਲ ਤੋਂ ਬਾਅਦ ਜਿਹੜਾ ਬੱਚਾ ਹੈ ਉਹ ਮਿੱਤਰ ਜੇ ਤੁਸੀਂ ਬਣਾ ਲਓਗੇ ਨਾ ਆਪਣਾ ਪੇਰੈਂਟਸ ਲਈ ਹੈ, ਤਾਂ ਫਿਰ ਉਹ ਜਿਹੜਾ ਜਨਰੇਸ਼ਨ ਗੈਪ ਕਹਿ ਦਿੰਦੇ ਨੇ, ਜਾਂ ਮੇਰਾ ਬੱਚਾ ਮੇਰੇ ਨਾਲ ਗੱਲ ਨਹੀਂ ਕਰਦਾ, ਜਾਂ ਇਹ ਬਾਹਰਦਿਆਂ ਨਾਲ ਫਿਰਦਾ, ਸਾਡੇ 'ਚ ਘਰ 'ਚ ਪਿਆਰ ਨਹੀਂ ਰਿਹਾ, ਉਹ ਨਹੀਂ ਹੋਏਗਾ, ਕਿਉਂਕਿ ਘਰੋਂ ਹੀ ਦੋਸਤ ਲੱਭਗੇ, ਘਰੋਂ ਦੋਸਤ ਲੱਭ ਜਾਣਗੇ, ਪਰ ਥੋੜ੍ਹਾ ਜਿਹਾ ਪੇਰੈਂਟਸ ਉੱਥੇ ਐਫਰਟ ਕਰਨਾ ਪਏਗਾ, ਜਿੰਨੇ ਕੁ ਵੀ ਪੇਰੈਂਟਸ ਬੈਠੇ ਨੇ
ਕਿ ਉਸ ਉਮਰ ਤੋਂ ਬਾਅਦ ਪਹਿਲਾਂ ਹੀ ਤਿਆਰੀ ਉਹਦੀ ਸ਼ੁਰੂ ਕਰ ਦਿਓ, ਉਹਨੂੰ ਕਹੋ ਹੁਣ ਤੇਰਾ ਕੱਦ ਮੇਰੇ ਜਿੱਡਾ ਹੋ ਗਿਆ, ਹੁਣ ਆਪਾਂ ਵੀ ਆ ਫਰੈਂਡਸ ਦਾ, ਕਿ ਖੁੱਲ੍ਹ ਕੇ ਮੈਨੂੰ ਮਾਫ਼ ਕਰ ਦੇਣਾ, ਮੈਨੂੰ ਕੈਂਪ 'ਤੇ ਜਦੋਂ ਮੇਰਾ ਇੱਥੇ ਐਕਸਪੀਰੀਅੰਸ ਹੋਇਆ ਸੀ ਯੂਥ ਨਾਲ ਕੁਛ ਮਹੀਨੇ ਹੀ ਪਹਿਲਾਂ, ਇੱਕ ਚੀਜ਼ ਮੈਂ ਇੱਥੇ ਫੀਲ ਕੀਤੀ ਸੀ ਕਿ ਇੱਥੇ ਪੇਰੈਂਟਸ ਗੱਲ ਨਹੀਂ ਸੁਣਦੇ, ਮੇਰਾ ਫਰਜ਼ ਹੈ ਖੁੱਲ੍ਹ ਕੇ ਗੱਲ ਕਰਨੀ, ਜੇ ਉਹ 'ਚ ਸੁਧਾਰ ਹੋ ਸਕੇ ਤਾਂ ਮੈਂ ਕਰ ਵੀ ਦੇਣੀ ਹੈ, ਮੰਨਣੀ ਕਿ ਨਹੀਂ ਤੁਹਾਡੀ ਮਰਜ਼ੀ। ਮੈਨੂੰ ਇਹ ਕਾਫ਼ੀ ਇਸ ਚੀਜ਼ ਦਾ ਮਤਲਬ ਇਹ ਫੀਡਬੈਕ ਮਿਲੀ ਬੱਚਿਆਂ ਤੋਂ, ਬੱਚੇ ਵੀ ਕੋਈ ਇੱਦਾਂ ਬੱਚੇ ਨਹੀਂ ਸੀ ਵੀ ਬਈ ਕੋਈ ਉੱਥੇ ਵੀ ਪੰਜਵੀਂ ਛੇਵੀਂ 'ਚ ਬੱਚੇ ਨੇ, ਉੱਥੇ ਸਾਰੇ 17 ਪਲੱਸ ਸੀਗੇ ਮੇਰਾ ਖਿਆਲ, ਕੋਈ ਵੀ ਜਿਹੜੀ ਉਹਨਾਂ ਨੇ ਮੇਰੇ ਨਾਲ ਆਪਣੀਆਂ ਪਰਸਨਲ ਜਿਹੜੇ ਗੱਲਾਂ ਸ਼ੇਅਰ ਕੀਤੀਆਂ ਜਾਂ ਪ੍ਰੋਬਲਮਸ ਸ਼ੇਅਰ ਕੀਤੀਆਂ, ਤਾਂ ਮੈਂ ਉਹਨਾਂ ਨੂੰ ਪਹਿਲੀ ਇਹ ਗੱਲ ਕਹੀ ਵੀ ਜਿਹੜੀ ਇਹ ਪ੍ਰੋਬਲਮ ਹੈ ਇਹ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ, ਕਿਉਂਕਿ ਤੁਹਾਡੇ ਪੇਰੈਂਟਸ ਕੋਲ ਇਹਦਾ ਇਲਾਜ ਹੈਗਾ। ਬੜੀਆਂ ਬੇਸਿਕ ਗੱਲਾਂ ਸੀ, ਕਹਿੰਦੇ ਜੇ ਉਹ ਕਰਦੇ ਹੁੰਦੇ ਜਾਂ ਉਹ ਸੁਣਦੇ ਹੁੰਦੇ ਤਾਂ ਸਾਨੂੰ ਲੋੜ ਨਹੀਂ ਸੀ ਪੈਣੀ ਤੁਹਾਡੇ ਨਾਲ ਗੱਲ ਕਰਨ ਦੀ। ਤਾਂ ਮੈਨੂੰ ਲੱਗਿਆ ਕਿ ਇਟਸ ਵੈਰੀ ਸੈਡ ਕਿ ਪਹਿਲੀ ਗੱਲ ਅਸੀਂ ਸਮਾਂ ਨਹੀਂ ਹੈ ਸਾਡੇ ਕੋਲ, ਜੇ ਸਮਾਂ ਵੀ ਹੈ ਤਾਂ ਅਸੀਂ ਕਹਿੰਦੇ ਚੁੱਪ ਕਰਕੇ ਬਹਿ ਜਾ, ਤੈਨੂੰ ਕੀ ਪਤਾ, ਮੈਂ ਪਿਓ ਤੇਰਾ, ਮੈਂ ਮਾਂ ਤੇਰੀ। ਫਿਰ ਜਦੋਂ ਬਾਗੀ ਹੋ ਜਾਂਦੇ ਨੇ ਫਿਰ ਅਸੀਂ ਕਹਿੰਦੇ ਹਾਂ ਲੈ ਇਹ ਕਿੱਦਾਂ ਦੇ ਕਿੱਦਾਂ ਦੀ ਔਲਾਦ ਨਿਕਲੀ ਸਾਡੀ। ਥੋੜ੍ਹਾ ਜਿਹਾ ਆਪਾਂ ਉਹਨਾਂ ਦੀ ਗੱਲ ਸੁਣੀਏ, ਸਾਨੂੰ ਨਹੀਂ ਵੀ ਚੰਗੀ ਲੱਗਦੀ, ਹੋ ਸਕਦਾ ਅਸੀਂ ਐਗਰੀ ਨਾ ਕਰੀਏ, ਹੋ ਸਕਦਾ ਸਾਨੂੰ ਚੰਗਾ ਨਾ ਲੱਗਦਾ ਹੋਏ ਉਹ ਬੱਚੇ ਜੋ ਕਹਿ ਰਹੇ ਨੇ, ਥੋੜ੍ਹਾ ਜਿਹਾ ਠੰਡਾ ਜਿਹਾ ਸਾਹ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਕਿ ਬੱਚਾ ਕਿਹੜੇ ਐਂਗਲ ਤੋਂ ਮੇਰੇ ਨਾਲ ਇਹ ਗੱਲ ਕਰ ਰਿਹਾ ਹੋਏਗਾ, ਇਹਦੀ ਬੈਕਗਰਾਊਂਡ ਕੀ ਹੈ, ਇੱਥੇ ਤੱਕ ਪਹੁੰਚਿਆ ਕਿਵੇਂ, ਉਸਨੂੰ ਅੰਡਰਸਟੈਂਡ ਕਰੀਏ। ਜਦੋਂ ਸਾਰਾ ਮਾਮਲਾ ਕੋਈ ਵੀ ਗੱਲ ਹੋ ਸਕਦੀ ਹੈ ਥੋੜ੍ਹੀ ਜਿਹੀ ਹਾਂ ਝੱਗ ਜੀ ਬਹਿ ਜਾਵੇ, ਫਿਰ ਉਸ ਚੀਜ਼ ਨੂੰ ਦੁਬਾਰਾ ਛੇੜੋ ਔਰ ਦੇਖੋ ਉਹਦਾ ਹੱਲ ਕੀ ਆਪਾਂ ਮਿਊਚੁਅਲੀ ਲੱਭ ਸਕਦੇ ਹਾਂ, ਬਜਾਏ ਕਿ ਇਹ ਕਹਿੰਦੇ ਵੀ ਮੇਰੇ ਨਾਲ ਤੂੰ ਇਹ ਗੱਲ ਹੀ ਨਾ ਕਰ, ਉਹਨੂੰ ਬਿਲਕੁਲ ਸ਼ਨ ਕਰ ਦੇਣਾ ਉਸ ਚੀਜ਼ ਨੂੰ, ਅਤੇ ਫਿਰ ਬੱਚਿਆਂ ਨੂੰ ਆਪਾਂ ਬਲੇਮ ਨਹੀਂ ਕਰ ਪਾਵਾਂਗੇ, ਲੋੜ ਨਹੀਂ ਆਪਾਂ ਨੂੰ, ਆਪਾਂ ਉਹਨਾਂ ਨੂੰ ਨਹੀਂ ਕਹਾਂਗੇ ਤੁਸੀਂ ਗਲਤ ਕਰ ਰਹੇ ਹੋ, ਸਾਡਾ ਵਿੱਚ ਰੋਲ ਹੈਗਾ ਕਿਤੇ। ਔਰ ਮੈਂ ਬੱਚਿਆਂ ਨੂੰ ਵੀ ਇਨਕਰੇਜ ਕਰਦੀ, ਵੈਲ ਦੋਜ਼ ਯੂ ਆਰ ਨੋਟ ਪੇਰੈਂਟਸ, ਜਿਹੜੇ ਪੇਰੈਂਟਸ ਨਹੀਂ ਹੈਗੇ ਹਾਲੇ ਨੈਚੁਰਲੀ, ਤੁਸੀਂ ਬੱਚੇ ਹੀ ਹੋ ਕਿਸੇ ਨਾ ਕਿਸੇ ਦੇ, ਤੁਸੀਂ ਬੱਚੇ ਰਹਿਣਾ ਹਮੇਸ਼ਾ ਆਪਾਂ ਸਾਰਿਆਂ ਨੇ, ਪਰ ਤੁਹਾਡਾ ਹਾਲੇ ਜਿਹੜਾ ਫਸਟ ਰਿਲੇਸ਼ਨ ਆ ਤੁਹਾਡੇ ਮੰਮ ਜਾਂ ਡੈਡ ਨਾਲ ਹੈ, ਤਾਂ ਤੁਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਉਹ ਨਹੀਂ ਵੀ ਸੁਣ ਰਹੇ ਨਾ ਤਾਂ ਪਹਿਲੀ ਵਾਰੀ ਉਹਨਾਂ ਨਾਲ ਹੀ ਗੱਲ ਕਰਨੀ ਹੈ, ਇੱਕ ਵਾਰੀ ਚਾਂਸ ਦਿਓ ਉਹਨਾਂ ਨੂੰ, ਫਿਰ ਐਟਲੀਸਟ ਜਿਹੜੇ ਇੱਥੇ ਰੂਮ 'ਚ ਬੈਠੇ ਆ ਤੁਹਾਨੂੰ ਪਤਾ ਤੁਹਾਡੇ ਬੱਚੇ ਕਿਹੜੇ, ਤੁਹਾਡੇ ਪੇਰੈਂਟਸ ਕਿਹੜੇ ਆ, ਜਾਂ ਸੁਣ ਵੀ ਰਹੇ ਹੋਣਗੇ ਕਿਤੇ, ਜਾਂ ਤੁਸੀਂ ਜਾ ਕੇ ਦੱਸੋਗੇ, ਇੱਕ ਚਾਂਸ ਜ਼ਰੂਰ ਦਿਓ ਇੱਕ ਦੂਸਰੇ ਨੂੰ, ਫਿਰ ਜੇ ਨਹੀਂ ਗੱਲ ਬਣਦੀ ਫਿਰ ਦੇਖਦੇ ਅੱਗੇ ਕੀ ਕਰਨਾ, ਪਰ ਇੱਕ ਚਾਂਸ ਜ਼ਰੂਰ ਦਿਓ। ਇੱਕ ਉਸ ਤਰ੍ਹਾਂ ਦਾ ਰਿਸ਼ਤਾ ਹੋਏ ਕਿ ਸਾਨੂੰ ਬਾਹਰ ਜਾ ਕੇ ਦੋਸਤ ਨਾ ਬੋਲੇ, ਉਹ ਤਾਂ ਤੁਸੀਂ ਹੈ ਹੀ ਹੋ ਗੁਰਸਿੱਖਾਂ ਵਾਲਾ ਰਿਸ਼ਤਾ ਹੈਗਾ ਸਾਡਾ, ਪਰ ਪੇਰੈਂਟਸ ਦੇ ਨਾਲ ਜਦੋਂ ਹੋਏਗਾ ਨਾ ਘਰ 'ਚ ਇੱਕ ਬੜਾ ਹੀ ਅੱਛਾ ਪੀਸਫੁਲ ਮਾਹੌਲ ਬਣ ਜਾਏਗਾ, ਉਹ ਕੋਸ਼ਿਸ਼ ਆਪਾਂ ਕਰਨੀ ਹੈਗੀ। ਹਾਂਜੀ, ਕਿਸੇ ਹੋਰ ਦਾ ਖਤ ਖੜਾ ਸੀ ਉੱਥੇ ਪਿੱਛੇ ਵੀਰ ਜੀ ਸੀਗਾ। ਹਾਂਜੀ, ਇੱਕ ਅੱਜ ਦੇ ਵਿਚਾਰ ਦੇ ਵਿੱਚ ਇੱਕ ਗੱਲ ਸਿੱਖਣ ਨੂੰ ਮਿਲੀ ਹੈ ਕਿ ਜਿਸ ਤਰ੍ਹਾਂ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਹਰ ਗੱਲ ਨੂੰ ਸੱਤ ਵਚਨ ਕਰਕੇ ਮੰਨਿਆ, ਇਹ ਕੋਈ ਕੁਐਸਚਨ ਮਾਰਕ ਨਹੀਂ ਲਗਾਇਆ ਕਿ ਨਹੀਂ ਅਗਰ ਇੱਦਾਂ ਕਰਾਂਗੇ ਤਾਂ ਇਹ ਹੋ ਜਾਏਗਾ ਜਾਂ ਉਹ ਹੋ ਜਾਏਗਾ, ਕੋਈ ਚਿੰਤਾ ਨਹੀਂ, ਕੋਈ ਕੁਛ ਨਹੀਂ, ਸਿੰਪਲੀ ਕਿਹਾ ਤਾ ਜੀ ਤੁਸੀਂ ਜੋ ਵੀ ਕਿਹਾ ਜੋ ਹੁਕਮ ਸੱਤ ਵਚਨ ਉਦਾਂ ਹੀ ਮੰਨਿਆ। ਅਤੇ ਸਾਨੂੰ ਵੀ ਲੱਗਦਾ ਅਪਲਾਈ ਕਰ ਸਕਦੇ ਹਾਂ ਆਪਣੀ ਲਾਈਫ ਦੇ ਵਿੱਚ, ਸਾਨੂੰ ਵੀ ਅਪਲਾਈ ਕਰਨੀ ਚਾਹੀਦੀ ਕਿਉਂਕਿ ਅਗਰ ਗੁਰੂ ਸਾਹਿਬ ਸਾਨੂੰ ਕੋਈ ਆਪਣੇ ਜੀਵਨ ਦੇ ਵਿੱਚ ਵਿਚਰਨ ਦੇ ਲਈ ਕੋਈ ਸਮੱਤ ਦੇ ਰਹੇ ਨੇ, ਕੋਈ ਗੁਰਮਤ ਦੀ ਗੱਲ ਸਮਝਾ ਰਹੇ ਨੇ, ਅਤੇ ਇਹੀ ਵੀ ਬਿਨਾਂ ਕੋਈ ਕੁਐਸਚਨ ਮਾਰਕ ਤੋਂ ਮੰਨ ਸਕੀਏ ਤਾਂ ਜ਼ਿਆਦਾ ਵਧੀਆ। ਇੱਥੇ ਮੈਨੂੰ ਇੱਕ ਫੁਰਨ ਆ ਰਿਹਾ ਕਿ ਆਪਾਂ ਸਾਰੇ ਬੈਠੇ ਹਾਂ ਨਾ, ਇੱਕ ਚੀਜ਼ ਲੈ ਲਈ ਹੈ ਕਿ ਆਹ ਮੈਨੂੰ ਪਤਾ ਮੇਰੇ ਗੁਰੂ ਨੇ ਮੈਨੂੰ ਕਿਹਾ ਮੰਨਣ ਨੂੰ, ਪਰ ਮੈਂ ਮੰਨ ਨਹੀਂ ਰਹੀ, ਪਰ ਮੈਂ ਮੰਨਣੀ ਆ ਇਸ ਤੋਂ ਬਾਅਦ ਕਿਉਂਕਿ ਭਾਈ ਮਰਦਾਨਾ ਜੀ ਨੇ ਮੰਨ ਕੇ ਦਿਖਾਇਆ, ਫਿਰ ਤਾਂ ਗੱਲ ਬਣੇਗੀ। ਆਪਾਂ ਐਵੇਂ ਨਹੀਂ ਕਹਿ ਸਕਦੇ ਸਾਨੂੰ ਕਰਨਾ ਚਾਹੀਦਾ ਜਾਂ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ ਆਪਾਂ ਐਵੇਂ ਕਰੀਏ, ਇੱਕ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਪਤਾ ਮੇਰੀ ਲਾਈਫ 'ਚ ਆਹ ਕਮੀ ਹੈ, ਤਾਂ ਅੱਜ ਜੇ ਮੈਨੂੰ ਅਸੀਸਾਂ ਮਿਲ ਜਾਣ ਇੱਥੋਂ ਗੁਰਦਰਬਾਰ 'ਚੋਂ, ਤਾਂ ਮੈਂ ਅੱਜ ਤੋਂ ਹੀ ਉਹ ਪਲੈਜ ਕਰ ਰਹੀ ਹਾਂ ਕਿ ਮੈਂ ਸੱਤ ਵਚਨ ਕਰ ਦੇਣਾ।
ਫਿਰ ਗੱਲ ਬਣੇਗੀ। ਇੱਦਾਂ ਦੀ ਮੈਂਟੈਲਿਟੀ ਆਪਾਂ ਰੱਖਣੀ ਹੈ, ਠੀਕ ਹੈ ਜੀ, ਇਹ ਕੋਸ਼ਿਸ਼ ਕਰਨੀ ਆਪਾਂ। ਹੋਰ ਕਿਸੇ ਦਾ ਕੋਈ ਪੁਆਇੰਟ? ਓਕੇ ਠੀਕ ਹੈ, ਆਪਾਂ ਫਿਰ ਰੈਪ ਇਹਨੂੰ ਕਰਦੇ ਹਾਂ। ਇਹਦੇ 'ਚੋਂ ਕਾਫੀ ਕੁਛ ਸਾਡੇ ਸਾਹਮਣੇ ਆ ਜਾਂਦਾ ਹੈ। ਸਾਨੂੰ ਬਾਣੀ ਵੀ ਦਿੱਤੀ, ਬਾਣਾ ਵੀ ਦਿੱਤਾ, ਸੇਵਾ ਵੀ ਦਿੱਤੀ, ਘਾਲ ਕਮਾਈ ਕਿੱਦਾਂ ਕਰਨੀ ਹੈ ਇਹ ਸਾਨੂੰ ਕਰਕੇ ਦਿਖਾਈ। ਬੇਬੇ ਨਾਨਕੀ ਜੀ ਨੇ ਵੀ ਕਰਕੇ ਦਿਖਾਈ। ਜਦੋਂ ਬੇਬੇ ਨਾਨਕੀ ਜੀ ਨੂੰ ਕਹਿੰਦੇ ਵੀ ਜਿਹੜੇ ਜੈਰਾਮ ਜੀ ਸੀਗੇ ਉਹਨਾਂ ਦੇ ਪਤੀ ਦੇ, ਉਹਨਾਂ ਦੇ ਹਸਬੈਂਡ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਪਿਆਰ ਇਨ ਦਾ ਸੈਂਸ ਕਿ ਇੱਕ ਦੁਨਿਆਵੀ ਰਿਸ਼ਤਾ ਹੁੰਦਾ ਨਾ, ਹਸਬੈਂਡ ਵਾਈਫ ਦਾ, ਇੱਕ ਕਪਲ ਦਾ ਹੁੰਦਾ, ਕੁਛ ਇਲਾਹੀ ਉਹਦੇ 'ਚ ਚੀਜ਼ਾਂ ਸਨ। ਇਲਾਹੀ ਇਨ ਦਾ ਸੈਂਸ ਵੀ ਉਹਨਾਂ ਨੂੰ ਸਿਰਫ ਬੇਬੇ ਨਾਨਕੀ ਆਪਣੀ ਵਾਈਫ ਦੇ ਪੱਖੋਂ ਨਹੀਂ ਦੇਖਦੇ ਸੀਗੇ, ਕੁਛ ਹੋਰ ਸੀ। ਉਹ ਕੀ ਸੀ ਐਲੀਮੈਂਟ ਉਹ ਨਾ, ਮੈਂ ਕੋਸ਼ਿਸ਼ ਕਰਨੀ ਹੈ, ਮੈਂ ਉਹਦੀ ਫੋਟੋ ਖਿੱਚੀ ਸੀ ਕਿਤੇ ਪੜ੍ਹਦੇ, ਉਹ ਮੈਨੂੰ ਜੇ ਲੱਭ ਜਾਵੇ ਤਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਵਾਂ। ਮੈਨੂੰ ਮੁਸ਼ਕਲ ਲੱਗਦਾ ਕਿ ਹੁਣ ਲੱਭਣਾ ਕਿ ਨਹੀਂ, ਪਰ ਤੁਸੀਂ ਮੈਨੂੰ ਉਹਨਾਂ ਜਿਕਰ ਸੋਚ ਕੇ ਦੱਸੋ ਕਿ ਉਹ ਕਿਹੜਾ ਐਲੀਮੈਂਟ ਸੀ, ਕਿਸ ਕਰਕੇ ਸੱਚੇ ਪਾਤਸ਼ਾਹ ਦਾ, ਸੱਚੇ ਪਾਤਸ਼ਾਹ ਦੇ ਜਿਹੜਾ ਬੇਬੇ ਨਾਨਕੀ ਜੀ ਸੀਗੇ ਉਹਨਾਂ ਦੇ ਭੈਣ ਜੀ, ਉਹ ਕਨੈਕਸ਼ਨ ਕਿਉਂ ਸੀਗਾ। ਹਾਂ, ਰੂਹਾਨੀਅਤ ਦਾ ਸੀ, ਪਰ ਉਹਦੇ 'ਚ ਕਿਹੜਾ ਕਰੈਕਟਰ ਸੀ, ਕਿਹਦੇ ਕਰਕੇ ਸੀ ਉਹ? ਹਾਂਜੀ, ਨਹੀਂ ਮਤਲਬ ਇੱਕ ਜੋੜਦੀ ਕਿਹੜੀ ਚੀਜ਼ ਪਈ ਸੀ ਉਹਨਾਂ ਨੂੰ? ਹਾਂ ਹਾਂ, ਅੱਛਾ ਭੈਣ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭੈਣ ਹੋਣ ਕਰਕੇ ਇੱਕ ਵੱਖਰਾ ਐਲੀਮੈਂਟ ਸੀ ਉਹਦੇ ਦੇ ਵਿੱਚ ਇੱਕ। ਹਾਂਜੀ, ਥੋੜ੍ਹੇ ਦਿਨ ਪਹਿਲਾਂ ਕਥਾ ਦੇ ਵਿੱਚ ਇੱਕ ਗੱਲ ਸੁਣਾ ਰਹੇ ਸਨ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਕਿਹਾ ਕਹਿੰਦੇ ਜਦੋਂ ਜਿਹੜੇ ਭਾਈ ਜੈ ਰਾਮ ਜੀ ਸੀ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਆਉਂਦਾ, ਪਰ ਉਹ ਬੜੇ ਨਾ ਪ੍ਰੇਮ ਦੇ ਨਾਲ ਹਮੇਸ਼ਾ ਗੱਲ ਕਰਦੇ ਸੀ, ਅਤੇ ਉਹਨਾਂ ਨੇ ਇੱਕ ਵਾਰ ਉਹਨਾਂ ਨੂੰ ਬੈਰਾਗ ਆਇਆ ਅਤੇ ਆ ਕੇ ਬੇਬੇ ਨਾਨਕੀ ਜੀ ਨੂੰ ਕਹਿੰਦੇ ਨੇ, ਬੇਬੇ ਨਾਨਕੀ ਤੇਰਾ ਭਰਾ ਧੰਨ ਹੈ ਔਰ ਤੂੰ ਵੀ ਧੰਨ ਹੈ ਕਿਉਂਕਿ ਤੂੰ ਉਹਦੀ ਭੈਣ ਹੈ ਅਤੇ ਥੋੜ੍ਹੇ ਥੋੜ੍ਹੇ ਅਸੀਂ ਵੀ ਧੰਨ ਹਾਂ ਕਿਉਂਕਿ ਸਾਡਾ ਤੇਰੇ ਨਾਲ ਰਿਸ਼ਤਾ ਹੋਇਆ। ਹਾਂ, ਤੁਸੀਂ ਮੇਰੀ ਕੋਟ ਬੋਲਤੀ, ਥੈਂਕ ਯੂ, ਇਹੀ ਸੀ ਉਹ ਲੱਭ ਗਏ ਮੈਨੂੰ। ਐਵੇਂ ਹੀ ਲਿਖਿਆ ਉਹ ਕਹਿੰਦੇ ਵੀ ਭਾਈ ਜੈਰਾਮ ਜੀ ਬੇਬੇ ਨਾਨਕੀ ਜੀ ਦਾ ਇਤਨਾ ਆਦਰ ਕਰਦੇ ਸਨ ਕਿ ਸੁਪਤਨੀ ਹੁੰਦਿਆਂ ਕਿਤਨੀ ਉੱਚੀ ਥਾਂ ਆਪਣੇ ਹਿਰਦੇ ਵਿੱਚ ਦਿੰਦੇ ਸਨ। ਇੱਥੋਂ ਇੱਕ ਲੈਸਨ ਸਾਨੂੰ ਮਿਲ ਗਿਆ ਵੀ ਆਪਾਂ ਐਜ਼ ਏ ਕਪਲ ਕਿੱਦਾਂ ਵਿਚਰਨਾ, ਕਿ ਜ਼ਰੂਰੀ ਨਹੀਂ ਕਿ ਹਸਬੈਂਡ ਨੇ ਸਿਰਫ ਔਡਰ ਹੀ ਦੇਣਾ ਕਿ ਪਾਣੀ ਦਾ ਗਲਾਸ ਆਏ ਤਾਂ ਪਾਣੀ ਦਾ ਗਲਾਸ ਚੁੱਕਿਆ ਜਾਏ, ਦੋਨੋਂ ਪਾਸੇ ਹੀ ਵਾਈਫ ਨੇ ਵੀ ਔਡਰ ਨਹੀਂ ਦੇਣਾ ਇਕੱਲਾ, ਇੱਕ ਉਹਦੇ ਨਾਲ ਇੱਕ ਸਤਿਕਾਰ ਦਾ ਰਿਸ਼ਤਾ ਹੋਏ। ਸਤਿਕਾਰ ਜਿਹੜਾ ਕੰਮ ਕਾਰ ਕਰ ਰਹੇ ਉਹ ਤਾਂ ਕਰਨਾ ਹੀ ਆਪਾਂ ਸਾਰਿਆਂ ਨੇ, ਪਰ ਇੱਕ ਜਦੋਂ ਸਤਿਕਾਰ ਦਾ ਰਿਸ਼ਤਾ ਹੋਏਗਾ ਨਾ ਇੱਕ ਬੋਲ ਬਾਣੀ ਦੇ ਵਿੱਚ ਵੀ, ਤਾਂ ਆਹ ਕੋਰਟ ਤੋਂ ਪਤਾ ਲੱਗ ਜਾਏਗਾ ਉਹਨਾਂ ਦੀ ਬੋਲੀ ਉਸ ਸੈਂਚਰੀ ਦੇ ਵਿੱਚ ਕਿੱਦਾਂ ਦੀ ਸੀ ਅਤੇ ਸਾਡੀ ਕਿੱਦਾਂ ਦੀ ਹੈ ਅੱਜ। ਤਾਂ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਇੰਨਾ ਉੱਚਾ ਥਾਂ ਸੀ ਕਿ ਉਹਨਾਂ ਦੇ ਬਚਨਾਂ ਤੋਂ ਪ੍ਰਗਟ ਹੁੰਦਾ ਹੈ ਜੋ ਉਹਨਾਂ ਨੇ ਇੱਕ ਵਾਰੀ ਕਹੇ ਸਨ। ਇਹ ਯਾਦ ਰਹੇ ਕਿ ਇਹ ਸ਼ਬਦ ਇੱਕ ਪਤੀ ਆਪਣੇ ਪਤਨੀ ਨੂੰ ਕਹਿ ਰਿਹਾ ਹੈ, ਇਹ ਵੀ ਲਿਖਿਆ ਸਾਖੀਕਾਰਾਂ ਨੇ। ਇਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਬੁੱਕ ਹੈਗੀ ਹੈ, ਉਹਦੇ 'ਚ ਲਿਖਿਆ, ਕਿਉਂਕਿ ਇੱਦਾਂ ਕਹਿੰਦਾ ਨਹੀਂ ਨਾ ਕੋਈ, ਤਾਂ ਕਰਕੇ ਭਾਈ ਜੈਰਾਮ ਜੀ ਨੂੰ ਉੱਥੇ ਹਾਈਲਾਈਟ ਕੀਤਾ। ਤਾਂ ਕਹਿੰਦੇ ਨੇ ਵੀ ਜੈਰਾਮ ਜੀ ਦੇ ਸ਼ਬਦ ਹਨ, ਵੈਸੇ ਭੈਣ ਜੀ ਨੇ ਬੋਲਤੇ ਪਰ ਫਿਰ ਵੀ ਮੇਰੇ ਜੀ ਕਰਦਾ, ਮੈਂ ਪੜ੍ਹ ਕੇ ਸੁਣਾ ਦਵਾਂ। ਕਹਿੰਦੇ, ਬਹੂ ਜੀ ਤੂੰ ਨਾਨਕ ਦੀ ਭੈਣ ਹੈ, ਤੈਨੂੰ ਵੀ ਇਸ ਦਾ ਕੋਈ ਅਸਰ ਹੈ ਅਤੇ ਅਸੀਂ ਐਵੇਂ ਭਰਮ ਵਿੱਚ ਭਟਕਦੇ ਹਾਂ, ਧੰਨ ਪਰਮੇਸ਼ਰ ਜੀ ਹੈ। ਕਹਿੰਦੇ ਐਵੇਂ ਨਹੀਂ ਅਸੀਂ ਮਤਲਬ ਭਰਮ 'ਚ ਨਾ ਰਹੀਏ ਕਿ ਤੂੰ ਕੋਈ ਆਮ ਹੈ, ਤੂੰ ਨਾਨਕ ਦੀ ਭੈਣ ਹੈ। ਕਹਿੰਦੇ, ਧੰਨ ਪਰਮੇਸ਼ਰ ਜੀ ਹੈ, ਧੰਨ ਨਾਨਕ ਜੀ ਹੈ ਅਤੇ ਤੂੰ ਵੀ ਧੰਨ ਹੈ ਜੋ ਇਸ ਦੀ ਭੈਣ ਹੈ।
ਅਤੇ ਥੋੜ੍ਹੇ ਥੋੜ੍ਹੇ ਅਸੀਂ ਵੀ ਧੰਨ ਹਾਂ ਜੋ ਤੇਰੇ ਨਾਲ ਸਾਡਾ ਸੰਯੋਗ ਹੈ ਨਾ। ਅਤੇ ਮੈਨੂੰ ਲੱਗਦਾ ਜੇ ਅਸੀਂ ਇਹ ਵੀ ਕਹਿ ਦਈਏ ਥੋੜ੍ਹਾ ਜਿਹਾ ਕਿ ਥੋੜ੍ਹੇ ਥੋੜ੍ਹੇ ਅਸੀਂ ਵੀ ਧੰਨ ਹਾਂ ਕਿ ਜੋ ਸਾਨੂੰ ਗੁਰੂ ਨਾਨਕ ਨੇ ਆਪਣੀ ਗੋਦ ਦਿੱਤੀ, ਕਿ ਅਸੀਂ ਗੁਰੂ ਨਾਨਕ ਦਾ ਨਾਂ ਤਾਂ ਲੈ ਸਕਦੇ ਹਾਂ, ਕਹਿ ਸਕਦੇ ਹਾਂ ਨਾ, ਥੋੜ੍ਹਾ ਥੋੜ੍ਹਾ ਤਾਂ ਕਹਿ ਸਕਦੇ ਹਾਂ। ਤਾਂ ਭਾਈ ਜੈ ਰਾਮ ਜੀ ਦਾ ਇੰਨਾ ਡੂੰਘਾ ਪਿਆਰ ਕਿ ਜਦੋਂ ਬੇਬੇ ਨਾਨਕੀ ਜੀ ਨੇ ਸਰੀਰ ਵੀ ਛੱਡਿਆ ਤਾਂ ਬੇਬੇ ਨਾਨਕੀ ਜੀ ਨੂੰ ਇਸ ਚੀਜ਼ ਦੀ ਬੋਧ ਸੀ, ਤਾਂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸੱਚੇ ਪਾਤਸ਼ਾਹ ਕੋਲ ਹੋਣ, ਜਦੋਂ ਮੇਰਾ ਸਰੀਰ ਛੱਡਿਆ, ਸਰੀਰ ਸਵਾਸ ਪੂਰੇ ਹੋਣੇ ਨੇ, ਤਾਂ ਗੁਰੂ ਨਾਨਕ ਸਾਹਿਬ ਪਹੁੰਚ ਗਏ ਸੀ। ਤਾਂ ਜਦੋਂ ਉਹਨਾਂ ਦੇ ਹੱਥੀਂ ਉਹਨਾਂ ਦੇ ਸੰਸਕਾਰ ਹੋਏ ਨੇ, ਉਸ ਤੋਂ ਬਾਅਦ ਉਹ ਜਦੋਂ ਉਚਾਲੇ ਵੀ ਪਾਉਣ ਲੱਗੇ ਤਾਂ ਭਾਈ ਜੈ ਰਾਮ ਜੀ ਨੇ ਕਿਹਾ ਵੀ ਮੇਰੀ ਵੀ ਵੇਟ ਕਰ ਲਓ ਹੁਣ, ਬਈ ਬਈ ਰੁਕ ਜਾਓ ਥੋੜ੍ਹਾ ਜਿਹਾ। ਪਤਾ ਤਾਂ ਸੀ ਸੱਚੇ ਪਾਤਸ਼ਾਹ ਨੂੰ ਬਈ ਥੋੜ੍ਹਾ ਸਮਾਂ ਮੇਰੇ ਕੋਲ ਵੀ ਰੁਕ ਜਾਓ, ਮੇਰਾ ਸਮਾਂ ਵੀ ਆਉਣ ਵਾਲਾ। ਔਰ 3 ਦਿਨ ਬਾਅਦ ਭਾਈ ਜੈ ਰਾਮ ਜੀ ਨੇ ਸਰੀਰ ਛੱਡ ਦਿੱਤਾ ਸੀ, 3 ਦਿਨ ਬਾਅਦ। ਸਾਰੀ ਉਮਰ ਉਹਨਾਂ ਨੇ ਸੇਵਾ ਦੇ ਵਿੱਚ ਲਾਈ ਬੇਬੇ ਨਾਨਕੀ ਜੀ ਦੇ ਨਾਲ। ਕਿੱਦਾਂ ਦਾ ਰਿਸ਼ਤਾ ਕਿੱਥੋਂ, ਤਾਂ ਮਤਲਬ ਇੱਕ ਬੜੀ ਪਾਵਰਫੁਲ ਚੀਜ਼ ਹੈ ਕਿ ਅਸੀਂ ਜਿੱਥੇ ਜਿੱਥੇ ਜਾਈਏ, ਜਿਹੜੇ ਜਿਹੜੇ ਰਿਸ਼ਤਿਆਂ ਵਿੱਚ ਅਸੀਂ ਵਿਚਰੀਏ, ਅਸੀਂ ਉਹਨਾਂ ਦੇ ਜੀਵਨ ਨੂੰ ਧੰਨ ਕਰ ਸਕੀਏ। ਉਹ ਤਾਂ ਹੀ ਜੇ ਅਸੀਂ ਧੰਨ ਹੋਵਾਂਗੇ, ਸਾਨੂੰ ਧੰਨ ਕਿੰਨੇ ਬਣਾਉਣਾ, ਗੁਰੂ ਨਾਨਕ ਨੇ, ਔਰ ਅਸੀਂ ਗੁਰੂ ਨਾਨਕ ਦੇ ਹੋ ਸਕੀਏ। ਇੱਕ ਲਾਸਟ ਪੁਆਇੰਟ ਕਿ ਅਸੀਂ ਗੱਲ ਕਰ ਲਈ ਚੋਲੇ ਦੀ ਨਾ, ਚੋਲੇ ਦੀ ਗੱਲ ਕੀਤੀ ਕਿ ਅਸੀਂ ਗੁਰੂ ਨਾਨਕ ਦਾ ਚੋਲਾ ਪਾਇਆ, ਤਾਂ ਅਸੀਂ ਗੁਰੂ ਨਾਨਕ ਵਰਗੇ ਬੋਲ, ਅੱਖਰ, ਸਾਰਾ ਕੁਛ ਸਾਡਾ ਗੁਰੂ ਨਾਨਕ ਵਰਗਾ ਹੋਣਾ ਚਾਹੀਦਾ। ਤਾਂ ਇੱਥੇ ਇੱਕ ਹੋਰ ਪਿਆਰੀ ਜਿਹੀ ਗੱਲ ਲੱਗੀ ਸੀ ਕਿ ਅਸੀਂ ਸਾਡਾ ਜੋ ਕੁਛ ਹੁਣ ਅਸੀਂ ਵਿਚਰਨਾ ਨਾ ਲਾਈਫ ਦੇ ਵਿੱਚ, ਅਸੀਂ ਗੁਰੂ ਨਾਨਕ ਦੇ ਵਾਜੇ ਬਣ ਕੇ ਵਿਚਰਨਾ, ਹੋਰ ਕੁਛ ਨਹੀਂ ਹੈ ਸਾਡੀ ਲਾਈਫ ਦੇ ਵਿੱਚ। ਅਸੀਂ ਸਾਡੀ ਅਸੀਂ ਬੋਲ ਬੋਲਿਆ, ਸਾਡੀ ਗਲੇ 'ਚੋਂ ਆਵਾਜ਼ ਨਿਕਲੀ, ਤਾਂ ਆਵਾਜ਼ ਇੱਕ ਬੋਲ 'ਚੋਂ ਨਿਕਲੀ ਨਾ, ਇਵੇਂ ਜਿਵੇਂ ਅਸੀਂ ਤਾਰ ਛੇੜਦੇ ਹਾਂ, ਵਾਜਾ ਛੇੜਦੇ ਹਾਂ, ਤਾਂ ਉਹ ਕਹਿੰਦੇ ਵੀ ਇਹ ਵਾਜਾ ਕੀਰਤਨ ਕਰ ਸਕਦਾ, ਬਾਹਰ ਜਾ ਕੇ ਗਾਣੇ ਨਹੀਂ ਗਾ ਸਕਦਾ, ਇਹ ਵਾਜਾ ਗੁਰੂ। ਆਪਾਂ ਕਹਿੰਦੇ ਨਾ ਗੁਰਦੁਆਰਾ ਸਾਹਿਬ ਤੋਂ ਵਾਜਾ ਆਇਆ, ਇਹਨੂੰ ਤੁਸੀਂ ਕਿਤੇ ਗਾਉਣ ਵਾਲੀਆਂ ਨੱਚਣ ਵਾਲੀਆਂ ਲਈ ਨਹੀਂ ਵਰਤਣਾ, ਇੱਕ ਸਤਿਕਾਰਯੋਗ ਸਾਜ ਹੈ ਅਤੇ ਕੀਰਤਨ ਹੁੰਦਾ। ਆਪਾਂ ਆਮ ਕਹਿ ਦਿੰਦੇ ਹਾਂ ਇਹ ਢੋਲਕੀ ਇੱਥੇ ਬਾਹਰ ਨਹੀਂ ਜਾਏਗੀ, ਇਹ ਤਬਲਾ ਇੱਥੋਂ ਬਾਹਰ ਨਹੀਂ ਜਾਏਗਾ, ਤਾਂ ਇਹ ਜਿਹੜੇ ਗੁਰੂ ਨਾਨਕ ਦੇ ਵਾਜੇ ਨੇ ਨਾ, ਇਹ ਵੀ ਹੁਣ ਕਿਸੇ ਹੋਰ ਲਈ ਨਹੀਂ ਗਾਣਗੇ, ਕਿਸੇ ਹੋਰ ਅੱਗੇ ਨਹੀਂ ਚੁੱਕਣਗੇ। ਕੌਣ ਨੇ ਗੁਰੂ ਨਾਨਕ ਦੇ ਵਾਜੇ? ਅਸੀਂ ਹਾਂ, ਅਸੀਂ ਗੁਰੂ ਨਾਨਕ ਦੇ ਵਾਜੇ ਹਾਂ। ਅਸੀਂ ਵੀ ਹੁਣ ਇਹ ਨਹੀਂ ਵੀ ਇੱਥੇ ਕੀਰਤਨ ਕਰ ਲਿਆ ਅਤੇ ਹੋਰ ਵੀ ਕੁਛ ਚੱਲੀ ਜਾਂਦਾ, ਠੀਕ ਹੈ, ਫਿਰ ਜੀ ਕੀਤਾ ਕੁਛ ਖਾ ਵੀ ਲਿਆ, ਕੁਛ ਪੀ ਵੀ ਲਿਆ, ਕੁਛ ਸੋਚ ਵੀ ਲਿਆ ਉੱਦਾਂ ਦਾ ਕਿ ਆਪਾਂ, ਉਹ ਨਹੀਂ ਨਹੀਂ ਹੋ ਪਾਏਗਾ। ਫਿਰ ਗੁਰੂ ਨਾਨਕ ਸਾਨੂੰ ਫਿਰ ਸਾਡੀ ਓਨਰਸ਼ਿਪ ਨੂੰ ਹੁਣ ਪਤਾ ਹੈ ਵੀ ਇੱਥੇ ਹੈ ਵੀ ਇਹ ਗੁਰਦੁਆਰਾ ਸਾਹਿਬ ਦਾ ਵਾਜਾ, ਕੋਈ ਹੱਥ ਵੀ ਲੈ ਕੇ ਦਿਖਾਏ ਤਾਂ ਕੋਈ ਬਾਹਰ ਗਲਤ ਜਗ੍ਹਾ ਲੈ ਕੇ ਨਹੀਂ ਜਾ ਸਕਦਾ, ਸਾਡੀ ਬਿਲੋਂਗਿੰਗ ਹੋ ਜਾਏਗੀ। ਇੱਦਾਂ ਕਹਿ ਲਓ ਵੀ ਇੱਕ ਕੁੱਤੇ ਦੇ ਗਲੇ 'ਚ ਪੱਟਾ ਪਾਇਆ, ਉਹਦਾ ਮਾਲਕ ਹੈਗਾ ਹੈਗਾ ਨਾ, ਉਹਨੂੰ ਕੋਈ ਲਵਾਰਿਸ ਸਮਝ ਕੇ ਤੁਹਾਡੇ ਜਿਹੜੇ ਰੈਸਕਿਊ ਵਾਲੇ ਨੇ ਜਾਂ ਕੋਈ ਵੀ ਇੱਦਾਂ ਲੈ ਕੇ ਨਹੀਂ ਜਾ ਸਕਦਾ ਜਾਂ ਕੰਟਰੋਲ ਕਰਦੇ ਨੇ ਜਿਹੜੇ, ਜਦੋਂ ਗਲੇ 'ਚ ਪੱਟਾ ਨਹੀਂ ਹੋਏਗਾ ਤਾਂ ਕੀ ਹੋਏਗਾ? ਹਾਂ, ਪਰ ਅਸੀਂ ਕਿਹੜੇ ਵਾਲੇ ਬੰਨਾ ਨਾ, ਪੱਟੇ ਵਾਲੇ ਬੰਨਾ ਕਿ ਬਿਨਾਂ ਪੱਟੇ ਦੇ ਬੰਨਾ? ਹਾਂ, ਸਾਡੀ ਬਿਲੋਂਗਿੰਗ ਹੈ, ਸਾਨੂੰ ਗੁਰੂ ਨਾਨਕ ਸਾਹਿਬ ਨੇ ਬੜੀ ਗਲਵੱਕੜੀ ਦੇ ਦਿੱਤੀ, ਗਲਵੱਕੜੀ ਦੇ ਦਿੱਤੀ ਨਾ, ਬੜਾ ਉੱਚਾ ਸਥਾਨ ਦੇ ਦਿੱਤਾ। ਇੱਥੇ ਤਾਂ ਮੈਂ ਤੁਹਾਨੂੰ ਬੜੀ ਉਹ ਇਗਜ਼ਾਮਪਲ ਦਿੱਤੀ, ਉਹਨੂੰ ਨਾ ਇਹਦੇ ਨਾਲ ਰਲਾਏ, ਮੈਂ ਤੁਹਾਨੂੰ ਇਗਜ਼ਾਮਪਲ ਸਮਝਾਉਣ ਲਈ ਦਿੱਤੀ ਹੈ, ਕਿਉਂਕਿ ਵਿੱਚ ਹਰ ਇੱਕ ਤਰ੍ਹਾਂ ਦਾ ਇਨਸਾਨ ਬੈਠਾ ਹੁੰਦਾ, ਕਹਿਣਾ ਉਹਨੂੰ ਇੱਦਾਂ ਕਹਿ ਦਿੱਤਾ। ਸਾਨੂੰ ਗੁਰੂ ਨਾਨਕ ਸਾਹਿਬ ਨੇ ਬਾਹਾਂ ਦੇ ਦਿੱਤੀਆਂ ਆਪਣੀਆਂ, ਜਦੋਂ ਬਾਹਾਂ ਹੀ ਦੇ ਦਿੱਤੀਆਂ ਤਾਂ ਕਿਸੇ ਦੀ ਕੀ ਮਜਾਲ ਹੈ ਕਿ ਸਾਨੂੰ ਕਿਤੇ ਹੋਰ ਪਾਸੇ ਲੈ ਜਾਵੇ, ਨਹੀਂ ਲੈ ਕੇ ਜਾ ਸਕੇਗਾ। ਪਰ ਅਸੀਂ ਉਹ ਬਾਹਾਂ ਨੂੰ ਫੜ ਕੇ ਰੱਖੀਏ, ਬਾਹਾਂ ਨੂੰ ਮਾਣੀਏ। ਗੁਰੂ ਨਾਨਕ ਦੀ ਜੱਫੀ ਦੀ ਵੀ ਗੱਲ ਹੋਈ ਸੀ ਕਿ ਗੁਰੂ ਨਾਨਕ ਦੀ ਜੱਫੀ ਪਾਣੀ ਹੈ, ਆਪਾਂ ਪਾ ਕੇ ਰੱਖੀਏ ਉਹਨੂੰ, ਪਾਈ ਤਾਂ ਹੋਈ ਹੈ ਪਰ ਉਹਨੂੰ ਮਹਿਸੂਸ ਕਰੀਏ, ਗੁਰੂ ਨਾਨਕ ਨੇ ਤਾਂ ਪਾਈ, ਉਹਨੂੰ ਮਹਿਸੂਸ ਕਰੀਏ ਕਿ ਕਿਤੇ ਗਈ ਨਹੀਂ ਇੱਥੇ ਹੀ। ਠੀਕ ਹੈ ਜੀ, ਆਪਾਂ ਜਿਹੜੀ ਪੌੜੀ ਪੜ੍ਹਦੇ ਸੀਗੇ ਆਪਾਂ ਉਹ ਫਿਨਿਸ਼ ਕਰਕੇ
ਤਾਂ ਫਿਰ ਅਸੀਂ ਉਸ ਤੋਂ ਬਾਅਦ ਸਮਾਪਤੀ ਹੈਗੀ ਹੈ। ਆਪਾਂ ਗੱਲ ਸ਼ੁਰੂ ਕੀਤੀ ਸੀ ਦਸਵੀਂ ਦੁਆਰ, ਦਸ ਦੁਆਰ ਬਸ ਕਿੰਨੇ, ਮਨ ਸੰਤੋਖ ਨਾਮ ਜਪ ਲੀਨੇ। ਮਨ 'ਚ ਕਿਵੇਂ ਸੰਤੋਖ ਆਏਗਾ? ਹਾਂ, ਨਾਮ ਆਪਾਂ ਗੱਲ ਸਾਰੀ ਕਰ ਲਈ, ਸੁਰਤ ਸ਼ਬਦ ਸਾਰੀ ਡਿਟੇਲ ਦੇ ਵਿੱਚ ਗੱਲ ਹੋ ਗਈ, ਫਿਰ ਸੰਤੋਖ ਆਏਗਾ। ਠੀਕ ਹੈ, ਕਰਨੀ ਸੁਣੀਏ ਜਸ ਗੋਪਾਲ, ਇਹ ਵੀ ਗੱਲ ਆ ਗਈ। ਆਪਾਂ ਨੂੰ ਕਿੱਦਾਂ ਵਰਤਣਾ, ਆਪਾਂ ਰਾਗ ਨੂੰ ਕਿੱਦਾਂ ਵਰਤਣਾ, ਸੰਗੀਤ ਨੂੰ ਕਿੱਦਾਂ ਵਰਤਣਾ, ਸਾਜ਼ਾਂ ਨੂੰ ਕਿੱਦਾਂ ਵਰਤਣਾ, ਕੰਨਾਂ ਤੋਂ ਕੀ ਸੁਣਨਾ, ਜਸ ਗੋਪਾਲ। ਇਹੋ ਜਿਹਾ ਕੁਛ ਨਹੀਂ ਸੁਣਨਾ ਜਿਹਦੇ ਕਰਕੇ ਸਾਡਾ ਸਿਸਟਮ ਹੀ ਡਿਸਟਰਬ ਹੋ ਜਾਵੇ ਸਾਰਾ, ਐਵੇਂ ਦਾ ਕੁਛ ਨਹੀਂ ਸੁਣਨਾ। ਉਹ ਇੱਕ ਦਿਨ ਸੁਣ ਲਓ, ਕਿੰਨੇ ਕਿੰਨੇ ਦਿਨ ਦਿਮਾਗ 'ਚ ਘੁੰਮੀ ਜਾਏਗਾ। ਉਹ ਟੀ ਵੀ 'ਚ ਵੀ ਨਹੀਂ ਗਲਤੀ ਨਾਲ ਸੁਣਨਾ, ਜੇ ਕੁਛ ਆ ਗਿਆ ਤਾਂ ਚੇਂਜ ਕਰ ਲਓ। ਕੁਛ ਦੇਖਣਾ ਨਹੀਂ ਇੱਦਾਂ ਦਾ ਜਿਹਦੇ ਕਰਕੇ ਮੇਰੀ ਸੁਰਤੀ ਡਿਸਟਰਬ ਹੋਏ। ਇਹ ਨਹੀਂ ਕਿ ਅਸੀਂ ਵੀਕ ਹਾਂ, ਅਸੀਂ ਵੀਕ ਨਹੀਂ ਹੈਗੇ, ਪਰ ਅਸੀਂ ਆਪਣੇ ਆਪ ਨੂੰ ਜਿਹੜੀ ਚੀਜ਼ ਆ ਸਾਨੂੰ ਕੋਈ ਆਊਟਪੁੱਟ ਨਹੀਂ ਹੈਗੀ, ਅਸੀਂ ਇੰਡਲਜ ਹੀ ਨਹੀਂ ਹੋਣਾ ਉਸ ਚੀਜ਼ ਦੇ ਵਿੱਚ। ਠੀਕ ਹੈ ਨਾ, ਆਪਾਂ ਲੋੜ ਹੀ ਨਹੀਂ ਹੈਗੀ। ਹੁਣ ਜਿਹਨੂੰ ਕਿਸੇ ਨੂੰ ਸ਼ੂਗਰ ਹੈ, ਉਹ ਕਹੇ ਮੈਂ ਗੁਲਾਬ ਜਾਮਣ ਖਾ ਕੇ ਵੇਖਣਾ ਕੀ ਹੁੰਦਾ, ਫਿਰ ਖਾ ਲਓ। ਫਿਰ ਕਹਿੰਦਾ ਇੱਕ ਕਈਆਂ ਦਾ ਤਰੀਕਾ ਹੁੰਦਾ ਬਾਅਦ 'ਚ, ਕਈ ਪਹਿਲਾਂ ਹੀ ਸੁਲਝੇ ਹੁੰਦੇ ਹੁੰਦੇ ਕਿ ਉਹਨੇ ਵੇਖਿਆ ਕਿਸੇ ਨੇ ਗੁਲਾਬ ਜਾਮਣ ਖਾਧਾ ਸੀ, ਉਹਦੀ ਹਾਲਤ ਕੀ ਹੋਈ ਸੀ। ਇੱਕ ਨਹੀਂ ਵੀ 10-12 ਖਾਧੇ ਸੀ, ਤਾਂ ਹੁਣ ਮੈਂ ਉਹ ਕੰਮ ਨਹੀਂ ਕਰਨਾ। ਨੈਣੀ ਪੇਖਤ ਸਾਧ ਦਿਆਲ, ਅੱਖਾਂ ਨਾਲ ਕੀ ਵੇਖਣਾ, ਹੁਣੇ ਆਪਾਂ ਗੱਲ ਕਰ ਲਈ ਨਾ, ਆਪਾਂ ਕਿਹਦੇ ਦਰਸ਼ਨ ਕਰਨੇ ਨੇ। ਹਾਂ, ਸਾਧ ਕੀ ਕਰਦੇ ਨੇ, ਸਾਧ ਜਿਹੜੇ ਜੁੜੇ ਨੇ ਉਹ ਕਰਦੇ ਨੇ ਨਾ, ਉਹਨਾਂ ਨੂੰ ਵੇਖਾਂਗੇ ਤਾਂ ਸਾਡੇ ਵਿੱਚ ਉਹੀ ਗੁਣ ਆਉਣਗੇ, ਉਹੀ ਐਨਰਜੀ ਆਏਗੀ। ਰਸਨਾ ਗੁਣ ਗਾਵੈ ਬੇਅੰਤ, ਰਸਨਾ ਨਾਲ ਕੀ ਕਰਨਾ, ਉਹਦੇ ਗੁਣ ਗਾਣੇ ਨੇ ਬੇਅੰਤ ਬੇਅੰਤ ਬੇਅੰਤ, ਇੰਨੇ ਜ਼ਿਆਦਾ ਕਿ ਇਹ ਰਸਨਾ ਤੋਂ ਸਮਾਂ ਹੀ ਨਾ ਮਿਲੇ ਵੀ ਕਿਸੇ ਨੂੰ ਕੌੜੇ ਬੋਲ ਦੇਵਾਂ, ਸਮਾਂ ਨਹੀਂ ਹੈਗਾ। ਰਸਨਾ ਤਾਂ ਬਿਜ਼ੀ ਹੋ ਗਈ ਹੁਣ, ਠੀਕ ਹੈ, ਰਸਨਾ ਤੋਂ ਇਹੋ ਜਿਹੇ ਬੋਲ ਹੀ ਨਹੀਂ ਕਿਸੇ ਨੂੰ ਬੋਲਣੇ ਕਿ ਲੱਗੇ ਕਿ ਇਹ ਰਸਨਾ ਤਾਂ ਗੁਣ ਗਾਉਣ ਲਈ ਦਿੱਤੀ ਸੀ ਮੈਨੂੰ, ਗੜਬੜ ਹੋ ਗਈ ਨਾ, ਉਹ ਨਹੀਂ ਕਰਨਾ। ਮਨ ਮੈਂ ਚਿਤਵੈ ਪੂਰਨ ਭਗਵੰਤ, ਮਨ ਵਿੱਚ ਕੀ ਚਿਤਨਾ, ਇਹ ਹੁਣ ਬਾਹਰ ਦੀਆਂ ਗੱਲਾਂ ਹੋਈਆਂ ਸੀ ਨਾ, ਅੱਖ ਕੰਨ ਰਸਨਾ ਤੋਂ ਹੁਣ ਮਨ 'ਚ ਆ ਗਏ। ਹੁਣ ਕਈ ਵਾਰ ਐਂ ਵੀ ਹੋ ਜਾਂਦਾ, ਅੱਖਾਂ ਨਾਲ ਵੀ ਕੋਸ਼ਿਸ਼ ਕਰ ਰਹੇ ਹਾਂ, ਰਸਨਾ ਤੋਂ ਵੀ ਬੋਲ ਰਹੇ ਹਾਂ, ਕੰਨਾਂ ਤੋਂ ਵੀ ਅਸੀਂ ਗੁਰਦੁਆਰੇ ਜਾ ਕੇ ਬੈਠੇ ਹਾਂ, ਮਨ ਕਿਤੇ ਹੋਰ ਹੈ, ਮਨ ਕਿਤੇ ਹੋਰ ਹੁੰਦਾ ਨਾ। ਤਾਂ ਮਨ ਨੂੰ ਵੀ ਤਾੜਨਾ ਦੇ ਦਿੱਤੀ ਵੀ ਤੂੰ ਆਪਣੇ ਮਨ ਦੇ ਵਿੱਚ ਉਹ ਜਿਹੜਾ ਸਰਬ ਵਿਆਪਕ ਪਰਮੇਸ਼ਰ ਹੈਗਾ ਨਾ, ਉਹਨੂੰ ਯਾਦ ਰੱਖਣਾ। ਕਿਉਂਕਿ ਜਦੋਂ ਅਸੀਂ ਉਹ ਇੱਕੋ ਹੀ ਦ੍ਰਿਸ਼ਟੀ ਤੋਂ ਗੱਲ ਸ਼ੁਰੂ ਕੀਤੀ ਸੀ ਆਪਾਂ ਨਾ, ਉਹ ਤਾਂ ਹੀ ਹੋ ਪਾਏਗੀ ਜਦੋਂ ਮਨ ਦੇ ਵਿੱਚ ਕੋਂਸਟੈਂਟਲੀ ਉਹਨੂੰ ਰੱਖਿਆ। ਹਸਤ ਚਰਨ ਸੰਤ ਟਹਿਲ ਕਮਾਈਏ, ਇਹ ਵੀ ਸਾਨੂੰ ਭਾਈ ਮਰਦਾਨਾ ਜੀ ਦੀ ਸਾਖੀ ਵਿੱਚੋਂ ਪਤਾ ਲੱਗ ਗਿਆ। ਹੱਥਾਂ ਨਾਲ ਕੀ ਕਰਨਾ, ਹਸਤ ਹੱਥ ਚਰਨ ਪੈਰ ਸੰਤ ਟਹਿਲ ਕਮਾਈਏ, ਟਹਿਲ ਕੀ ਹੁੰਦਾ, ਹਾਂ ਸੇਵਾ 'ਚ ਲੱਗ ਜਾਣਾ, ਫਿਰ ਸੇਵਾ 'ਚ ਥਕਾਵਟ ਵੀ ਨਹੀਂ ਹੁੰਦੀ। ਪਹਿਲਾਂ ਹੀ ਗੱਲ ਹੋ ਚੁੱਕੀ ਹੈ ਕਿ ਸੇਵਾ ਸਿਰਫ ਪ੍ਰਸ਼ਾਦਾ ਬਣਾਉਣ ਦਾ ਨਾਮ ਨਹੀਂ ਹੈਗਾ, ਸੇਵਾ ਬੇਅੰਤ ਹੈ, ਕਿਸੇ ਰੂਪ 'ਚ ਵੀ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਜਾਏਗੀ। ਬਸ ਆਪਾਂ ਤਿਆਰ ਬਾਰ ਤਿਆਰ ਰਹਿਣਾ, ਔਰ ਮਹਾਰਾਜ ਤੋਂ ਇਹ ਦਾਤ ਮੰਗਣੀ ਹੈ ਕਿ ਮੈਨੂੰ ਸਮਝ ਲੱਗ ਜਾਵੇ ਇਹ ਸੇਵਾ ਦਾ ਰੂਪ ਹੈ। ਉਹ ਕੁਛ ਵੀ ਹੋ ਸਕਦਾ, ਆਪਾਂ ਕਹਿੰਦੇ ਨੇ ਨਹੀਂ ਇਹ ਨਹੀਂ ਮੈਂ ਕਰਨੀ, ਪਰ ਆਹ ਮੈਨੂੰ ਪਸੰਦ ਹੈ, ਉਹ ਫਿਰ ਸੇਵਾ ਨਹੀਂ ਹੈ, ਉਹ ਤਾਂ ਮੇਰੀ ਕੋਈ ਆਪਣਾ ਸਿਸਟਮ ਬਣ ਗਿਆ। ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੀਏ ਆਪਾਂ। ਫਿਰ ਕਹਿੰਦੇ ਉਸ ਤੋਂ ਬਾਅਦ ਕੀ ਅਖੀਰ 'ਚ ਗਿਆ, ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈ ਹੈ। ਕਿਹੜਾ ਕਿਹੜਾ ਸੰਜਮ ਸੀ, ਲੈਟਸ ਕੁਇਕਲੀ ਰਿਪੀਟ ਇਟ, ਕਿਹੜਾ ਸੰਜਮ ਸੀ, ਸਭ ਤੋਂ ਪਹਿਲਾਂ ਕੀ ਸੀਗਾ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਵਿਚਾਰ ਅੱਜ ਦੀ, ਕੀ ਸੀ, ਦਸ ਕੀ ਸੀ, ਦਸ ਇੰਦਰੀਆਂ, ਉਹਨਾਂ ਨੂੰ ਕੀ ਕਰਨਾ, ਡਿਸਿਪਲਿਨ 'ਚ ਰੱਖਣਾ, ਕਾਬੂ ਕਰਨਾ। ਠੀਕ ਹੈ, ਪਹਿਲੀ ਗੱਲ। ਦੂਸਰੀ ਕੀ ਸੀ ਜੀ, ਇਹ ਆਪਾਂ ਹੁਣੇ ਕੀਤਾ, ਬੜੀ ਬਰੀਫਲੀ ਆਪਾਂ ਡਿਸਕਸ ਕੀਤਾ, ਉਹ ਸਾਰਾ ਤੁਹਾਨੂੰ ਵਿਸਰ ਵੀ ਜਾਏ।
ਮਨ ਸੰਤੋਖ ਨਾਮ ਜਪ ਲੀਨੇ, ਮਨ ਵਿੱਚ ਸੰਤੋਖ ਕਿੱਦਾਂ ਕਰਨਾ? ਨਾਮ ਜਪ ਕੇ, ਠੀਕ ਹੈ? ਨਾਮ ਕਿੱਦਾਂ ਜਪੋਗੇ? ਸਾਰਾ ਦਿਨ ਗੁਰਦੁਆਰੇ ਬੈਠੇ ਰਹੋਗੇ, ਕਿੱਦਾਂ ਜਪੋਗੇ? ਫਿਰ ਕੰਮ 'ਤੇ ਨਹੀਂ ਜਾਣਾ, ਪੜ੍ਹਨ ਨਹੀਂ ਜਾਣਾ, ਸਕੂਲ ਕਾਲਜ ਜੋ ਵੀ ਤੁਹਾਡੀ ਯੂਨੀਵਰਸਿਟੀ, ਕੰਮ 'ਤੇ ਜਾਣਾ? ਜਦੋਂ ਮੇਰਾ ਉੱਥੇ ਕੰਮ ਗੁਰੂ ਨਾਨਕ ਵਰਗਾ ਤੇਰਾ ਤੇਰਾ ਹੋਏਗਾ ਨਾ, ਤਾਂ ਉਹ ਨਾਮ ਹੀ ਜਪਿਆ ਜਾ ਰਿਹਾ। ਹੱਕ ਦੀ ਕਮਾਈ ਹੋਏਗੀ, ਕਿਸੇ ਗਰੀਬ ਦੀ ਲੋੜਵੰਦ ਦੀ ਸੇਵਾ ਵੀ ਹੋ ਰਹੀ ਹੈ, ਤਾਂ ਗੁਰੂ ਨਾਨਕ ਹੀ ਕਰ ਰਿਹਾ ਨਾ, ਤਾਂ ਨਾਮ ਜਪਿਆ ਜਾ ਰਿਹਾ ਕਿ ਨਹੀਂ? ਜਿਹੜੇ ਕੰਮ ਦੇ ਵਿੱਚ ਮੈਨੂੰ ਚੇਤਾ ਆ ਜਾਵੇ, ਉਹਦਾ ਸਿਮਰਨ ਆ ਜਾਵੇ, ਉਹ ਕੰਮ ਕੀ ਹੋ ਗਿਆ? ਉਹਦੇ 'ਚ ਕੰਮ ਦੇ ਵਿੱਚ ਸਿਮਰਨ ਹੋ ਗਿਆ, ਠੀਕ ਹੈ? ਉਹ ਕੰਮ ਹੀ ਸਿਮਰਨ ਬਣ ਗਿਆ। ਤਾਂ ਇਹਦਾ ਮਤਲਬ ਇਹ ਨਹੀਂ ਕਿ ਹੁਣ ਕੱਲ੍ਹ ਤੋਂ ਮੈਂ ਕਹਿੰਦਾ ਮੈਂ ਦਿੱਤਨੇਮ ਨਹੀਂ ਕਰਨਾ, ਸਿਰਫ ਕੰਮ 'ਤੇ ਜਾ ਕੇ ਮੈਂ ਕਰੀ ਜਾਣਾ। ਉਹ ਜਿਹੜਾ ਸਵੇਰ ਦਾ ਜਿਹੜਾ ਬੀਜ ਪਾਇਆ ਹੋਏਗਾ ਨਾ, ਸਾਰਾ ਦਿਨ ਉਹਨੇ ਨਿਭਣਾ ਨਾ, ਕਿੱਥੋਂ ਯਾਦ ਆ ਜਾਵੇਗਾ? ਸਾਰਾ ਦਿਨ ਮਨ 'ਤੇ ਤਪ ਰਿਹਾ, ਸਵੇਰੇ ਜਦੋਂ ਉਹਦੀ ਗੋਦ 'ਚ ਬੈਠ ਕੇ ਠੰਡਾ ਕਰਕੇ ਜਾਊਂਗੇ, ਉਹ ਠੰਡਕ ਨਾਲ ਰਹੇਗੀ, ਉਹ ਠੰਡਕ ਨਾਲ ਵਰਤੇਗੀ, ਠੀਕ ਹੈ? ਥਰਡ ਪੁਆਇੰਟ, ਕੰਨਾਂ ਨਾਲ ਕੀ ਕਰਨਾ? ਕਰਨੀ ਸੁਣੀਆ, ਹਾਂ ਉਹ ਤਾਂ ਜਸ ਸੁਣਨਾ ਬਸ, ਅਸੀਂ ਨਹੀਂ ਨਿੰਦਾ ਚੁਗਲੀ ਸੁਣਨੀ ਹੁਣ, ਠੀਕ ਹੈ? ਅਸੀਂ ਗਲਤ ਕਿਸੇ ਦਾ ਨਹੀਂ ਕੁਛ ਇੱਦਾਂ ਦਾ ਸੁਣਨਾ, ਜਾਂ ਸਾਰਿਆਂ ਦੇ ਵਿੱਚ ਉਹ ਇੱਕ ਹੈ ਤਾਂ ਕਿਹਦੇ ਬਾਰੇ ਸੁਣਾਂਗੇ? ਅੱਗੇ ਕਿਸੇ ਜੀ, ਅੱਖਾਂ ਕਿਹਦੇ ਦਰਸ਼ਨ ਕਰਨੇ ਆ? ਸਾਧ ਦਿਆਲ, ਜਿਹਨੂੰ ਜਿਹਦੇ ਦਰਸ਼ਨ ਕਰਕੇ ਮੈਨੂੰ ਉਹਦਾ ਚੇਤਾ ਆਏ, ਠੀਕ ਹੈ? ਪਰਮੇਸ਼ਰ ਦਾ ਵੀ ਉਹਦੇ 'ਚ ਆ ਗਿਆ, ਤਾਂ ਜਿਹੜੇ ਉਹਦੇ ਪਰਮੇਸ਼ਰ ਦੇ ਬਣਾਏ ਬੰਦੇ ਵੀ ਨੇ, ਉਸ ਤਰ੍ਹਾਂ ਦੇ ਬੰਦਿਆਂ ਦੀ ਸੰਗਤ ਕਰਨੀ ਹੈ। ਫਿਰ ਹਾਂ, ਰਸਨਾ ਤੋਂ ਕੀ ਕਰਨਾ? ਉਹਦੇ ਗੁਣ ਗਾਣੇ ਨੇ, ਅਤੇ ਸਾਰਾ ਕੁਛ ਕਰਦੇ ਹੋਏ ਮਨ ਵਿੱਚ ਕੀ ਆਉਣਾ? ਮਨ ਮੈਂ ਚਿਤਵੈ ਪੂਰਨ ਭਗਵਾਨ, ਅਤੇ ਸਾਰਾ ਕੁਛ ਕਰਦੇ ਫੋਕਸ ਕਿਤੇ ਲੱਗਿਆ ਹੋਣਾ ਚਾਹੀਦਾ? ਹਾਂ, ਪਰਮੇਸ਼ੁਰ 'ਤੇ। ਹੱਥਾਂ ਨਾਲ, ਚਰਨਾਂ ਨਾਲ ਸੰਤਾਂ ਦੀ ਟਹਿਲ ਕਮਾਉਣੀ, ਸਾਰਾ ਕੁਛ ਕਿੱਦਾਂ ਕੰਟਰੋਲ 'ਚ ਹੋ ਗਿਆ, ਡਿਸਿਪਲਿਨ ਹੋ ਗਿਆ। ਮੇਰੇ ਪੈਰ ਹੁਣ ਚੱਲਣ ਲੱਗੇ ਸੀਗੇ ਕਿਸੇ ਦਾ ਬੁਰਾ ਕਰਨ, ਯਾਦ ਆ ਗਿਆ ਕਿ ਨਹੀਂ ਨਹੀਂ ਇਹ ਫਿਰ ਕਿਰਪਾ ਨਹੀਂ ਮਿਲਣੀ, ਹੁਣ ਰੋਕ ਲਓ, ਬੈਕ ਗੇਅਰ, ਵਾਪਸ ਆ ਜਾਓ, ਸੋਚੋ ਦੁਬਾਰਾ, ਇਹ ਠੀਕ ਹੈ ਮੇਰੇ ਲਈ? ਇਹ ਹੱਥੇ ਕੰਮ ਕਰਨ ਲੱਗੇ ਨੇ, ਇਹ ਠੀਕ ਹੈ ਕਿ ਰੁਕ ਜਾਣਾ ਚਾਹੀਦਾ? ਆਪਾਂ ਇਹ ਨਹੀਂ ਕਹਿ ਰਹੇ ਕਿ ਅੱਜ ਤੋਂ ਬਾਅਦ ਆਪਾਂ ਮਿਸਟੇਕ ਪਰੂਫ ਹੋ ਜਾਣਾ, ਪਰ ਸਾਨੂੰ ਇੱਕ ਤਰੀਕਾ ਦੱਸ ਦਿੱਤਾ, ਇੱਕ ਜੁਗਤ ਦੱਸ ਦਿੱਤੀ, ਕਿਉਂਕਿ ਐਂਡ 'ਚ ਕੀ ਕਿਹਾ? ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ। ਕਿਰਪਾ ਕਿਉਂ ਜ਼ਰੂਰੀ ਸੀ? ਕਿਉਂਕਿ ਜਿਹੜੀ ਆਪਾਂ ਪਹਿਲਾਂ ਪੰਕਤੀ ਪੜ੍ਹੀ ਸੀਗੀ ਉਹ ਕੀ ਸੀਗੀ? ਹਾਂ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਹੁਣ ਆਪਾਂ ਗੁਰੂ ਮਹਾਰਾਜ ਤੋਂ ਬਖਸ਼ਿਸ਼ ਲੈਣੀ ਹੈ ਕਿ ਸਾਡੇ 'ਤੇ ਵੀ ਕਿਰਪਾ ਕਰਨ, ਆਪਾਂ ਦੋ ਪੰਕਤੀਆਂ ਪੜ੍ਹ ਕੇ ਅਤੇ ਫਿਰ ਸਮਾਪਤੀ ਹੈ ਜੀ। ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਆਪਾਂ ਉਹ ਇਸ ਤੋਂ ਬਾਅਦ ਫਿਰ ਲੈ ਲਵਾਂਗੇ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਦਹਿ ਦਿਸ ਖੋਜਤ ਮੈਂ ਫਿਰਿਓ, ਦਹਿ ਦਿਸ ਖੋਜਤ ਮੈਂ ਫਿਰਿਓ, ਜਤ ਦੇਖ
ਦੇਖੋ ਤਤ ਸੋਏ ਜਤ ਦੇਖੋ ਤਤ ਸੋਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਤ ਦੇਖੋ ਤਤ ਸੋਏ ਹਾਂ ਜਤ ਦੇਖੋ ਤਤ ਸੋਏ ਮਨ ਬਸ ਆਵੇ ਨਾਨਕਾ ਚੇ ਪੂਰਨ ਕਿਰਪਾ ਹੋਏ ਮਨ ਬਸ ਮਨ ਬਸ ਆਵੇ ਨਾਨਕਾ ਚੇ ਪੂਰਨ ਕਿਰਪਾ ਹੋਏ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਉਹਨਾਂ ਨੂੰ ਚੰਗਾ ਲੱਗੇ ਉਹੋ ਜਿਹਾ ਪਿਆਰ ਸਾਨੂੰ ਬਖਸ਼ ਦੇਣ ਉਹੋ ਜਿਹੀ ਕਿਰਪਾ ਸਾਡੇ 'ਤੇ ਵੀ ਕਰ ਦੇਣ ਜਿੱਦਾਂ ਦੀ ਉਹਨਾਂ ਨੇ ਭਾਈ ਮਰਦਾਨਾ ਜੀ 'ਤੇ ਕੀਤੀ ਬੇਬੇ ਨਾਨਕੀ ਜੀ 'ਤੇ ਕੀਤੀ ਅਨੇਕ ਹੋਰ ਗੁਰਸਿੱਖਾਂ 'ਤੇ ਜਿਨ੍ਹਾਂ ਨੇ ਪੂਰਾ ਆਪਣਾ ਫੋਕਸ ਪੂਰਾ ਆਪਣਾ ਵਿਸ਼ਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਕੁਛ ਜੀਵਨ ਦੇ ਵਿੱਚ ਇੱਦਾਂ ਦੀ ਇੱਕ ਐਡੀਸ਼ਨ ਹੋ ਜਾਵੇ ਕੋਈ ਜਾਂਚ ਆ ਜਾਵੇ ਜਿਹਦੇ ਨਾਲ ਸਾਨੂੰ ਲੱਗੇ ਕਿ ਅਸੀਂ ਬਹੁਤ ਨੇੜੇ ਹਾਂ ਉਹ ਜਿਹੜੀਆਂ ਦੂਰੀਆਂ ਸਾਨੂੰ ਮਹਿਸੂਸ ਹੁੰਦੀਆਂ ਨੇ ਇੱਕ ਵਿਛੋੜਾ ਮਹਿਸੂਸ ਹੁੰਦਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਉਹਦੇ ਵਿੱਚ ਇੱਕ ਸੁੱਖ ਹੈ ਇੱਕ ਸੁੱਖ ਦੀ ਅਹਿਸਾਸ ਹੋ ਜਾਵੇ ਪਰ ਨਾਲ ਉਹ ਵਿਛੋੜਾ ਹੁਣ ਵਿਛੋੜਾ ਨਾ ਮਹਿਸੂਸ ਹੋਏ ਐਵੇਂ ਲੱਗੇ ਕਿ ਮੇਰੇ ਨਾਲ ਹੀ ਹੈ ਉਹ ਮੇਰੇ ਤੋਂ ਦੂਰ ਨਹੀਂ ਤਾਂ ਉਹ ਗੁਰੂ ਕਿਰਪਾ ਕਰੇ ਤਾਂ ਸਾਡੇ ਸਾਰਿਆਂ ਨੂੰ ਅਹਿਸਾਸ ਬਖਸ਼ਣ ਔਰ ਉਸ ਤਰ੍ਹਾਂ ਦੀ ਸੱਚੀ ਸੁੱਚੀ ਸਿੱਖੀ ਸਾਨੂੰ ਬਖਸ਼ਣ ਜਿੱਦਾਂ ਦੀ ਗੁਰੂ ਨਾਨਕ ਨੇ ਚਾਹੀ ਸੀਗੀ ਜੋ ਗੁਰੂ ਨਾਨਕ ਸਾਹਿਬ ਦਾ ਵਿਜ਼ਨ ਸੀ ਆ ਜਿਹੜੇ ਅਸੀਂ ਕੋਈ ਸਾਡੇ 'ਚ ਦੂਜਾ ਭਾਵ ਨਾ ਹੋਏ ਹੁਣ ਬਸ ਇੱਕ ਹੀ ਹੈ ਇੱਕ ਓਅੰਕਾਰ ਦੇ ਅਸੀਂ ਧਾਰਨੀ ਹੋ ਕੇ ਰਹਿੰਦਾ ਜੀਵਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਡੇ 'ਤੇ ਕਿ ਅਸੀਂ ਬਤੀਤ ਕਰ ਸਕੀਏ ਸੰਗਤ ਗੁਰੂ ਰੂਪ ਹੁੰਦੀ ਹੈ ਤਾਂ ਸੰਗਤ ਖਿਮਾ ਕਰਨ ਯੋਗ ਵੀ ਹੈ ਜਿਹੜੀਆਂ ਭੁੱਲਾਂ ਹੋਈਆਂ ਜਾਂ ਇਤਿਹਾਸ 'ਚ ਕੋਈ ਗੱਲ ਕਰਦੇ ਵੀ ਗਲਤੀ ਹੋ ਸਕਦੀ ਹੈ ਬਾਣੀ ਦੀ ਗੱਲ ਕਰਦੇ ਵੀ ਗਲਤੀ ਹੋ ਜਾਂਦੀ ਹੈ ਤਾਂ ਜ਼ਰੂਰ ਹੋਈ ਹੋਏਗੀ ਤਾਂ ਆਪ ਬਖਸ਼ਣ ਯੋਗ ਹੋ ਤਾਂ ਆਪਣਾ ਬੱਚਾ ਸਮਝ ਕੇ ਤੁਸੀਂ ਮਾਫ਼ ਕਰ ਲੈਣਾ ਜੀ ਆਪ ਵੀ ਅਸੀਂ ਇਸ ਬਖਸ਼ਣਾ
ਕਿ ਸਾਨੂੰ ਵੀ ਸਿੱਖੀ ਦੀ ਦਾਤ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।